ंग जी वाहगुरु जी।, जी, जी।, जी का खालसा वाहगुरु जी की फतेह गुरु ग्रंथ साहब जी चल रही लड़ीवार विचार अज विछ। अंक नंबर तेरह सौ अठ वन थ्री जीरो एट नंबर अंक को तो अगे पाठ करना है ਕਨੜਾ ਰਗ ਵਿੱਚ ਚੌਥੀ ਪਾਛਾਈ ਤੰਤਰਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ ਗਈ ਅਸ਼ਪਦਿਆ ਦੇ ਪਾਠ ਦੀ ਹਰਮਤਾਂ ਹੋਈ ਸੀ ਜਿਸ ਲੜੀ ਵਿੱਚ ਰਹੁ ਦੇ ਬੰਦ ਤੇ ਪਹਿਲੇ ਦੋ ਬੰਦਾਂ ਦੇ ਪਾਠ ਤੇ ਵਿਚਾਰ ਹੋ ਗਏ ਸਨ ਅੱਜ ਅਗਲੇ ਤਿੰਨ ਬੰਦਾਂ ਦੇ ਵਿਚਾਰ ਹੋਣੇ ਤੇ YouTube ਤੇ ਜਿਹੜੀ ਸੰਗਤ ਜੁੜਦੀ ਹੈ ਨਾ ਉਹਨਾਂ ਤੋਂ ਮਾਫੀ ਚਾਹੁੰਦਾ ਕੁਝ ਟੈਕਨੀਕਲ ਇਸ਼ੂ ਦੀ ਵਜ੍ਹਾ ਕਰਕੇ ਅੱਜ ਲਾਈਵ ਅਸੀਂ ਨਹੀਂ ਸ਼ੋਅ ਲਾਈਵ ਨਹੀਂ ਕਰ ਪਾ ਰਹੇ सकते रिकॉर्डिंग विच जो भी अगो ज्वाइन करना चाहे तो साढ़े नाल जूम के उत्ते ज्वाइन कर सकते हैं पहला पार्ट कर लिए एक ओंकार सतगुर प्रसाद कानड़ा महला चौथा अष्टपदियां कर पहला जप मन राम नाम सुख पावे गो ਜਿਉ ਜਿਉ ਜਪੈ ਤਿਵੇ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੋ ਰਹੋ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਨਰਸ ਸਾਧ ਗਏ ਸਭ ਨੀ ਕਰ ਬਿਨ ਨਾਵੈ ਕਿਛ ਨ ਸੁਖਾਵੈ ਗੋ ਗੁਰਮਤ ਹਰ 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 ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤ ਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨੇਜ ਕਰ ਆਵੇ ਗੋ ਪਹਿ ਅਨਹਤ ਤੁਨੀ ਬਾਜੈ ਨਿਤ ਬਾਜੈ ਨੀਝਰ ਤਾਰ ਚ ਆਵੇ ਗੋ RAM ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਵੇ ਗੋ ਨਾਮ ਸੁਣੈ ਨਾਮੋ ਮਨ ਭਾਵੇ ਨਾਮੇ ਹੀ ਤ੍ਰਿਪਤਾ ਵੈ ਗੋ ਕਨਕ ਕਨਕ ਪਹਿਰੇ ਬੋ ਕੰਗਨਾ ਕਾ ਪਰ ਭਾਂਤ ਬਣਾਵੇ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਅੱਜ ਪੰਜਵੇਂ ਪਦੇ ਤੱਕ ਦਾ ਪਾਠ ਹੋਣੇ ਨਸੀ ਵਿਚਾਰ ਹੋਣੇ ਨਸੀ ਲਈ ਪੰਜਵੇਂ ਪਦੇ ਤੱਕ ਤੱਕ ਕੀ ਪਾਠ ਕੀਤਾ ਕਰਨਾ ਕੀਤਾ ਹੈ ਅਸ਼ਪਦੀਆਂ ਤੇ ਤਿੰਨ ਪਦੇ ਅਜੇ ਹੋਰ ਵੀ ਹਨ ਜਿਨ੍ਹਾਂ ਦੇ ਵਿਚਾਰ ਅਨ ਪ੍ਰਮਾਤਮਾ ਮੇਰ ਕਰੇ ਤੇ ਕੱਲ ਉਹਦੇ ਵਿੱਚ ਪਾਠ ਤੇ ਵਿਚਾਰ ਹੋਣਗੇ ਆਪਨੇ ਰਹਾਉ ਦੇ ਬੰਦੇ ਦਰਸ਼nik ਪਰ ਹੀ ਹੋਰ ਕਰ ਲੀਏ ਜਪਮਨ ਰਾਮ ਨਾਮ ਸੁਖ ਪਾਵੇਗੋ ਇਹ ਮੇਰੇ ਮਨ परमात्मा ਦਾ ਨਾਮ ਜਪਨਾ ਕਰ ਕਿਉਂ ਜਪਨਾ ਕਰ ਸਵਾਲ ਮਨ ਕਮੀਨ ਹੈ ਕਮ ਤਰੀਨ ਹੈ ਚੰਗੇ ਪਾਸੇ ਤੋਰਨਾ ਹੋਏ ਨਾ ਨਿਵਾਨ ਵਾਲੇ ਪਾਸੇ ਤੋਰਨਾ ਹੋਏ ਸਵਾਲ ਨਹੀਂ ਕਰਦਾ ਦੌੜ ਪੈਂਦਾ ਕਿਦਰੇ ਕਾਮ ਆਵਾਜ਼ ਦੇ ਕ੍ਰੋਧ ਦਵੇ ਲੋਭ મો ਕਿਦਰੇ ਉਦੀ ਰਸ ਦੀ ਪੂਰਤੀ ਹੁੰਦੀ ਹੋਏ ਮਨ ਦੌੜ ਪੈਂਦਾ ਉੱਤੇ ਸਵਾਲ ਨਹੀਂ ਕਰਦਾ ਪਰ ਗੁਰਮਤ ਦੇ ਰਾਹ ਤੇ ਤੁਰਨਾ ਹੋਏ ਗੁਰੂ ਦੇ ਸ਼ਬਦ ਮੁਤਾਬਕ ਤੁਰਨਾ ਹੋਏ ਤੇ ਮਨ ਸਵਾਲ ਬੜਾ ਕਰਦਾ ਹੈ ਕਿਉਂ ਜਪਾ ਗੁਰੂ ਸਾਹਿਬ ਕਹਿੰਦੇ ਜਪ ਮੰਨ ਰਾਮ ਨਾਮ ਸੁਖ ਪਾਵੇ ਗੋ ਸੁਖ ਪ੍ਰਾਪਤ ਕਰੇਗਾ ਆਤਮਕ ਆਨੰਦ ਵਿੱਚ ਆਏਗਾ ਅਜੇ ਤੂੰ ਕਲੇਸ਼ਾਂ ਵਿੱਚ ਅਜੇ ਦੁੱਖ ਵਿੱਚ ਅਜੇ ਮਨ ਦੇ ਵਿੱਚ ਕਈ ਕਿਸਮ ਦੀਆਂ ਸਾਡੇ ਮਨ ਦੇ ਵਿੱਚ ਚਿੰਤਾਵਾਂ ਫਿਕਰਾਂ ਡਰ ਅਸੀਂ ਸਮਝੀਏ ਨਾ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਤਨ ਦੇ ਰੋਗ ਸਾਨੂੰ ਸਮਝ ਆਉਂਦੇ ਹਨ ਤਨ ਨੂੰ ਬੁਖਾਰ ਹੈ ਤਨ ਨੂੰ ਕੁਝ ਹੋਰ ਤਕਲੀਫ ਹੈ ਸਾਨੂੰ ਸਮਝ ਵਿੱਚ ਆਉਂਦਾ ਹੈ ਮਨ ਸਾਡਾ ਰੋਗੀ ਸਾਨੂੰ ਸਮਝ ਵਿੱਚ ਨਹੀਂ ਆਉਂਦਾ ਗੁਰੂ ਸਾਹਿਬ ਕਹਿੰਦੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਗੁਰੂ ਸਾਹਿਬ ਸਾਡੇ ਮਨ ਦੇ ਰੋਗ ਠੀਕ ਕਰਦੇ ਆ ਸਾਡਾ ਜ਼ਿੰਦਗੀ ਵਿੱਚ ਕਲੇਸ਼ ਜ਼ਿੰਦਗੀ ਵਿੱਚ ਹਾਇ ਹੋਏ ਜ਼ਿੰਦਗੀ ਵਿੱਚ ਚਿੰਤਾਵਾਂ ਜ਼ਿੰਦਗੀ ਵਿੱਚ ਫਿਕਰ ਐਂ ਜ਼ਿੰਦਗੀ ਵਿੱਚ ਕਈ ਕਿਸਮ ਦੇ ਡਰ ਜ਼ਿੰਦਗੀ ਵਿੱਚ ਬਨੇ ਰਹਿੰਦੇ ਆ ਉਸ ਆ ਜ਼ਿੰਦਗੀ ਸਾਡੀ ਹਾਈ ਵਾਈ ਬਣੀ ਰਹਦੀ ਏ ਗੁਰੂ ਸਾਹਿਬ ਸਾਨੂੰ ਨਿਰੋਗੀ ਕਰਨਾ ਚਾਹੁੰਦੇ ਆ ਪਰ ਅਸੀਂ ਗੁਰੂ ਦੀ ਗੱਲ ਯਾ ਸੁਣਦੇ ਨਹੀਂ ਯਾ ਸੁਣਦੇ ਆ ਤੇ ਸਮਝਦੇ ਨਹੀਂ ਯਾ ਸੁਣ ਕੇ ਸਮਝਦੇ ਵੀ ਆ ਤੇ ਮੰਦੇ ਨਹੀਂ ਗੁਰੂ ਸਾਹਿਬ ਕਹਿੰਦੇ ਸੁਣ ਵੀ ਸਮਝ ਵੀ ਤੇ ਮੰਨ ਵੀ ਜਦੋਂ ਸੁਣਾਂਗੇ ਸਮਝਾਂਗੇ ਸਮਝ ਕੇ ਮੰਨਾਂਗੇ ਤਾਂ ਫਿਰ ਸੁਖ ਪਾਵੈ ਗੋ ਜਪ ਮੰਨ राम नाम सुख पावेगो जियु जियु जपै तिवे सुख पावे सतगुरु सेव समावेगो जियु जियु जपै जित्ता जित्ता मन जप्पेगा ध्यान दियै मन कहरेन जुबान दे राही जपना है कन्ना दे राही सुनणा है जरूर सुनणा पर क्यों सुनणा कि सडा मन वी जप्पन लाग जावे मन वी जड़ा है टिक जाए शब्द दे आसरे ਜਿੰਨ ਜਿਉਂ ਜਿਉਂ ਜਪੈ ਅਤੇ ਮਨ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਤੂੰ ਜਪੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਜਪਦਾ ਹੈ ਜਿੱਦਾਂ ਵੀ ਮਨ ਜਪਦਾ ਹੈ ਤੇ ਮੈਂ ਉਸੇ ਤਰੀਕੇ ਦੇ ਨਾਲ ਕੀ ਹੁੰਦਾ ਹੈ ਇਹ ਇੱਕ ਪਰਮਾਤਮਾ ਦਾ ਬਨਾਇਆ ਸਿਧਾਂਤ ਹੈ ਪਰਮਾਤਮਾ ਦਾ ਇਹ ਹੁਕਮ ਸਮਝ ਲਈਏ ਸਿਧਾਂਤ ਸਮਝ ਲਈਏ ਕਰ ਕਲਵੀ ਅਰਵਿੰਦ ਵੀ ਜੀ ਇਨਸਾਨ ਪਾਰ ਇਸਨ ਕਿ ਕੁਝ ਲਾਜ਼ ਐਸੇ ਹਨ ਜਿਹੜੇ ਕੁਦਰਤ ਦੇ ਲਾਜ਼ ਹਨ ਔ ਕੁਦਰਤ ਦੇ ਲਾ ਜਿਹੜੇ ਖੋਜ ਲੈਂਦੇ ਨੇ ਅਸੀਂ ਉਹਨੂੰ ਕਹਿੰਦੇ ਆ ਸਾਇੰਟਿਸਟ ਹਨ ਉਹਨਾਂ ਨੇ ਖੋਜੇ ਉਸ ਬਾਬਤ ਵਿਚਾਰ ਕਰਦੇ ਹਨ ਇੱਕ ਕੁਛ ਕਰਤੇ ਦੇ ਲਾਜ਼ ਹਨ ਕਰਤੇ ਦੇ ਲਾ ਸਾਡੇ ਸਾਨੂੰ ਕੌਣ ਸਮਝਾਂਦਾ ਗੁਰੂ ਸਾਹਿਬ ਸਮਝਾਂਦੇ ਹਨ ਭਗਤ ਜਨ ਸਮਝਾਂਦੇ ਹਨ ਕਿ ਇਹ ਕਰਤੇ ਦੇ ਨਿਯਮ ਹਨ ਪਰ ਇੱਕ ਇੱਕ ਗੱਲ ਧਿਆਨ ਰੱਖੀਏ ਭਾਵੇਂ ਕੁਦਰਤ ਦੇ ਨਿਯਮ ਹੋਣ ਭਾਵੇਂ ਕਰਤੇ ਦੇ ਨਿਯਮ ਹੋਣ ਉਹਨ ਦੋਨੋਂ ਨਿਯਮਾਂ ਨੂੰ ਬਣਾਉਣ ਵਾਲਾ ਕਰਤਾ ਹੀ ਹੈ ਇਦਰੇ ਵਖ ਨ ਸਮਝ ਲਈ ਬਣਾਉਣ ਵਾਲਾ ਕਰਤਾ ਹੀ ਕੁਦਰਤ ਦੇ ਨਿਯਮ ਵੀ ਕਰਤੇ ਨੇ ਬਣਾਇਆ ਪਰ ਕੁਦਰਤ ਦੇ ਨਿਯਮ ਸਨ ਸਮਝ ਵਿੱਚ ਆਉਂਦੇ ਨੇ ਕਈ ਖੋਜ ਚੁੱਕਿਆ ਕਈ ਹੋਰ ਐਸੇ ਨਿਯਮ ਅੰਜੜਿਆ ਜੇ ਵੀ ਖੋਜ 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 ਕੇ ਪਤਾ ਲੱਗ ਰਹੇ ਨੇ ਨਿਤਾ ਪ੍ਰਤੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਤਾ ਲੱਗਦੇ ਨੇ ਉਸ ਤਰ੍ਹਾਂ ਉਸ ਤਰ੍ਹਾਂ ਸਾਂਝ ਬਣਦੀ ਰਹਦੀ ਹੈ ਹੋਰ ਗੁਰੂ ਸਾਹਿਬ ਕਰਤੇ ਦੇ ਜਿਹੜੇ ਮੂਢਲੇ ਸਿਧਾਂਤ ਸਾਡੀ ਜਿਹੜੀ ਜੀਵਨ ਜਿਹੜਾ ਸਾਡਾ ਸੋਖਾ ਬਣਾਉਂਦੇ ਹਨ ਉਹ ਖੋਜਦੇ ਹਨ ਉਹ ਸਾਨੂੰ ਦੱਸਦੇ ਹਨ ਉਹ ਸਮਝਾਉਂਦੇ ਹਨ ਗੱਲ ਸਾਨੂੰ ਚੁੱਭੀ ਲਾਉਂਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਚੁੱਭੀ ਲਾਉਂਦੇ ਉਸ ਉਸ ਤਰ੍ਹਾਂ ਉਸ ਤਰ੍ਹਾਂ ਸਿਧਾਂਤ ਸਮਝ ਵਿੱਚ ਆਉਂਦੇ ਜਾਣਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਸਿਧਾਂਤ ਸਮਝ ਵਿੱਚ ਆਉਣਗੇ ਮਨ ਉਹਨਾਂ ਦੇ ਨਾਲ ਅਲਾਈਨਡ ਹੋਏਗਾ ਇੱਕ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਜਪ کہہ ਰਹੇ ਨਾ ਜਪ ਮਨ ਰਾਮ ਨਾਮ ਸੁਖ ਪਾਵੇ ਕੋ ਅੱਗੇ ਕਹਿੰਦੇ ਜਿਉ ਜੋ ਜਪੈ ਤਿਵੇ ਸੁਖ ਪਾਵੇ ਸਤਗੁਰ ਸੇਵ ਸਮਾਵੇ ਕੋ ਸਮਾਵੇ ਕੋ ਕੀ ਹੈ ਮਨ ਅਲਾਈਨਡ ਹੋ ਜਾਣਾ ਮਨ ਗੁਰੂ ਦੇ ਸ਼ਬਦ ਦੇ ਨਾਲ ਇਕਮਿਕ ਹੋ ਜਾਣਾ ਅਜੇ ਸਾਡਾ ਮਨ ਅਲਾਈਨਡ ਨਹੀਂ ਹੈ ਸਾਡਾ ਮਨ ਆਪਣੀ ਵਖਰੀ ਚਾਲ ਚੱਲ ਰਿਹਾ ਹੈ ਸਾਡਾ ਮਨ ਮਾਇਆ ਤੋਂ ਪ੍ਰਭਾਵਿਤ ਹੈ ਮਾਇਆ ਦੇ ਪ੍ਰਭਾਵ ਇਤਕਾਰ ਵਿਆਰ ਕਰ ਰਿਹਾ ਜਦੋਂ ਗੁਰੂ ਸਾਹਿਬ ਨੇ ਬਿਲਕੁਲ ਆਰੰਭ ਵੀ ਚੀਕਿਆ ਕਿ ਸਚਿਆਰਾ ਹੋਈਏ ਕਿਵ ਕੂੜੇ ਟੁਟੇ ਪਾਲ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਕੀ ਹੈ ਮਨ ਦਾ ਅਲਾਈਨਡ ਹੋ ਜਾਣਾ ਸ਼ਬਦ ਦੇ ਨਾਲ ਇਕਮਿਕ ਹੋ ਜਾਣਾ ਸ਼ਬਦ ਦੇ ਵਿੱਚ ਭਿਜ ਜਾਣਾ ਕਿਨਨ ਜਿਉ ਜਿਉ ਜਪੈ ਤਵੇ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੋ ਰਹਾਉ ਸਤਗੁਰ ਦੀ ਸੇਵਾ ਕਰਕੇ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਨਾਂ ਦੇ ਰਾਹੀਂ ਸੁਣਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਵੀ ਸੁਨੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਜ਼ਬਾਨ ਦੇ ਰਾਹੀਂ ਗਾਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਜ਼ੁਬਾਨ ਦੇ ਰਹੀਂ ਗਾਵਾਂਗੇ ਮਨ ਵੀ ਗਾਉਣ ਲੱਗ ਪੈਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਗਾਏਗਾ ਮਨ ਅਲਾਈਨਡ ਹੁੰਦਾ ਜਾਏਗਾ ਅਜੇ ਅਸੀਂ ਸਾਡੀ ਅਲਾਈਨਮੈਂਟ ਆਊਟ ਹੈ ਬੰਦੀ ਅਸੀਂ ਜਿਹੜਾ ਹੈ ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਨਹੀਂ ਬਣੀ ਬਿਲਕੁਲ ਗੁਰੂ ਦੇ ਸ਼ਬਦ ਮੁਤਾਬਕ ਜਿਸ ਤਰ੍ਹਾਂ ਜ਼ਿੰਦਗੀ ਬਣ ਜਾਏ ਤੇ ਉਹ ਜ਼ਿੰਦਗੀ ਸੱਚ ਦੇ ਮਾਰਗ ਤੇ ਤੁਰਦਿਆ ਤੁਰਦਿਆ ਪਰਮਾਤਮਾ ਦੇ ਵਿੱਚ ਵਿਲੀਨ ਹੋ ਜਾਂਦੀ ਹੈ ਰਹਾਓ ਤੇ ਅੱਜ ਦੇ ਹੁਣ ਤੀਜੇ ਬੰਦ ਵਾਲੇ ਪਾਸੇ ਆਈਏ ਕਹਿੰਦੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆਵੇ ਕੋ ਗੁਰਬਾਣੀ ਪਹਿਲਾ ਅੱਖਰ ਗੁਰਬਾਣੀ ਆਇਆ ਗੁਰਬਾਣੀ ਅੱਖਰ ਬਿਨਾ ਦੋ ਅੱਖਰਾਂ ਦਾ ਜੋੜ ਏ ਗੁਰ ਬਾਣੀ ਬਾਣੀ ਅੱਖਰ ਵੱਖਰਾ ਗੁਰ ਅੱਖਰ ਵੱਖਰਾ ਦੋਨੋਂ ਅੱਖਰ ਮਿਲ ਕੇ ਗੁਰਬਾਣੀ ਅੱਖਰ ਬਣ ਗਿਆ ਜੇ ਬਾਣੀ ਅੱਖਰ ਨੂੰ ਅਸੀਂ ਬਾਣੀ ਅੱਖਰ ਦੀ ਗੱਲ ਕਰੀਏ ਬਾਣੀ ਤੋਂ ਪਾਵਿਆ ਆਵਾਜ਼ ਬਾਣੀ ਤੋਂ ਭਾਵੇਂ ਜੋ ਕੁਝ ਵੀ ਮੂੰਹ ਤੋਂ ਬੋਲਿਆ ਗਿਆ ਜੋ ਤੋਂ ਜੋ ਵੀ ਮੂੰਹ ਤੋਂ ਬੋਲਿਆ ਗਿਆ ਮੈਂ ਜੋ ਵੀ ਬੋਲ ਰਿਹਾ ਚੰਗੇ ਬੋਲ ਵੀ ਬੋਲ ਸਕਦਾ ਮਾੜੇ ਬੋਲ ਵੀ ਬਾਣੀ ਨਿਕਲ ਰਹੀ ਹੈ ਮੂੰਹ ਤੋਂ ਕੋਈ ਨਿਵਾਨ ਦੇ ਬੋਲ ਵੀ ਮੇਰੇ ਮੂੰਹ ਤੋਂ ਨਿਕਲਣ ਉਹ ਵੀ ਬਾਣੀ ਹੈ ਮੇਰੇ ਮੂੰਹ ਤੋਂ ਆਵਾਜ਼ ਨਿਕਲ ਰਹੀ ਹੈ ਬੋਲ ਨਿਕਲ ਰਹੇ ਹਨ ਪਰ ਇਹ ਬੋਲ ਇਹਨੇ ਬੇਸ਼ਕੀਮਤੀ ਕਿਉਂ ਹਨ ਕਿਉਂਕਿ ਇਹ ਗੁਰਬਾਣੀ ਹੈ ਇਹ ਗੁਰੂ ਦੇ ਮੁਖਾਰਬਿੰਦ ਤੋਂ ਬੋਲ ਨਿਕਲੇ ਹਨ ਐ ਗੁਰੂ ਦੇ ਬੋਲਨ ਐ ਗੁਰੂ ਦੇ ਬੋਲ ਬੇਸ਼ਕੀਮਤੀ ਇਸ ਲਈ ਹਨ ਕਿ ਇਹਨਾਂ ਬੋਲਾਂ ਦੇ ਵਿੱਚ ਉਹ ਸਮਰੱਥਾ ਹੈ ਕਿ ਇਹਨਾਂ ਬੋਲਾਂ ਦੇ ਰਾਹੀਂ ਸਾਡਾ ਮਨ ਜਿਹੜਾ ਹੈ ਸਤਗੁਰੂ ਸੇਵ ਸਮਾਵੇਗੋ ਸਤਗੁਰੂ ਦੀ ਸੇਵਾ ਕਰਕੇ ਸਮਾਵੇਗੋ ਉਸ ਪ੍ਰਮਾਤਮਾ ਦੇ ਵਿੱਚ ਹੀ ਵਿਲੀਨ ਹੋ ਜਾਏਗਾ ਪਹਿਲਾ ਸ਼ਬਦ ਵਿੱਚ ਵਿਲੀਨ ਹੋਣਾ ਸ਼ਬਦ ਵਿੱਚ ਵਿਲੀਨ ਹੋ ਜਾਣਾ ਹੀ ਪ੍ਰਮਾਤਮਾ ਵਿੱਚ ਇੱਕ ਨਿਕ ਹੋ ਜਾਣਾ ਹੈ ਵਿਲੀਨ ਹੋ ਜਾਣਾ ਹੈ ਤੇ ਕਹਿੰਦੇ ਨੇ ਗੁਰਬਾਣੀ ਸੁਨਤ ਕਹਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਦੇ ਬੋਲ ਸੁਣਨੇ ਆ ਜਦੋਂ ਮਨ ਨੇ ਸੁਣਨੇ ਕਿਤੇ ਕੰਨ ਕੇਵਲ ਜ਼ਰੀਆ ਕੰਨ ਤੇ ਸੁਣਦੇ ਅਸੀਂ ਮੰਦੇ ਨਹੀਂ ਗੁਰਬਾਣੀ ਸੁਨਤ ਜਦੋਂ ਮਨ ਸੁਨੇਗਾ ਤੇ ਫਿਰ ਮੰਨਾਗੇ ਦੀ ਕਹਿੰਦੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਦਰਵਿਆ ਤੋਂ ਪਾਵੇ ਨਰਮ ਹੋ ਜਾਣਾ ਦਰਵਿਆ ਤੋਂ ਪਾਵੇ ਪਸੀਜ ਜਾਣਾ ਦਰਵਿਆ ਨੂੰ ਅਸੀਂ ਸਮਝਣਾ ਕਰੀਏ ਨਾ ਜਦੋਂ ਗੁਰੂ ਸਾਹਿਬ ਜਦੋਂ ਜਪਜੀ ਸਾਹਿਬ ਵਿੱਚ ਕਹਿੰਦੇ ਨਾ ਮੂਤ ਪਲੀਤੀ ਕਪੜ ਹੋਏ ਦੇ ਸਾਹਬਨ ਲਈਏ ਉਹ ਤੋਂ ਹੈ ਅਸੀਂ ਜਾਣਦੇ ਹਾਂ ਕਪੜੇ ਕਈ ਵਾਰ ਮੈਲ ਲੱਗ ਜਾਂਦੀ ਹੈ ਕਈ ਵਾਰੀ ਐਸੀ ਮੈਲ ਲੱਗਦੀ ਹੈ ਉਹ ਮੈਲ ਇੰਨੀ ਸਖਤ ਹੋ ਜਾਂਦੀ ਹੈ ਕਪੜੇ ਨੂੰ ਵੀ ਸਖਤ ਕਰ ਦਿੰਦੀ ਹੈ ਅਸੀਂ ਦਰਵਿਆ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦਰਵਿਆ ਵੀ ਤੁਹਾਨੂੰ ਸਮਝ ਵਿੱਚ ਆ ਜਾਏ ਜਦੋਂ ਕਹਿ ਰਹੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਨਰਮ ਹੋ ਜਾਣਾ ਪਤੀਜ ਜਾਣਾ ਜਦੋਂ ਕੋਈ ਮੈਲ ਕਪੜੇ ਦੇ ਉੱਤੇ ਇੰਨੀ ਜਕੜ ਬਣਾ ਦਵੇ ਕਿ ਕਪੜੇ ਨੂੰ ਵੀ ਸਖਤ ਕਰ ਦਵੇ ਤੇ ਪਾਣੀ ਦੀ ਬੂੰਦਾਂ ਉੱਤੇ ਪਾ ਵੀ ਦਿੱਤੀਆਂ ਜਾਂਦਾ ਪਾਣੀ ਦੀ ਤੇ ਉਹ ਗ੍ਰਹਿਣ ਨਹੀਂ ਕਰ ਰਿਆ ਹੁੰਦਾ ਕਿਉਂਕਿ ਉਹ ਕਪੜਾ ਇੰਨਾ ਸਖਤ ਹੋ ਚੁੱਕਾ ਹੈ ਕਿ ਉਹ ਗ੍ਰਹਿਣ ਨਹੀਂ ਕਰ ਰਿਆ ਪਾਣੀ ਦੀ ਬੂੰਦਾਂ ਆ ਤੇ ਰਹੀਆਂ ਪਰ ਬਾਰ-ਬਾਰ ਅੰਦਰ ਨਹੀਂ ਜਾਂਦੇ ਰਿਹਾ ਕਿਉਂਕਿ ਸਖਤ ਹੋਇਆ ਹੋਇਆ ਬਹੁਤ ਜ਼ਿਆਦਾ ਮੈਲ ਇੰਨੀ ਭਰੀ ਪਈ ਹੈ ਸਾਡੇ ਮਨ ਦੀ ਵਿੱਚ ਜਿਹੜੇ ਐਸੀ ਹਾਲਾਤ ਬਣੇ ਰਹਿੰਦੇ ਆ ਮਨ ਦੇ ਵਿੱਚ ਐਸੇ ਵਿਕਾਰ ਭਾਵੀ ਹੋ ਜਾਂਦੇ ਨੇ ਮੈਲ ਹਵੀ ਹੋ ਜਾਂਦੀ ਏ ਮੈਲ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਦੇ ਵਿੱਚ ਐ ਮੈਲ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਵਲੀ ਵਸਤਾ ਬਣਦੀ ਏ ਤੇ ਇੰਨਾ ਮਨ ਸਖਤ ਹੋ ਜਾਂਦਾ ਕਿ ਗੁਰਬਾਣੀ ਜਿਹੜੀ ਐ ਮਨ ਦੇ ਉਪਰੋਂ ਉਪਰੋਂ ਲੰਘਦੀ ਰਹਿੰਦੀ ਏ ਉਪਰੋਂ ਉਪਰੋਂ ਲੰਘਦੀ ਰਹਿੰਦੀ ਏ ਅਜੇ ਪ੍ਰਭਾਵ ਗ੍ਰਹਿਣ ਨਹੀਂ ਕਰ ਰਿਆ ਮਨ ਅਜੇ ਮਨ ਕੰਨ ਸੁਣ ਰਹੇ ਆ ਜ਼ਬਾਨ ਗਾ ਰਹੀ ਏ ਪਰ ਇੰਨਾ ਮਨ ਸਖਤ ਹੋ ਚੁੱਕਾ ਹੈ ਕਿ ਲੈ ਨਹੀਂ ਰਿਆ ਪਰ ਗੁਰੂ ਸਾਹਿਬ ਕਹਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰਬਾਣੀ ਸੁਨਤ ਜਦੋਂ ਮਨ ਨੇ ਸੁਣਿਆ ਜੱਪਨ ਦਾ ਜਿਉਂ-ਜਿਉਂ ਜਪੈ ਤੀਵੇ ਸੁਖ ਪਾਵੇ ਮਨ ਨੇ ਜਪਿਆ ਜਦੋਂ ਮਨ ਨੇ ਸੁਣਨਾ ਕੀਤਾ ਕਪੜੇ ਦੀ ਮੈਲ ਫਿਰ ਉਤਾਰ ਨਹੀਂ ਹੋਏ ਨਾ ਤੋਣੀ ਹੋਏ ਜਿਹੜੀ ਸਖਤ ਹੋ ਗਈ ਜਿੱਤੇ ਪਾਣੀ ਪਾਈਦਾ ਪਹਿਲਾਂ ਬੀਬੀਆਂ ਜਿਹੜੀਆਂ ਸੋਟਾ ਰੱਖਦੀਆਂ ਸਨ ਸਾਬਣ ਲਗਾ ਕੇ ਸੋਟੇ ਨਾਲ ਕੁੱਟਦੀਆਂ ਸੀ ਕਿਉਂ ਕੁੱਟਦੀਆਂ ਸਨ ਕਿ ਉਹ ਮੈਲ ਜਿਹੜੀ ਸਖਤ ਹੋਈ ਹੋਈ ਹੈ ਉਹ ਨਰਮ ਹੋ ਜਾਏ ਉਹ ਨਰਮ ਹੋ ਜਾਏ ਜਦੋਂ ਨਰਮ ਹੋ ਜਾਂਦੀਏ ਤੇ ਫਿਰ ਉਹ ਮੈਲ ਸਾਬਨ ਨੂੰ ਕਬੂਲ ਕਰਦੀਏ ਫਿਰ ਪਾਣੀ ਪ인다 ਤੇ ਉਹ ਮੈਲ ਬਾਹਰ ਟੀਰੇ ਟੀਰੇ ਨਿਕਲਣ ਲੱਗ ਪੈਂਦੀਏ ਤੇ ਸ਼ਬਦ ਵੀ ਮਾਨੋ ਸਾਡੇ ਮਨ ਤੇ ਸੱਟਾਂ ਮਾਰਦਾ ਹੈ ਝੋਟ ਮਾਰਦਾ ਹੈ ਸਾਡੇ ਮਨ ਦੀ ਮੈਲ ਤੇ ਉੱਤੇ ਸੱਟ ਵੱਜਦੀ ਹੈ ਮਨ ਦੇ ਵਿੱਚੋਂ ਮੈਲ ਨਿਕਲਦੀ ਹੈ ਮਨ ਨੂੰ ਧੋਂਦਾ ਬਾਣੀ ਉਹ ਅੰਮ੍ਰਿਤ ਹੈ ਜਿਹਨੇ ਮਨ ਨੂੰ ਧੋਂਦੀ ਸਮਰੱਥਾ ਵਾਲਾ ਐਸੀ ਨਹੀਂ ਗੁਰਬਾਣੀ ਗੁਰੂ ਦੇ ਬੋਲ ਐਸੀ ਨਹੀਂ ਬੇਸ਼ਕੀਮਤੀ ਹਨ ਕਿੰਦੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਹੁਣ ਨਰਮ ਹੋ ਗਿਆ ਹੁਣ ਕਬੂਲ ਕਰਨ ਲੱਗ ਗਿਆ ਹੁਣ ਪਤੀਜਨ ਲੱਗ ਪਿਆ ਹੁਣ ਬਾਣੀ ਜਿਹੜੀ ਹੈ ਮਨ ਦੇ ਅੰਦਰ ਜਾਣ ਲੱਗ ਪਈ ਅਜੇ ਤੱਕ ਤੇ ਬੂਆ ਬੰਦ ਕੀਤਾ ਹੋਇਆ ਸੀਗਾ ਬੂਏ ਤੇ ਆਵਾਜ਼ਾ ਦਿੰਦਾ ਸੀ ਕੰਨਾਂ ਦੇ ਰਾਹੀਂ ਸ਼ਬਦ ਗੁਰੂ ਦੇ ਬੋਲ ਪੁਕਾਰਦੇ ਸਨ ਸਾਡਾ ਮਨ ਜਿਹੜਾ ਕਬੂਲ ਨਹੀਂ ਕਰਦਾ ਸੀ ਬੂਆ ਸਖਤ ਬੰਦ ਸੀ ਹੁਣ ਹੁਣ ਮਨੋ ਧੀਰੇ ਧੀਰੇ ਮਨ ਨੇ ਕਬੂਲਨ ਕਬੂਲ ਕਰਨਾ ਸ਼ੁਰੂ ਕੀਤਾ ਮਨ ਨਰਮ ਹੁੰਦਾ ਗਿਆ ਫਿਰ ਕੀ ਹੋਇਆ ਮਨ ਭੀਨਾ ਜਦੋਂ ਮਨ ਦਰਵਿਆ ਜਿਸ ਤਰ੍ਹਾਂ ਕਪੜਾ ਥੋੜਾ ਜਿਹਾ ਦਰਵਿਆ ਤੇ ਉਹਨੇ ਪਾਣੀ ਨੂੰ ਕਬੂਲ ਕੀਤਾ ਉਹਦੇ ਉਹ ਭਿੱਜਣ ਲੱਗ ਪਿਆ ਐਸੀ ਤਰ੍ਹਾਂ ਕੇ ਦਾ ਨਾਲ ਮਨ ਵੀ ਦਰਵਿਆ ਨਰਮ ਹੋਇਆ ਹੁਣ ਮਨ ਨੇ ਸ਼ਬਦ ਨੂੰ ਕਬੂਲਨਾ ਸ਼ੁਰੂ ਕਰ ਦਿੱਤਾ ਮਨ ਭਿੱਜਣ ਲੱਗ ਪਿਆ ਅਜੇ ਤੱਕ ਮਨ ਮਾਇਆ ਦੇ ਪ੍ਰਭਾਵ ਨੂੰ ਕਬੂਲ ਕਰਕੇ ਬੈਠਾ ਸੀ ਹੁਣ ਮਾਇਆ ਦਾ ਪ੍ਰਭਾਵ ਨਿਕਲਣ ਲੱਗਾ ਮਹਿਲ ਬਾਹਰ ਵਾਲੇ ਪਾਸੇ ਨਿਕਲਣ ਲੱਗੀ ਹੁਣ ਸ਼ਬਦ ਨੂੰ ਕਬੂਲ ਕਰਨ ਲੱਗ ਪਿਆ ਗੁਰਬਾਣੀ ਸੁਨਤ ਮੇਰਾ ਮਨ ਅਧਰਵਿਆ ਮਨ ਭੀਨਾ ਨਿਜ ਘਰ ਆਵੇ ਗੋ ਨਿਜ ਘਰ ਆਵੇ ਗੋ ਨਿਜ ਘਰ ਮਨ ਦਾ ਅਸਲ ਕਰ ਸਰੂਪ ਜਿਹੜਾ ਅਸਲ ਕਰ ਹੈ ਉਹ ਹਿਰਦਾ ਕਰਦੇ ਵਿੱਚ ਉਹਦਾ ਪ੍ਰਮਾਤਮਾ ਨਾਲ ਟਿਕਣ ਵਾਲਾ ਕਰਥਾਨ ਜਿੱਤੇ ਨਿਜ ਦੇ ਕਰ ਵਿੱਚ ਆ ਕੇ ਮਨ ਨੇ ਟਿਕਣਾ ਹੈ ਪਰ ਮਨ ਮਾਇਆ ਦੇ ਪ੍ਰਭਾਵ ਇਹ ਵਿਕਾਰਾਂ ਦੀ ਗੁਲਾਮੀ ਵਿੱਚ ਬਾਹਰ ਮੁਖੀ ਪਟਕਦਾ ਰਹਿੰਦਾ ਹੈ ਇਹ ਵੀ ਪਾਲਾਂ ਇਹ ਵੀ ਪਾਲਾਂ ਇਹ ਵੀ ਤਕਨਾ ਇਹ ਵੀ ਤਕਨਾ ਇੱਥੇ ਵੀ ਕੁੰਮਾਵਾ ਇੱਥੇ ਵੀ ਕੁੰਮਾਵਾ ਅਜੇ ਭੋਜਨ ਖਾਦਾ ਹੈ ਇਹ ਵੀ ਭੋਜਨ ਖਾ ਲਾ ਅਗਲੇ ਭੋਜਨ ਦੀ ਸੋਚ ਪਹਿਲੇ ਮਨ ਵਿੱਚ ਚੱਲ ਰਹੀ ਹੈ ਹੁਣ ਦੁਪਹਿਰ ਵੇਲੇ ਕੀ ਖਾਵਾਂਗੇ ਦੁਪਹਿਰ ਵੇਲੇ ਦਾ ਖਾਦਾ ਜਾਂ ਰਾਤ ਵੇਲੇ ਕੀ ਖਾਵਾਂਗੇ ਉਹਨੇ ਕਪੜੇ ਚੰਗੇ ਲਿੱਤੇ ਹਨ ਹੁਣ ਹੋਰ ਕਪੜੇ ਕਿਧਰੋਂ ਲੈਣੇ ਮਨ ਮਨ ਬਾਹਰ ਮੁਖੀ ਪਟਕਦਾ ਰਹਿੰਦਾ ਇੱਕ ਮੋਬਾਈਲ ਦਾ ਮਾਡਲ ਲਿਆ ਅਗਲਾ ਮਾਡਲ ਨਵਾਂ ਆ ਰਿਹਾ ਉਹ ਕਿਸ ਤਰ੍ਹਾਂ ਖਰੀਦਣਾ ਮਨ ਬਾਹਰ ਮੁਖੀ ਪਟਕਦਾ ਰਹਿੰਦਾ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਸ਼ਬਦ ਨਾਲ ਸੰਜਮ ਬੰਦੀ ਹੈ ਮਨ ਦੀਆਂ ਭੁੱਖਾਂ ਮਿਟਦੀਆਂ ਮਨ ਭੁੱਖਾਂ ਭੁੱਖਾਂ ਮਤ ਕਰੇ ਮਤੂ ਕਰੇ ਪੁਕਾਰ ਗੁਰੂ ਦਾ ਸ਼ਬਦ बार-बार ਸੱਟ ਮਾਰਦਾ ਹੈ ਮਨ ਦੀਆਂ ਭੁੱਖਾਂ ਮਨ ਦੀਆਂ ਤ੍ਰਿਸ਼ਨਾਵਾਂ ਸ਼ਾਂਤ ਹੁੰਦੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਦੇ ਵਿੱਚ ਉਹ ਤ੍ਰਿਸ਼ਨਾਵਾਂ ਭੁੱਖਾਂ ਸ਼ਾਂਤ ਹੁੰਦੀਆਂ ਮਨ ਦੀ ਪਕੜ ਜਿਹੜੀ ਬਾਹਰ ਭੁਖੀ ਹੋ ਕੇ ਪਦਾਰਥਾਂ ਵੱਲ ਮਾਇਆ ਵੱਲ ਮਿੱਤਰਾ ਦੋਸਤਾਂ ਵੱਲ ਜਿਹੜੇ ਮੋਹ ਦੀ ਫਾਈਆਂ ਬਤੇਰੀਆਂ ਪਈਆਂ ਰਹਿੰਦੀਆਂ ਉਹ ਜਕੜ ਕਮਜ਼ੋਰ ਹੁੰਦੀ ਜਾਂਦੀ ਹੈ ਫਿਰ ਮਨ ਨਿਜਗਰ ਆਵੇਗਾ ਫਿਰ ਨਿਜ ਦੇ ਘਰ ਵਿੱਚ ਆ ਕੇ ਟਿਕਣਾ ਸ਼ੁਰੂ ਹੁੰਦਾ ਉਸ ਉਸ ਥਾਂ ਤੇ ਟਿਕਦਾ ਜਿਸ ਥਾਂ ਤੇ ਪਰਮਾਪਾ ਦਾ ਵਸੇਵਾ ਹੈ ਸਰ ਪ੍ਰਮਾਤਮਾ ਪ੍ਰਮਾਨ ਦੇ ਵਿੱਚ ਪ੍ਰਗਟ ਹੋਣ ਲੱਗਦਾ ਪ੍ਰਮਾਤਮਾ ਮਨ ਦੇ ਵਿੱਚ ਪਹਿਲਾਂ ਤੋਂ ਮੌਜੂਦ ਹੈ ਪਰ ਮਾਇਆ ਦੇ ਪ੍ਰਭਾਵ ਵੇਟ ਅਸੀਂ ਪ੍ਰਮਾਤਮਾ ਨੂੰ ਭੁੱਲੀ ਬੈਠਿਆ ਅਸੀਂ ਕੋਡੀਆਂ ਦੇ ਚੱਕਰ ਦੇ ਵਿੱਚ ਐਸਾ ਅਨਮੋਲ ਹੀਰਾ ਜਿਹੜਾ ਉਹਨੂੰ ਅਸੀਂ ਗਵਾਈ ਬੈਠੇ ਆ ਤੇ ਗੁਰੂ ਸਾਹਿਬ ਕਹਿੰਦੇ ਹਨ ਇਹ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਣਾ ਨਿਜ ਕਰ ਆਵੇगो ਤੈ ਅਨਹਤ ਤੁਨੀ ਬਾਜੇ ਨਿਤ ਬਾਜੇ ਨੀਝਰ ਧਾਰ ਚ ਆਵੇगो ਤੈ ਉਸ ਅਵਸਥਾ ਵਿੱਚ ਨਿਰਕਰ ਆਵੇਗੋ ਹੋਰ ਕਿੱディ ਗੱਲ ਕਰ ਰਹੇ ਜਦੋਂ ਮਨ ਰਾਮ ਨਾਮ ਸੁਖ ਪਾਵੇ ਕੋ ਜਿਸ ਜਿਸ ਨੇ ਮਨ ਨੇ ਨਾਮ ਨੂੰ ਜਪਣਾ ਸ਼ੁਰੂ ਕਰ ਲਿਆ ਨਾਮ ਗੁਰਬਾਣੀ ਸੁਣਤ ਜਿਸ ਦੇ ਮਨ ਨੇ ਗੁਰਬਾਣੀ ਸੁਣਨੀ ਸ਼ੁਰੂ ਕਰ ਦਿੱਤੀ ਗੁਰਬਾਣੀ ਜਪਨ ਗੁਰਬਾਣੀ ਸੁਣਨ ਤੋਂ ਪਾਵੇ ਜਿਸ ਨੇ ਗੁਰਬਾਣੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਇਸ ਤਾਂ ਕਈ ਵਾਰੀਸ ਪਲੇਟਫਾਰਮ ਤੋਂ ਵੀ ਗੱਲ ਹੁੰਦੀ ਹੈ ਨਾ ਪਰਵਿੰਦਰ ਵੀ ਜੀ ਕਈ ਵਾਰ ਗੱਲ ਕਰਦੇ ਹਨ ਕਿ ਗੁਰਬਾਣੀ ਨੂੰ ਅਸੀਂ ਐਜੂਕੇਸ਼ਨ ਲੈ ਕੇ ਚੱਲੀਏ ਅਜੇ ਤੱਕ ਗੁਰਬਾਣੀ ਅਸੀਂ ਮੰਤਰ ਸਮਝ ਲਿਆ ਰੱਟ ਲਿਆ ਆਪੇ ਆਪੇ ਆਪ ਕੋਈ ਜਾਦੂ ਟੂਣਾ ਕੋਈ ਚਮਤਕਾਰ ਹੋਏਗਾ ਸਾਡੇ ਕੰਮ ਸਵਰ ਜਾਣ ਕੇ ਅਸਲ ਕੰਮ ਜਿਹੜਾ ਸਵਾਰਨਾ ਹੈ ਉਹ ਗੁਰਬਾਣੀ ਨੇ ਅੰਦਰ ਜਾ ਕੇ ਸਾਡੇ ਮਨ ਨੂੰ ਬਦਲਣਾ ਹੈ ਅਸਲ ਕਾਰ ਤੇ ਉਹ ਸਵਰਨਾ ਹੈ ਉਹ ਕਾਰ ਨਹੀਂ ਅਸੀਂ ਸਵਾਰ ਪਾਉਂਦੇ ਬਾਹਰ ਦੇ ਅਸੀਂ ਕਿਸੇ ਨਾ ਕਿਸੇ ਉਸ ਮੰਤਰ ਦੇ ਰੂਪ ਵਿੱਚ ਰਟਨ ਦੇ ਰੂਪ ਵਿੱਚ ਚਮਤਕਾਰ ਦੇ ਪਿੱਛੇ ਦੌੜਦੇ ਰਹਿੰਦੇ ਹਾਂ ਮੈਂ ਨਹੀਂ ਕਹਿੰਦਾ ਕਿ ਉਸ ਮੁਤਾਬਕ ਕਾਰ ਪੂਰੇ ਨਹੀਂ ਹੁੰਦੇ ਪਰਮਾਤਮਾ ਸਮਰਥਾ ਪਰਮਾਤਮਾ ਸਰਬ ਕਲਾ ਭਰਪੂਰ ਹੈ ਪਰਮਾਤਮਾ ਦੇ ਵਿੱਚ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਤੇ ਇੰਜ ਹੋਇਆ ਕਿ ਇੱਕ ਪੇੜ ਦੇ ਇੱਕ ਪੱਤੇ ਦੀ ਮੰਗ ਕਰ ਰਿਹਾ ਸਾਡੇ ਅੰਦਰ ਮੈਲ ਭਰੀ ਪਈ ਹੈ ਭਰਪੂਰ ਹੈ ਉਹਦਾ ਇੱਕ ਪੱਤਾ ਅਸੀਂ ਛਾੜਤਾ ਕਿਤੇ ਨਾ ਕਿਤੇ ਕਿਣਕਾ ਮਾਤਰ ਸਾਡੇ ਇੱਕ ਕਾਰ ਦਾ ਪੂਰਾ ਹੋਣਾ ਪਰ ਨੋ ਕਿਣਕਾ ਮਾਤਰ ਕੋਈ ਕਾਰ ਪੂਰਾ ਹੋ ਜਾਣਾ ਜਦੋਂ ਮੈਲ ਭਰੇ ਪੇੜ ਨੂੰ ਜੜ ਸਮੇਤ ਉਖਾੜਨ ਦੀ ਸਮਰੱਥਾ ਹੈ ਗੁਰੂ ਦੇ ਬੋਲਾਂ ਵਿੱਚ ਜਦੋਂ ਗੁਰੂ ਦੇ ਬੋਲਾਂ ਨੂੰ ਮਨ ਸੁਣਦਾ ਤੇ ਮਨ ਦੇ ਵਿੱਚੋਂ ਜੜ ਦੇ ਸਮੇਤ ਉਹ ਮੈਲ ਦਾ ਪੇੜ ਮਾਇਆ ਦੇ ਪ੍ਰਭਾਵ ਜਿਹੜੇ ਅੰਦਰ ਬੜੀ ਜਣਾ ਫੈਲੀਆਂ ਚੰਨ ਗੁਰੂ ਸਾਹਿਬ ਉਹ ਪੂਰੇ ਦੇ ਪੂਰੇ ਨੂੰ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਤੇ ਕਹਿੰਦੇ ਨੇ ਤੈ ਅਨਹਤ ਤੁਨੀ ਉਸ ਅਵਸਥਾ ਦੇ ਵਿੱਚ ਦੇਖੋ ਕਿ ਤੇ ਸ਼ਬਦ ਦਾ ਪ੍ਰਭਾਵ ਕਬੂਲ ਕਰ ਲੈਣਾ ਜਦੋਂ ਮਨ ਸ਼ਬਦ ਦਾ ਪ੍ਰਭਾਵ ਕਬੂਲ ਕਰ ਲੈਂਦਾ ਨਾ ਉਸ ਅਵਸਥਾ ਦੇ ਵਿੱਚ ਮਨ ਦੇ ਵਿੱਚ ਕੀ ਵਤੀਤ ਹੋ ਰਿਹਾ ਉਸ ਵਿੱਚ ਮਨ ਕੀ ਮਹਿਸੂਸ ਕਰ ਰਿਹਾ ਮਾਨੋ ਉਸ ਅਵਸਥਾ ਦੇ ਵਿੱਚ ਅਸੀਂ ਸੋਚੀਏ ਨਾ ਕਿਸੇ ਮਿੱਤਰ ਦਾ ਬਹੁਤ ਹੀ ਪਿਆਰਾ ਮਿੱਤਰ ਹੋਵੇ ਕਈ ਵਾਰੀਆਂ ਦੇ ਬਾਤ ਕਵੇ ਮੈਂ ਤੇਰੇ ਘਰ ਆ ਰਿਹਾ ਤੇ ਸਭ ਮੰਨ ਦੇ ਕਿੰਨੀ ਉਮੰਗ ਕਿੰਨੀ ਚਾਹ ਪੈਦਾ ਹੋ ਜਾਂਦੀ ਹੈ ਕਿ ਮੇਰਾ ਮਿੱਤਰ ਆ ਰਿਹਾ ਅਸੀਂ ਉਡੀਕਦੇ ਹਾਂ ਮਨ ਦੇ ਵਿੱਚ ਇੱਕ ਫੀਲ ਆਂਦੀ ਹੈ ਮਾਨੋ ਗੁਰੂ ਸਾਹਿਬ ਉਸ ਫੀਲ ਦਾ ਵੀ ਜ਼ਿਕਰ ਕਰ ਰਹੇ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਦੋਨੋਂ ਚੀਜ਼ਾਂ ਨੂੰ ਅਸੀਂ ਨਾਂ ਲੈ ਕੇ ਚੱਲੀਏ ਨਾ ਇੱਕ ਪਾਸੇ ਤੇ ਜਦੋਂ ਬੇ ਗੁਰੂ ਸਾਹਿਬ ਜਪਜੀ ਸਾਹਿਬ ਵਿੱਚ ਵੀ ਕਹਿੰਦੇ ਹਨ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਗਿਆਨ ਵਾਲੀ ਅਵਸਥਾ ਵਿੱਚ ਪੂਰਨ ਤੌਰ ਤੇ ਗਿਆਨ ਜਿਹੜਾ ਹੈ ਪ੍ਰਭਾਵ ਪਾ ਗਿਆ ਪ੍ਰਚੰਡ ਹੋ ਗਿਆ ਪੂਰਨ ਤੌਰ ਤੇ ਗਿਆਨ ਨੇ ਪ੍ਰਭਾਵ ਪਾ ਦਿੱਤਾ ਉਹ ਸਟੇਟ ਆਫ ਮਾਈਂਡ ਉਹ ਸਟੇਟ ਆਫ ਮਾਈਂਡ ਇਜ਼ ਮੰਦ ਵਿੱਚ ਫੀਲ ਕੀ ਹੁੰਦੀ ਹੈ ਮੰਦ ਵਿੱਚ ਕੈਸੀ ਤਰੰਗਾ ਵੱਜ ਰਹੀਆਂ ਆਉਂਦੀਆਂ ਕੈਸੀ ਲਹਿਰਾਂ ਉੱਪਰ ਦੀਆਂ ਕੈਸੀ ਉਮੰਗ ਉੱਡਦੀਏ ਮਾਨੋ ਉਹਦਾ ਜ਼ਿਕਰ ਵੀ ਕਰ ਰਹੇ ਹਨ ਕਹਿੰਦੇ ਤੈ ਅਨਾਹਤ ਤੋ ਨਹੀਂ ਵੱਜੇ ਉਸ ਅਵਸਥਾ ਦੇ ਵਿੱਚ ਜਿੱਦਾਂ ਮਨ ਸ਼ਬਦ ਨਾਲ ਜੁੜ ਗਿਆ ਜਿੱਦਾਂ ਮਨ ਨੇ ਸ਼ਬਦ ਨੂੰ ਜਪਣਾ ਸ਼ੁਰੂ ਕਰਤਾ ਜਿੱਦਾਂ ਮਨ ਨੇ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਜਿੱਦਾਂ ਮਨ ਸ਼ਬਦ ਵਿੱਚ ਸਮਾਵੇ ਕੋ ਸਮਾ ਗਿਆ ਵਿਲੀਨ ਹੋ ਗਿਆ ਕਹਿੰਦੇ ਤਹ ਉੱਥੇ ਉਸ ਅਵਸਥਾ ਵਿੱਚ ਉਸ ਸਟੇਟ ਆਫ ਮਾਈਂਡ ਵਿੱਚ ਤਹ ਅਨਾਤ ਧੁਨੀ ਵਾਜੇ ਅਨਹਤ ਹੱਤ ਤੋਂ ਪਾਉ ਹੁੰਦਾ ਜਿਸ ਤਰ੍ਹਾਂ ਦੋ ਚੀਜ਼ਾਂ ਦੇ ਨਾਲ ਟਕਰਾਵ ਦੇ ਨਾਲ ਕੋਈ ਧੁਨੀ ਪੈਦਾ ਹੋਏ ਨਾ ਉਹਨੂੰ ਕਹਿੰਦੇ ਹੱਤ ਦੋ ਚੀਜ਼ ਟਕਰਾਈਆਂ ਮੇਰੇ ਬਾਤ ਬਾਤ ਨਾਲ ਟਕਰਾਈਆਂ ਐ ਚੋਟ ਨੇ ਇੱਕ ਆਵਾਜ਼ ਬਾਹਰ ਕੱਢੀਏ ਦੁਨੀਆ ਦੀ ਬਾਹਰ ਦੀਆਂ ਜਿੰਨੀਆਂ ਵੀ ਮਿਊਜ਼ਿਕ ਜਿੰਨੇ ਵੀ ਆਵਾਜ਼ਾਂ ਆਉਂਦੀਆਂ ਨੇ ਉਹ ਬਾਹਰ ਦੇ ਦੋ ਚੀਜ਼ਾਂ ਦੇ ਟਕਰਾਵ ਨਾਲ ਪੈਦਾ ਹੁੰਦੀਆਂ ਐ ਇੱਥੇ ਕਹਿੰਦੇ ਹਨ ਅਨਹਤ ਮਨ ਦੀ ਉਹ ਅਵਸਥਾ ਜਿੱਥੇ ਬਿਨਾ ਵਜਾਏ ਅੰਦਰ ਇੱਕ ਤਰੰਗਾ ਉਤਪਨ ਹੋ ਰਹੀਆਂ ਇੱਕ ਮਨ ਖੜਾ ਵਿਚਾਰਿਆ ਇੱਕ ਫੀਲ ਬਣ ਰਹੀਏ ਉਸ ਜ਼ਿਕਰ ਨਾਲ ਦੇ ਨਾਲ ਕਰ ਰਹੇ ਤੈ ਅਨਤ ਨਹੀਂ ਬਾਜੇ ਨਿਤ ਬਾਜੇ ਵੱਜਦੀਆਂ ਹੁਣ ਕਦੋਂ ਵੱਜਦੀਆਂ ਨਹੀਂ ਤਾਂ ਬਾਜੇ ਨਿਤਾ ਪ੍ਰਤੀ ਉਸ ਅਵਸਥਾ ਵਿੱਚ ਉਸ ਫੀਲ ਵਿੱਚ ਜਿੱਤੇ ਪਰਮਾਤਮਾ ਦੇ ਨਾਲ ਮਿਲਾਪਲਾ ਆਨੰਦ ਮਹਿਸੂਸ ਕਰ ਰਹੇ ਉਹ ਆਨੰਦ ਉਹ ਮਿੱਠਾ ਆਨੰਦ ਉਹ ਉਸ ਰਸ ਭਰਪੂਰ ਦੀ ਗੱਲ ਕਰ ਰਹੇ ਕਹਿੰਦੇ ਨਿਤ ਬਾਜੇ ਨੀਝਰ ਧਾਰ ਚ ਵਾਦੇ ਕੋ ਨੀਝਰ ਤੋਂ ਪਾਉਂਦਾ ਲਗਾਤਾਰ ਨੀਝਰ ਜਿਸ ਤਰ੍ਹਾਂ ਕੋਈ ਝਰਨੇ ਦੇ ਵਿੱਚ ਪਾਣੀ ਲਗਾਤਾਰ ਵਹੀ ਜਾਂਦਾ ਹੈ ਨਾ ਝਰਨਾ ਹੋਏ ਝਰਨੇ ਦੇ ਵਿੱਚ ਪਾਣੀ ਦੀ ਧਾਰ ਵਗਦੀ ਜਾ ਰਹੀ ਹੈ ਨੀਝਰ ਧਾਰ ਚ ਆਵੇਗੋ ਗੁਰੂ ਦਰਸ਼ ਬੱਦੀ ਅੰਮ੍ਰਿਤ ਮਈ ਰਸ ਉਹ ਮਨ ਦੇ ਵਿੱਚ ਚ ਆਵੇਗੋ ਲਗਾਤਾਰ ਉਹ ਚੌਂਦਾ ਰਹਿੰਦਾ ਲਗਾਤਾਰ ਉਹ ਆਨੰਦ ਵਾਲੀ ਅਵਸਥਾ ਬਣੀ ਰਹਿੰਦੀ ਹੈ ਨੀਝਰ ਇੱਕ ਰਸ ਜਿਹੜਾ ਹੈ ਧਾਰ ਚ ਆਵੇਗੋ ਅੰਦਰ ਚੁੰਦਾ ਰਹਿੰਦਾ ਅੰਦਰ ਟਪ ਟਪਕਦਾ ਰਹਿੰਦਾ ਅਜੇ ਤੱਕ ਮਾਇਆ ਦੇ ਪ੍ਰਭਾਵ ਵੇ ਕਈ ਕਿਸਮ ਦੇ ਵਿਕਾਰ ਜਿਹੜਿਆਂ ਮੈਲ ਜੜੀਏ ਉਹ ਅੰਦਰ ਜਿਹੜੀ ਪ੍ਰਭਾਵ ਪਾਉਂਦੀਆਂ ਸੀਗੀਆਂ ਇੱਕ ਇੱਕ ਤਾਂ ਤੇ ਗੁਰੂ ਸਾਹਿਬ ਜਦੋਂ ਜ਼ਿਕਰ ਕਰਦੇ ਨਾ ਕਹਿੰਦੇ ਲੋਭ ਲਹਿਰ ਆ ਤੇ ਨੀਜਰ ਵਾਜੇ ਜਦੋਂ ਮਾਇਆ ਦੇ ਪ੍ਰਭਾਵ ਵੇਟ ਹੁੰਦੇ ਆ ਨਾ ਤੇ ਲੋਭ ਲਹਿਰ ਆ ਤੇ ਨੀਜਰ ਉੱਤੇ ਵੀ ਨੀਜਰ ਕਰ ਆਇਆ ਆਤ ਨੀਜਰ ਵਾਜੇ ਨਿੱਤਾ ਪ੍ਰਤੀ ਲੋਭ ਨੇ ਪ੍ਰਭਾਵ ਪਾਇਆ ਹੋਇਆ ਹੈ ਲੋਭ ਕੰਦਾ ਵਿਮਾਨੀ ਕਰ ਠੱਗੀ ਕਰ ਰਿਸ਼ਵਤ ਲੈ ਲੈ ਘੱਟ ਤੋਲ ਦੇ ਕਿਸੇ ਹੋਰ ਨਾਲ ਠੱਗੀ ਕਰ ਲੈ ਲੋਭ ਲਹਿਰ ਅਤ ਨੀਜਰ ਵਾਜੇ ਕਾਇਆ ਡੂਬੇ ਕੇਸਵਨ ਰਿਜ਼ਲਟ ਕੀ ਨਿਕਲ ਰਿਹਾ ਕੈਨਨ ਕਾਇਆ ਡੂਬੇ ਕੇਸਵਾ ਵਿਕਾਰਾਂ ਦੇ ਵਿੱਚ ਕਾਇਆ ਡੁੱਬਦੀ ਪਈ ਏ ਸੰਸਾਰ ਸੁੰਮੰਦੇ ਤਾਰ ਗੋਵਿੰਦੇ ਤਾਰ ਲੈ ਬਾਪ ਬੀਟਲਾ ਐ ਲੋਭ ਦੀ ਲਹਿਰ ਦੇ ਵਿੱਚੋਂ ਮੈਨੂੰ ਕੱਢ ਲੈ ਮੈਨੂੰ ਇਹਦੇ ਵਿੱਚੋਂ ਬਾਹਰ ਬਾਹਰ ਕੱਢ ਲੈ ਤੇ ਇੱਥੇ ਨੀਜਰ ਜਿਹੜਾ ਹੈ ਪੋਜ਼ਿਟਿਵ ਸੈਂਸਿਸ ਗੁਰੂ ਸਾਹਿਬ ਨੇ ਇੱਕ ਰਸ ਮਾਇਆ ਦਾ ਰਸ ਜਿਹੜਾ ਹੈ ਉਹ ਅੰਦਰ ਉਹਦੀ ਤਾਰ ਗੁਰੂ ਦੇ ਸ਼ਬਦ ਦੀ ਅੰਮ੍ਰਿਤਮਈ ਤਾਰ ਮਾਇਆ ਦੇ ਪ੍ਰਭਾਵ ਤੋਂ ਬਾਹਰ ਨਿਕਲ ਕੇ ਉਸ ਅਵਸਥਾ ਦੇ ਵਿੱਚ ਗੁਰੂ ਦਾ ਸ਼ਬਦ ਦੀ ਤਾਰ ਨਿਤਾ ਪ੍ਰਤੀ ਅੰਦਰ ਵਰਸਨ ਲੱਗਦੀ ਹੈ ਅੰਦਰ ਚੁਆਵੇ ਕੋ ਅੰਦਰ ਐਂ ਸੰਦੀਏ ਦੀ ਬੂੰਦਾ ਇੱਕ ਝੜੀ ਜੀ ਲੱਗ ਜਾਂਦੀ ਹੈ ਨਿਤਾ ਪ੍ਰਤੀ ਉਹ ਆਨੰਦ ਵਾਲਾ ਫੀਲ ਨਾਲ ਦੇ ਨਾਲ ਆਂਦਾ ਉਹ ਆਨੰਦਮਈ ਅਵਸਥਾ ਬਣਦੀ ਜਾਂਦੀ ਹੈ ਇਹ ਕਹਿੰਦੇ ਤੈ ਅਨਹਤੋ ਨਹੀਂ ਬਾਜੇ ਨਿਤ ਬਾਜੇ ਨੀਝਰ ਧਾਰ ਚੁਆਵੇ ਕੋ ਰਾਮ ਨਾਮ ਇੱਕ ਤਿਲ ਤਿਲ ਲਗਾਵੇ ਮਨ ਗੁਰਮਤ ਨਾਮ ਸਮਾਵੇ ਕੋ ਕਹਿੰਦੇ ਰਾਮ ਨਾਮ ਇੱਕ ਤਿਲ ਤਿਲ ਲਗਾਵੇ ਤਿਲ ਤਿਲ ਹਰ ਹਰ ਸਵਾਸ ਦੇ ਨਾਲ ਉਹ ਹਰ ਹਰ ਵਕਤ ਇਹ ਮਾਂ ਜੜਾ ਹੈ ਫਿਰ RAM ਦੇ ਨਾਮ ਨੂੰ ਗਾਉਂਦਾ ਰਹਿੰਦਾ RAM ਦਾ ਮਾਹ ਕਰ ਮੁਕਤ RAM ਮਾ RAM ਨਾਮ ਨਾਮ ਦੇ ਮਾਹ ਕਰ ਨੂੰ ਕੜੇ ਤੇ ਅਰਥ ਬੰਦੇ RAM ਦਾ ਨਾਮ RAM ਦਾ ਨਾਮ ਇੱਕ ਤਿਲ ਤਿਲ ਲਗਾਵੇ ਤਿਲ ਤਿਲ ਲਗਾਵੇ was pause was was simro govind ਗੁਰੂ ਸਾਹਿਬ ਐ ਸਿੱਖਿਆ ਵੀ ਦਿੰਦੇ ਨੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਉਸ ਗੱਲ ਨੂੰ ਗੁਰੂ ਦੇ ਬੋਲਾਂ ਨੂੰ ਜਦੋਂ ਅਸੀਂ ਮੰਨਣ ਲੱਗ ਪੈਂਦੇ ਹਾਂ ਤੋ ਉਸ ਤਰ੍ਹਾਂ ਉਸ ਤਰ੍ਹਾਂ ਮਨ ਉਸ ਅਵਸਥਾ ਵਿੱਚ ਵੀ ਅਪੜਦਾ ਜਾਂਦਾ ਹੈ ਜਿੱਥੇ ਇੱਕ ਤਿਲ ਤਿਲ ਗਾਵੇ ਵਾਲੀ ਅਵਸਥਾ ਬੰਦੀ ਰਹਿੰਦੀ ਹੈ ਮਨ ਗੁਰਮਤਿ ਨਾਮ ਸਮਾਵੇਗੋ ਮਨ ਜਿਹੜਾ ਹੈ ਗੁਰੂ ਦੀ ਮਤ ਲੈ ਕੇ ਨਾਮ ਵਿੱਚ ਸਮਾਵੇਗੋ ਨਾਮ ਵਿੱਚ ਸਮਾ ਜਾਂਦਾ ਹੈ ਨਾਮ ਵਿੱਚ ਮਿਲੀ ਵਿਲੀਨ ਹੋ ਜਾਏਗਾ ਨਾਮ ਦੇ ਰਾਹੀ ਪਹਿਲਾਂ ਨਾਮ ਵਿੱਚ ਵਿਲੀਨ ਹੋਈਏ ਨਾਮ ਦੇ ਰਾਹੀ ਨਾਮ ਵਿੱਚ ਵਿਲੀਨ ਹੋ ਜਾਣਾ ਹੀ ਉਹ ਅਵਸਥਾ ਬਣਨੀ ਹੈ ਮਨੋ ਪ੍ਰਮਾਤਮਾ ਵਿੱਚ ਵਿਲੀਨ ਹੋ ਗਏ ਜਿਸ ਤਰ੍ਹਾਂ ਜਿਸ ਤਰ੍ਹਾਂ ਰੱਤਾ ਰੱਤਾ ਕਰਕੇ ਤਿਲ ਤਿਲ ਕਰਕੇ ਨਾਮ ਅੰਦਰ ਜਾਇ ਜਾਂਦਾ ਹੈ ਉਸ ਤਰ੍ਹਾਂ ਉਤਰਾ ਤਿਲ ਤਿਲ ਕਰਕੇ ਸਾਡੇ ਅੰਦਰੋਂ ਵਿਕਾਰਾਂ ਤੋਂ ਉਤਪਨ ਹੋਈ ਹੋਈ ਮੈਲ ਦੀ ਗੰਦਗੀ ਜਿਹੜੀ ਹੈ ਮਨ ਦੇ ਵਿੱਚੋਂ ਬਾਹਰ ਨਿਕਲਦੀ ਜਾਂਦੀ ਹੈ ਮਨ ਦੇ ਵਿੱਚੋਂ ਚਿੰਤਾਵਾਂ ਫਿਕਰਾਂ ਟੈਨਸ਼ਨਾਂ ਨਿੰਦਿਆ ਚੁਗਲੀ ਚੂਹਟ ਕੂੜ ਕਬਾੜ ਡਰ ਨਾ ਜਾਣੇ ਹੋਰ ਕੀ ਕੀ ਮਨ ਦੇ ਵਿੱਚ ਕਬਾੜ ਭਰਿਆ ਪਿਆ ਉਹ ਬਾਹਰ ਨਿਕਲਦੇ ਜਾਂਦੇ ਹਨ ਮਨ ਦੇ ਵਿੱਚ ਅੰਧੇਰਾ ਬਾਹਰ ਨਿਕਲਦਾ ਜਾਂਦਾ ਹੈ ਗੁਰਬਾਣੀ ਦਾ ਚਾਨਣ ਅੰਦਰ ਵੱਜਦਾ ਜਾਂਦਾ ਹੈ ਇਹ ਹਨੇਰੇ ਦੇ ਵਿੱਚ ਕਈ ਕਿਸਮ ਦੇ ਡਰ ਹੁੰਦੇ ਹਨ ਕਈ ਕਿਸਮ ਦੇ ਚਿੰਤਾਵਾਂ ਆਉਂਦੀਆਂ ਹਨ ਚਾਨਣ ਦੇ ਵਿੱਚ ਸਾਰੇ ਡਰ ਨਿਕਲ ਜਾਂਦੇ ਹਨ ਉਸੇ ਘਰ ਵਿੱਚ ਅਸੀਂ ਰਾਤ ਵੇਲੇ ਨਿਕਲੀਏ ਆਪਣੇ ਰਹਿੰਦੇ ਹੋਏ ਘਰ ਵਿੱਚ ਜਈ ਵਰੀ ਉੱਠ ਕੇ ਕਮਰੇ ਤੋਂ ਦੂਜੇ ਕਮਰੇ ਵਿੱਚ ਜਾਈਏ ਤਾਂ ਡਰ ਲੱਗ ਰਿਹਾ ਹੁੰਦਾ ਅੰਧੇਰੇ ਰਾਤ ਵੇਲੇ ਉੱਠੀਏ ਡਰ ਲੱਗ ਰਿਹਾ ਹੁੰਦਾ ਕਿ ਕੋਈ ਬਾਹਰ ਕੋਈ ਚੋਰ ਤੇ ਨਹੀਂ ਬੈਠਾ ਹੋਇਆ ਦੂਜੇ ਕਮਰੇ ਵਿੱਚ ਕਿਦਰੇ ਕੋਈ ਭੂਤ ਪ੍ਰੇਤ ਦਾ ਕਈ ਕਿਸਮ ਦੇ ਡਰ ਮੰਦ ਵਿੱਚ ਬਨੇ ਰਹਿੰਦੇ ਨੇ ਲੇਕਿਨ ਉਸੇ ਕਮਰੇ ਵਿੱਚ ਦਿਨ ਵੇਲੇ ਅਸੀਂ ਵਿਚਰੀਏ ਸਾਨੂੰ ਕੋਈ ਡਰ ਨਹੀਂ ਆਉਂਦਾ ਕਿਉਂਕਿ ਦਿਨ ਵੇਲੇ ਉਜਾਲਾ ਹੈ ਗੁਰੂ ਦਾ ਸ਼ਬਦ ਸਾਨੂੰ ਅੰਧੇਰੇ ਵਿੱਚੋਂ ਕੱਢ ਕੇ ਉਜਾਲੇ ਵੱਲੇ ਪਾਸੇ ਸਾਨੂੰ ਲੈ ਕੇ ਜਾ ਰਿਹਾ ਹੈ ਕਹਿੰਦੇ ਗੁਰਮਤ ਨਾਮ ਸਮਾਵੇ ਕੋ ਗੁਰੂ ਦੀ ਮਤ ਲੈ ਕੇ ਗੁਰਮਤ ਦੇ ਬਾਰੇ ਵੀ ਅਸੀਂ ਦੋ ਅੱਖਰ ਗੁਰ ਤੇ ਮਤ ਸਾਡੀ ਮਤ ਮਾਇਆ ਦੇ ਪ੍ਰਭਾਵੇਤ ਬੰਨੀ ਪਈ ਹੈ ਗੁਰਮਤ ਗੁਰ ਕੀ ਮਤ ਤੁਲੇ ਇਆਨੇ ਗੁਰੂ ਦੀ ਮਤ ਤੁਲੇ ਗੁਰੂ ਇੱਕ ਸਮਝ ਦੇ ਰਿਹਾ ਗੁਰਮਤ ਆਪਣੇ ਆਪ ਹੀ ਚ ਹੈ ਅਲਫਾਜ਼ ਆਪਣੇ ਆਪ ਹੀ ਚ এডਿਕੇਸ਼ਨ ਵਾਲੇ ਪਾਸੇ ਲਜ਼ਾਰ ਇਨਸਾਨ ਨੂੰ ਸਾਨੂੰ ਮੈਡੀਟੇਸ਼ਨ ਵਾਲੇ ਪਾਸੇ ਨਹੀਂ এডਿਕੇਸ਼ਨ ਵਾਲੇ ਪਾਸੇ ਲਜ਼ਾਰ ਹੈ ਗੁਰ ਕੀ ਮਤੂ ਲੈ ਇਆਨੇ ਭਗਤ ਵੀਨਾ ਬਹੁ ਡੂਬੇ ਜਾਨੇ ਗੁਰ ਦੀ ਮਤ ਲੈਣਾ ਕਹਿੰਦੇ ਗੁਰਮਤ ਨਾਮ ਸਮਾਵੇ ਕੋ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਗੁਰ ਦੀ ਮਤ ਲੈਂਦਾ ਰਹੇਗਾ ਉਸ ਤਰ੍ਹਾਂ ਉਸ ਤਰ੍ਹਾਂ ਨਾਮ ਵਿੱਚ ਪलीन ਹੋਏਗਾ ਉਸ ਤਰ੍ਹਾਂ ਉਸ ਤਰ੍ਹਾਂ ਇਹ ਮਾਇਆ ਦੇ ਪ੍ਰਭਾਵ ਤੋਂ ਨਿਕਲ ਕੇ ਸਹਿਜ ਅਵਸਥਾ ਵਿੱਚ ਟਿਕਦਾ ਜਾਏਗਾ ਨਾਮ ਸੁੜੇ ਨਾਮੋ ਮਨ ਪਾਵੇ ਕਹਿੰਦੇ ਫਿਰ ਮਨ ਉਸ ਦਾ ਨਾਮ ਨੂੰ ਸੁਣਨ ਲੱਗ ਪੈਂਦਾ ਫਿਰ ਨਾਮੋ ਮਨ ਪਾਵੇ ਨਾਮੋ ਨਾਮ ਹੀ ਨਾਮ ਮੰਨ ਦੇ ਵਿੱਚ ਭਾਉਣ ਲੱਗ ਪੈਂਦਾ ਨਾਮ ਸੁਣੇ ਨਾਮੋਂ ਮਨ ਭਾਵੇ ਨਾਮੇ ਹੀ ਤ੍ਰਿਪਤਾਵੇ ਗੋ ਨਾਮੇ ਹੀ ਤ੍ਰਿਪਤਾਵੇ ਗੋ ਬਿਨਾ ਸੰਤੋਖ ਨਹੀਂ ਕੋ ਰਾਜੇ ਨਾਮੇ ਹੀ ਤ੍ਰਿਪਤਾਵੇ ਗੋ ਬਿਨਾ ਸੰਤੋਖ ਜਦੋਂ ਤੱਕ ਮਨ ਦੇ ਵਿੱਚ ਸੰਤੋਖ ਨਹੀਂ ਆਏਗਾ ਜਿੰਨੀ ਮਰਜੀ ਤੁਹਾਨੂੰ ਲੋਧ ਇਕੱਠੀ ਕਰ ਲਈਏ ਜਿੰਨੇ ਮਰਜੀ ਪਦਾਰਤ ਇਕੱਠੇ ਕਰ ਲਈਏ ਜਿੰਨੇ ਮਰਜੀ ਭੋਜਨ ਕਪੜੇ ਜੋ ਵੀ ਦੁਨੀਆ ਦੇ ਸੰਸਾਰ ਹਨ ਗੁਰੂ ਸਾਹਿਬ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾ ਸਾਰੀ ਚੁਪੁਰੀਆਂ ਸਾਰੇ ਸੰਸਾਰ ਦਾ ਸਾਰੇ ਪਦਾਰਤ ਧੰ ਦੌਲਤ ਧੀਰੇ ਜਵਾਰਾ ਸਭ ਕੁਝ ਇਕੱਤਰ ਕਰ ਲਈਏ ਮਨ ਦੀ ਕਹੀ ਭੁੱਖ ਉਤਰ ਜਾਏਗੀ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਉਤਰੇਗੀ ਕਦੋਂ ਉਤਰੇਗੀ ਕਹਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਮਨ ਸ਼ਬਦ ਵਿੱਚ ਜੁੜੇਗਾ जिस तरह जिस तरह मन शब्द जाएगा नाम सुने नामे मन भावे नामे ही तृप्त आवेगो नाम नाल फिर तृप्त त्रिपत होंदा जाएगा फिर भुख उतर मिटदी जाएगी फिर मन जरा संतोख भी आंदा जाएगा और बिना संतोख नहीं को राजे जब तक मन दे संतोख नहीं आएगा तब तक रजेवा भी नहीं आएगा राजे तो पाओ रज जाना राजे तो पाओ पूर्ण तौर तृप्ति होगी रज गया ਨਾਮ ਸੁੜੇ ਨਾਮੋ ਮਨ ਭਾਵੇ ਨਾਮੇ ਹੀ ਤ੍ਰਿਪਤਾਵੇ ਗੋ ਕਨਿਕ ਕਨਿਕ ਪਹਿਰੇ ਬੋ ਕੰਗਨਾ ਕਾ ਪਰ ਭਾਂਤ ਬਣਾਵੇ ਗੋ ਜਦੋਂ ਤੱਕ ਨਾਮ ਨਾਲ ਨਹੀਂ ਜੁੜਦੇ ਮਾਇਆ ਦੇ ਪ੍ਰਭਾਵ ਵਿੱਚ ਸਾਡਾ ਜੀਵਨ ਬਣਿਆ ਰਹਿੰਦਾ ਤੇ ਉਸ ਜੀਵਨ ਵਿੱਚ ਕਿਹਸੀ ਭੁੱਖਾ ਹੁੰਦੀਆਂ ਉਹਦੇ ਵਿੱਚੋਂ ਕੁਝ ਭੁੱਖਾ ਦਾ ਇਸ਼ਾਰਾ ਗੁਰੂ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਆਗਲੇ ਦੋ ਬੰਦ ਜਿਹੜੇ ਆ ਮਾਇਆ ਦੇ ਪ੍ਰਭਾਵ ਇਹ ਗੁਰੂ ਸਾਹਿਬ ਨੇ ਜ਼ਿਕਰ ਕਰਨ ਤੇ ਇੱਕ ਬੰਦ ਦਾ ਜਪਾਟ ਹੋਣਾ ਤੇ ਕਹਿੰਦੇ ਕਨਿਕ ਕਨਿਕ ਪੈਰੇ ਬਹੁ ਕੰਗਨਾ ਕਨਿਕ ਕਹਿੰਦੇ ਸੋਨੇ ਨੂੰ ਸੋਨੇ ਦੇ ਬڑے ਕੰਗਨ ਬਣਾ ਬਣਾ ਕੇ ਜਵਾਰਾਤ ਬਣਾ ਬਣਾ ਕੇ ਅਸੀਂ ਪਾਣੇ ਸ਼ੁਰੂ ਕਰਦਿਆਂ ਪਹਿਲਾਂ ਤੇ ਬੀਵੀਆਂ ਹੀ ਪਾਉਂਦੇ ਸੀ ਹੁਣ ਪੁਰਸ਼ਾਂ ਨੇ ਵੀ ਪਾਣੇ ਸ਼ੁਰੂ ਕਰਤੇ ਬ੍ਰੇਸਲੈਟ ਕਹਿ ਲਈਏ ਜਾਂ ਕੰਦੇ ਵਿੱਚ ਕੋਈ ਡਾਇਮੰਡ ਪਾ ਲਈਏ ਜਾਂ ਹੋਰ ਕਈ ਕਿਸਮ ਦੇ ਸੋਨੇ ਦੇ ਕੜੇ ਕਹ ਲਈਏ ਚੈਨਾ ਕਹ ਲਈਏ ਪਰਸ਼ਾ ਨੇ ਦੀ ਪਾਣੀ ਸ਼ੁਰੂ ਕਰਤੇ ਕਹਿੰਦੇ ਕਨਿਕ ਕਨਿਕ ਪੈਰੇ ਬਹੁ ਕੰਗਨਾ ਕਾਪਰ ਭਾਂਤ ਬਣਾਵੇ ਕੋ ਕਪੜੇ ਵੀ ਕਈ ਕਈ ਕਿਸਮ ਦੇ ਕਪੜੇ ਪਾਂਤੀ ਪਾਂਤੀ ਦੇ ਉਹਦੇ ਵਿੱਚ ਮਨ ਜੁੜਿਆ ਰਹਿੰਦਾ ਚਾਰ ਕਪੜੇ ਖਰੀਦਦੇ ਨਾ ਹੋਰ ਖਰੀਦ ਲਈਏ ਆਪਣੀ ਸਮਰੱਥਾ ਮੁਤਾਬਕ ਜਿੰਨੀ ਸਾਡੀ ਸਮਰੱਥਾ ਹੈ ਜਿੰਨਾ ਅਸੀਂ ਅਫੋਰਡ ਕਰ ਸਕਦੇ ਆ ਉਸ ਤਰ੍ਹਾਂ ਉਸ ਉਸ ਕਿਸਮ ਦੇ ਅਸੀਂ ਲਗਜ਼ਰੀ ਜਿਹੜਾ ਉਹ ਇਕੱਤਰ ਕਰੀ ਜਾਂਦੇ ਆ ਇੱਥੇ ਕਪੜਿਆਂ ਦਾ ਤੇ ਸੋਨੇ ਦਾ ਜ਼ਿਕਰ ਆ ਰਿਹਾ ਤੇ ਹੋਰ ਚੀਜ਼ਾਂ ਵੀ ਅਸੀਂ ਗੱਲ ਕਰ ਲਈਏ ਘਰ ਦੇ ਵਿੱਚ ਫਰਨੀਚਰ ਦੀ ਗੱਲ ਕਰ ਲਈਏ ਗੱਡੀਆਂ ਦੀ ਮਹਿਲ ਮਾਰੀਆਂ ਦੀ ਗੱਲ ਕਰ ਲਈਏ ਧਨ ਦੌਲਤ ਹੋਰ ਦੀ ਗੱਲ ਕਰ ਲਈਏ ਮੋਬਾਈਲਾਂ ਦੀ ਗੱਲ ਕਰ ਲਈਏ ਤੇ ਕਈ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਮਨ ਉਹਨਾਂ ਵਿੱਚ ਜੁੜਿਆ ਰਹਿੰਦਾ ਨਾਮ ਬਿਨਾ ਸਭ ਫੀਕ ਫਿਕਾ ਨੇ ਫੀਕ ਫਿਕਾ ਨੇ ਤੋਂ ਪਾਪ ਫਿੱਕੇ ਬੇ ਬੇਸਵਾਦੇ ਇਕ ਤਾਂ ਦੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜੇਕਰ ਨਾਮ ਬਿਨਾ ਕੋਈ ਪਾ ਵੀ ਰਿਹਾ ਚੰਗੇ ਤੋਂ ਚੰਗੇ ਕਪੜੇ ਵੀ ਪਾ ਰਿਹਾ ਚੰਗੇ ਤੋਂ ਚੰਗੇ ਭੋਜਨ ਵੀ ਖਾ ਰਿਹਾ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੇ ਪਾਏ ਜਿਵੇਂ ਜਿਦਾ ਕੂਕਰ ਜੂਠਣ ਵਿੱਚ ਪਾ ਰਿਹਾ ਨਾ ਮੰਨ ਦੀ ਉਹ ਅਵਸਥਾ ਗੁਰੂ ਸਾਹਿਬ ਨੇ ਕਈ ਕਰਨੇ ਅਲਫਾਜ਼ ਇਸਤੇਮਾਲ ਕੀਤੇ ਕਿਦਰੇ ਮਨ ਦੇ ਉੱਤੇ 60 ਵਜੇ ਕਿਦਰੇ ਸਮਝ ਵਿੱਚ ਆਏ ਜਿਉਂ ਕੂਕਰ ਜੂਠਣ ਮੇ ਪਾਏ ਕੋਈ ਕੁੱਕਰ ਅਸੀਂ ਤੱਕਦੇ ਆ ਨਾ ਝੂਠਣ ਦੇ ਵਿੱਚ ਝੂਠਾ ਕਿਦਰੇ ਭੋਜਨ ਕਿਸੇ ਨੇ ਬਾਹਰ ਸੁੱਟਿਆ ਉਹਦੇ ਵਿੱਚ ਮੂੰਹ ਮਾਰ ਮਾਰ ਕੇ ਕੁੱਤੇ ਲੜ ਰਹੇ ਹੁੰਦੇ ਨੇ ਉਹਦੇ ਲਈ ਆਪੋਸਿਟ ਕੀ ਉਹ ਭੋਜਨ ਖਾਣਾ ਹੈ ਉਹ ਅਵਸਥਾ ਸਾਨੂੰ ਕਹਿ ਰਿਆ ਕਿਸੇ ਕੁੱਕਰ ਨੂੰ ਨਹੀਂ ਸਮਝਾ ਰਹੇ ਸਾਨੂੰ ਸਮਝਾ ਰਹੇ ਕਹਿੰਦੇ ਤੇਰੀ ਇਹ ਹਾਲਾਤ ਬਣੀ ਚਹੀਏ ਜਿਉਂ ਕੁੱਕਰ ਝੂਠਣ ਮੇ ਪਾਏ ਇਹ ਪੂਰੇ ਸ਼ਬਦ ਜਿਹੜਾ ਹੈ ਨਾ ਇਹ ਸ਼ਬਦ ਜਿਹੜਾ ਹੈ ਰੌਦਾ ਬੰਦ ਕਰ ਪੜੀਏ ਤੇ ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ ਨਾਮ ਬਿਨਾ ਧਿਰ ਗਤਰੇਗਾ ਅਸਨੇ ਨਾਮ ਤੋਂ ਬਿਨਾ ਧਿਕਾਰ ਯੋਗੇ ਸੰਸਾਰ ਦਾ ਅਸਨੇ ਸੰਸਾਰ ਦਾ ਪਿਆਰ اور ਜਦੋਂ ਕਹਿੰਦੇ ਨਾਮ ਬਿਨਾ ਸਭ ਫੀਕ ਫਿਕਾਨੇ ਤੇ ਫਿਕ ਫਿਕਾਨੇ ਕੀ ਹੋਇਆ ਕਹਿੰਦੇ ਮਿੱਠਾ ਕਰਕੇ ਖਾਇਆ ਕੋਲਾ ਉਪਜਿਆ ਸਾਦ ਮਿੱਠਾ ਕਰਕੇ ਅਸੀਂ ਸੰਸਾਰ ਦੇ ਪਦਾਰਤ ਖਾਂਦੇ ਆ ਨਤੀਜਾ ਕੀ ਨਿਕਲਦਾ ਕੋਲਾ ਨਿਕਲਦਾ ਭਾਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਕਈ ਮਿੱਤਰ ਕਈ ਭਾਈ ਮਿੱਤਰ ਇਤਿਆਦੀ ਬਣਾ ਲੇ ਵਿਖਿਆ ਰਚਿਆ ਬਾਦ ਵਿਸ਼ਿਆਂ ਦੇ ਵਿੱਚ ਝਗੜਿਆਂ ਦੇ ਵਿੱਚ ਹੀ ਪਏ ਰੇ ਕਹਿੰਦੇ ਜਾਂਦੇ ਬਿਲਮ ਨਾ ਹੋਵੇ ਵਿਣ ਨਾ ਹੋਵੇ ਵਿਸਮਾਗ ਔਰ ਐਨ ਚੀਜ਼ਾਂ ਨੂੰ ਜਾਂਦਿਆਂ ਬਿਲਮ ਨਹੀਂ ਲੱਗਦੀ ਦੇਰੀ ਨਹੀਂ ਹੁੰਦੀ ਨਾਮ ਬਿਨਾ ਸਭ ਫੀਕ ਫਿਕੇ ਨੇ ਜਨਮ ਮਰੇ ਫਿਰ ਆਵੇ ਕੋ ਕਹਿੰਦੇ ਆਵਾ ਗਵਨ ਦਾ ਘੇੜ ਬਣਿਆ ਰਹੇਗਾ ਦੇਹੀ ਮਨੁੱਖ ਦੀ कार विहारे पशुआ वाले सा जीवन ज बनिया रहेगा नाम बिना सब सीखा ने जन्म मरे फिर आओ बार बार दवा गमन बनिया रहेगा मैं हरविंदी जी ने बेनती कर दा भी जी आप जी विचार रखने करे जी वाहगुरु जी का खालसा वाहेगुरु जी की फतेह ਹੋਗੇ ਵੀ ਗੁਰਬਾਣੀ ਸੁਨਤ ਮੇਰਾ ਮਨ ਦਰਵੇਆ ਮਨ ਪੀਨਾ ਨਿਜ ਕਰ ਆਵ ਗੋ ਤਹ ਅਨਹਤ ਤੂੰ ਨੀ ਬਾਜੈ ਨਿਤ ਬਾਜੇ ਮਨ ਪਿੰਨ ਤੇ ਹੈ ਅਨਹਤ ਤੂੰ ਨੀ ਬਾਜੈ ਨਿਤ ਬਾਜੇ ਨਿਝਰ ਤਾਰ ਜੋ ਆਵੇ ਗੋ ਅਸੀਂ ਕਿਉਂਕਿ ਅਸ਼ਟਪਦੀ ਹੈ ਉਹਨੂੰ ਅਸੀਂ ਪਾਠ ਵਿੱਚ ਵਿਚਾਰ ਕਰ ਰਹੇ ਅਸੀਂ ਲਿੰਕ ਬਣਾ ਲਈਏ ਨਾ ਪਹਿਲਾਂ ਜਿਹੜੀ ਗੁਰੂ ਨੇ ਗੱਲ ਸ਼ੁਰੂਆਤ ਕੀਤੀ ਸੀ ਨਾ ਜਿਤਨਾ ਤੇਰਾ ਰੱਬ ਦਾ ਨਾਮ ਜਪਨਾ ਹੋਰ ਤੇਰੇ ਜੀਵਨ ਵਿੱਚ ਸੁੱਖ ਇਹਨਾਂ ਦਾ ਆਪਸ ਵਿੱਚ ਸਿੱਧਾ ਸੰਬੰਧ ਹੈ ਦੇ ਆਰ ਇਨ ਡਾਇਰੈਕਟ ਪ੍ਰੋਪੋਰਸ਼ਨ ਜਪ ਮਨ ਰਾਮ ਨਾਮ ਸੁਖ ਪਾਵੇਗੋ ਜੋ ਜੋ ਜਪਹਿ ਤਿਵੇਂ ਸੁਖ ਪਾਵੇ ਜਿੰਨਾ ਜਪੇਗਾ ਉਤਨਾ ਜ਼ਿਆਦਾ ਸੁਖ ਮਿਲੇਗਾ ਸਤਗੁਰ ਸੇਵ ਸਮਾਵੇਗੋ ਫਿਰ ਅਗਲੀ ਪੰਕਤੀ ਸੀ ਭਗਤ ਜਨਾ ਕੀ ਖਿਨ ਖਿਨ ਲੋਚਾ ਜੋ ਤੇਰੇ ਭਗਤ ਰਹਿਣਾ ਉਹਨਾਂ ਦੇ ਖਿਨ ਖਿਨ ਮਨ ਵਿੱਚ ਇੱਕੋ ਲੋਚਾ ਹੁੰਦੀ ਹੈ ਤੇਰਾ ਨਾਮ ਜਪਿਆ ਜਾਏ ਨਾਮ ਜਪਤ ਸੁਖ ਪਾਵੇਗੋ ਤੇਰਾ ਨਾਮ ਜਪਦੇ ਆ ਬੜਾ ਸੁਖ ਪ੍ਰਤੀਤ ਕਰਦੇ ਨੇ ਅਨ ਰਸ ਸਵਾਦ ਗਏ ਸਭ ਨੀਕਰ ਉਹਨਾਂ ਦੇ ਹੋਰ ਸਵਾਦ ਜਿਹੜੇ ਨੇ ਨਾ ਉਹ ਖਤਮ ਹੋ ਗਏ ਬਿਨ ਨਾਵੈ ਕਿਛ ਨਾ ਸੁਖਾਵੇਗੋ ਉਹਨਾਂ ਨੂੰ ਹੋਰ ਕੋਈ ਦੂਜੇ ਰਸ ਜਿਹੜਾ ਨਾ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਗੁਰਮਤ ਹਰ ਹਰ ਮੀਠਾ ਲੱਗਾ ਗੁਰੂ ਕੋਲੋਂ ਮਤ ਲੈਣ ਤੋਂ ਬਾਅਦ ਪਹਿਲਾਂ ਮੈਂ 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 ਚੰਗਾ ਲੱਗਦਾ ਸੀ ਉਹ ਤੂ 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 ਚੰਗਾ ਲੱਗਣਾ ਸ਼ੁਰੂ ਹੋ ਗਿਆ ਗੁਰਮਤ ਹਰ ਰਸ ਮੀਠਾ ਲੱਗਾ ਫਿਰ ਕੀਤਾ ਕੀ ਕਹਿੰਦਾ ਗੁਰ ਮੀਠੇ ਬਚਨ ਕਢਾਵੇਗੋ ਗੁਰੂ ਨੇ ਉਹਨਾਂ ਦੇ ਜ਼ੁਬਾਨ ਤੋਂ ਬਿੜ ਗੋਲ ਕਢਵਾਏ ਨਾ ਉਹ ਅੰਮ੍ਰਿਤਮਈ ਬਾਣੀ ਦੇ ਬੋਲ ਪਰ ਉਪਕਾਰ ਪਰਪਕਾਰੀ ਜੀਵਨ ਵਾਲੇ ਬੋਲ ਮੀਠੇ-ਮੀਠੇ ਬਚਨ ਕਢਾਵੇਗੋ ਸਤਗੁਰ ਬਾਣੀ ਪੁਰਖ ਪੁਰਖੋਤਮ ਸਤਗੁਰ ਹੈ ਕੋਣ ਉਸੋ ਰਬਦੀ ਜੋ ਰਬਦੀ ਬਾਣੀ ਨਾ ਉਹਦਾ ਨਾਮ ਸਤਗੁਰੂ ਹੈ ਸਤਗੁਰੂ ਕੌਣ ਹੈ ਬਾਣੀ ਕਿਹੜੀ ਬਾਣੀ ਪੁਰਖ ਪੁਰਖੋਤਮ ਦੀ ਬਾਣੀ ਇਹ ਬਾਣੀ ਮਹਾਪੁਰਖ ਕੀ ਉਸ ਨੂੰ ਸਤਗੁਰੂ ਕਿਹਾ ਜਾਂਦਾ ਹੈ ਰੱਬ ਦੇ ਬੋਲਾਂ ਨੂੰ ਸਤਗੁਰੂ ਕਿਹਾ ਜਾਂਦਾ ਹੈ ਸਤਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇगो ਹੁਣ ਚਿਤ ਬਾਣੀ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ ਅੱਗੇ ਜਿਹੜਾ ਅੱਜ ਦੀਆਂ ਜਿਹੜੀਆਂ ਜਿਹੜੀਆਂ ਜਿਹੜੇ ਤ੍ਰੈ ਬੰਦ ਰਹਿਣਾ ਕਹਿੰਦੇ ਨੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਦਰਮਿਤ ਹੋ ਜਾਣਾ ਦਰਮਿਤ ਪਦਾਰਥ ਜਿਹਨੂੰ ਕਹਿੰਦਾ ਲਿਕਵਿਡ ਮੈਟਰ ਇੱਕ ਸੋਲਿਡ ਹੈ ਇੱਕ ਲਿਕਵਿਡ ਹੈ ਗੈਸ਼ੀਅਸ ਹੈ ਜਿਹੜਾ ਮਨ ਪਹਿਲਾਂ ਕਠੋਰ ਹੋ ਚੁੱਕਾ ਸੀ ਨਾ ਕਹਿੰਦਾ ਗੁਰਬਾਣੀ ਨੂੰ ਸੁਣਦਿਆਂ ਹੋਇਆ ਕਿ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭਿੰਨਾ ਅਸੀਂ ਕਹੀਂ ਵਰਨਾ ਆਮ ਪਾਸ਼ਾ ਵੀ ਜਦੋਂ ਗੱਲ ਕਰਨਿਆ ਨਾ ਅਸੀਂ ਕਈ ਵਾਰ ਕਹਿੰਦੇ ਆ ਭਈ ਉਹ ਉਹਦੀ ਗੱਲ ਸੁਣ ਕੇ ਨਾ ਮੇਰਾ ਦਿਲ ਪਿਗਲ ਗਿਆ ਮੈਂ ਅਦਰਵਾਇਸ ਇਹ ਕੰਮ ਨਹੀਂ ਸੀ ਕਰਨਾ ਲੇਕਿਨ ਜਿਸ ਤਰੀਕੇ ਦੇ ਨਾਲ ਉਹਨੇ ਗੱਲ ਕੀਤੀ ਨਾ ਮੇਰਾ ਦਿਲ ਪਿਗਲ ਗਿਆ ਮੇਰੇ ਕੋਲ ਰਿਆ ਨਹੀਂ ਗਿਆ ਜਦੋਂ ਗੁਰੂ ਦੀ ਬਾਣੀ ਸਾਡੇ ਉੱਤੇ ਐਸਾ ਮਨੋ ਇੱਕ ਐਸਾ ਪ੍ਰਭਾਵ ਪਾਦਵੇ ਨਾ ਜਦੋਂ ਅੰਤਰ ਪਿਆਸ ਉਠੀ ਪ੍ਰਭ ਕੇਰੀ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਗੁਰੂ ਦੇ ਬਚਨ ਕੀ ਗੁਰਬਾਣੀ ਹੈ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚ ਸੁਣ ਗੁਰ ਬਚਨ ਮਨ ਤੀਰ ਲਗਈਆ ਉਸ ਬਾਣੀ ਨੇ ਮੇਰੇ ਮਨ ਨੂੰ ਐਸਾ ਬਨ ਦਿੱਤਾ ਕਿ ਕਬੀਰ ਸਤਗੁਰੂ ਸੂਰਮੇ ਬਹਾਇਆ ਬਾਣ ਜੋ ਇੱਕ ਗੁਰੂ ਸੂਰਮਾ ਕਿਹੜੇ ਕਿਹੜਾ ਬਾਨ ਵਾਉਂਦਾ ਗੁਰਮਾਨੀ ਦਾ ਤੀਰੇ ਉਹਦੇ ਕੋਲ ਉਹ ਜਿਸ ਦੇ ਹਿਰਦੇ ਨੂੰ ਵਿੰਨ ਜਾਏ ਨਾ ਕਬੀਰ ਸਤਗੁਰ ਸੂਰਮੇ ਬਾਹਾ ਬਾਨ ਜੋ ਇੱਕ ਲਗਤ ਹੀ ਭੋਏ ਗਿਰ ਪਰਿਆ ਹੁਣ ਮਨ द्रਵਿਤ ਹੋ ਗਿਆ ਹੁਣ ਜਿਹੜਾ ਪਹਿਲਾਂ ਮਨ ਕਠੋਰ ਸੀ ਨਾ ਲਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇ ਕੋ ਠੀਕ ਆਪਣੇ ਨਿਸ਼ਾਨੇ ਤੇ ਵੱਜ ਗਿਆ ਗੁਰੂ ਨੇ ਪਰਮਾਤਮਾ ਦੇ ਨਾਮ ਦੇ ਨਾਲ ਭੀਜੀ ਹੋਈ ਬਾਣੀ ਦਾ ਬਾਨ ਗੁਰੂ ਨੇ ਪਰਮਾਤਮਾ ਦੇ ਨਾਮ ਦੇ ਨਾਲ ਭੀਜੀ ਹੋਈ ਦੇਖੋ ਨਾ ਬਾਨ ਚਲਾਉਂਦੇ ਨੇ ਕਈ ਵਾਰ ਨਾ ਉਹ ਬਾਨ ਦੇ ਅੱਗੇ ਜ਼ਹਿਰ ਲਗਾ ਦਿੰਦੇ ਨੇ ਉਹ ਕਹਿੰਦੇ ਉਹ ਵਿਸ਼ ਵਾਲਾ ਵਿਸ਼ ਵਿੱਚ ਬੁਝਿਆ ਹੋਇਆ ਕਈ ਵਾਰ ਅਗੇ ਉਹ ਅਗ ਲਗਾ ਦਿੰਦੇ ਨੇ ਕਿ ਜਿਹਨੂੰ ਸਾੜਨਾ ਹੋਵੇ ਗੁਰੂ ਨੇ ਜੋ ਬਾਣ ਮਾਰਿਆ ਨਾ ਉਹਦੇ ਵਿੱਚ ਪਰਮਾਤਮਾ ਦੇ ਨਾਮ ਨਾਮ ਦੇ ਨਾਲ ਪਰਮਾਤਮਾ ਦੇ ਪਿਆਰ ਦੇ ਨਾਲ ਭਜਿਆ ਹੋਇਆ ਬਾਣ ਸੀ ਉਹ ਉਹਨੂੰ ਠੀਕ ਆਪਣੇ ਨਿਸ਼ਾਨੇ ਤੇ ਆ ਕੇ ਵਜਿਆ ਇਹਨਾਂ ਹਰਪ੍ਰੇਮ ਬਾਣੀ ਮਾਰਿਆ ਗੁਰੂ ਨੇ ਜੋ ਬਾਣੀ ਦਾ ਬਾਣ ਮਾਰਿਆ ਨਾ ਉਹਦੇ ਵਿੱਚ ਰੱਬ ਦਾ ਪ੍ਰੇਮ ਉਹ ਰੱਬ ਦੇ ਪ੍ਰੇਮ ਦੇ ਵਿੱਚ ਭਜਿਆ ਹੋਇਆ ਬਾਣ ਹੈ ਹਾਰੇ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਔਰ ਉਹ ਬਾਣ ਕਿਹਦਾ ਹੈ ਤੋਨੂੰ ਪਿੱਛੇ ਅਣੀਆਂ ਲੱਗੀਆਂ ਹੋਈਆਂ ਨੇ ਉਹ ਉਹ ਕੋ ਅੰਦਰ ਚਲੇ ਦੇ ਗਿਆ ਹੁਣ ਉਹਦਾ ਉਹ ਬਾਹਰ ਨਿਕਲ ਨਹੀਂ ਰਿਹਾ ਹਾਰੇ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜਿਸਨੇ ਇਸ ਬਾਣ ਨੂੰ ਸਹਾਰਿਆ ਹੈ ਨਾ ਜੀਵਨ ਮੁਕਤ ਸੋ ਆਖੀ ਹੈ ਮਰ ਜੀਵੇ ਮਰਿਆ ਫਿਰ ਉਹ ਬੰਦਾ ਜਿਉਂਦਿਆਂ ਜੀ ਵਿਕਾਰਾਂ ਵਾਲੇ ਪਾਸੋਂ ਮੁਕਤ ਹੋ ਕੇ ਮੇਰਾ ਜੀਵਨ ਬਤੀਤ ਕਰਦਾ ਹੈ ਗੁਰੂ ਦੇ ਬਾਣੀ ਦੇ ਤੀਰ ਨੇ ਗੁਰੂ ਦੀ ਬਾਣੀ ਦੇ ਤੀਰ ਨੇ ਮੇਰੇ ਅੰਦਰ ਬਨਿਆ ਹੋਇਆ ਜੋ ਕਲਯੁਗੀ ਸੁਭਾਅ ਸੀ ਨਾ ਉਦੇ ਉੱਤੇ ਮਾਨੋ ਐਸਾ ਪ੍ਰਹਾਰ ਕੀਤਾ ਉਸ ਨੂੰ ਮਾਰ ਦਿੱਤਾ ਗੁਰ ਕੈ ਬਾਣ ਗੁਰੂ ਦੇ ਬਾਣੀ ਨੇ ਕੀ ਕੀਤਾ ਗੁਰ ਕੈ ਬਾਣ ਬਜਰ ਕਲ ਛੇਦੀ ਕਲ ਕਲਯੁਗ ਦੀ ਸਭਾ ਕਲਯੁਗ ਦੀ ਸਭਾ ਕੀ ਹੈ ਐ ਕਾਮ ਕਰੋ ਮਾਇਆ ਦੇ ਪ੍ਰਭਾਵ ਦੇ ਵਿੱਚ ਜੀਵਨ ਜੂਣਾ ਹੈ ਕਲਯੁਗ ਦੀ ਸਭਾ ਵਿੱਚ ਜੀਵਨ ਬਤੀਤ ਕਰਨਾ ਹੈ ਗੁਰੂ ਦੇ ਬਾਣੀ ਦੇ ਬਾਣ ਨੇ ਕੀ ਕੀਤਾ ਗੁਰ ਕੈ ਬਾਣ ਬਜਰ ਪੌਬੜ ਪਥਰ ਵਰਗਾ ਸੀ ਉਹ ਚੇਂਜ ਉਹਨੂੰ ਤਿਆਰ ਨਹੀਂ ਸੀ ਬਾਣੀ ਨੇ ਮੇਰੇ ਮਨ ਨੂੰ ਪਿਗਲਾ ਦਿੱਤਾ ਹੈ ਦ੍ਰਵਿਤ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਹੋ ਗਿਆ ਗੁਰਕੇ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਹੁਣ ਜਿਹੜਾ ਉਹ ਵਾਲਾ ਪਾਕ ਸੀ ਨਾ ਕਲ ਜੁਗੀ ਸੁਭਾਵ ਵਾਲਾ ਉਹ ਖਤਮ ਹੋ ਗਿਆ ਹੁਣ ਗਿਆਨ ਦੇ ਪ੍ਰਗਾਸ ਵਿੱਚ ਜੀਵਨ ਆ ਗਿਆ ਪ੍ਰਗਟਿਆ ਹੁਣ ਕੀ ਪ੍ਰਗਟ ਹੋ ਗਿਆ ਪ੍ਰਗਟਿਆ ਪਦ ਪ੍ਰਗਾਸਾ ਸ਼ਕਤ ਅੰਧੇਰ ਸ਼ਕਤ ਮਾਇਆ ਜਦ ਰਬ ਨੇ ਦੋ ਪੱਕੀ ਸੰਸਾਰ ਬਣਾਇਆ ਬਿਖ ਅੰਮ੍ਰਿਤ ਇੱਕ ਸ਼ਕਤੀ ਤੇ ਇੱਕ ਸ਼ਿਵ ਐਸ ਬਾਰ ਨੇ ਕੀ ਕੀਤਾ ਸ਼ਕਤ ਅੰਧੇਰ ਜੇਵੜੀ ਪ੍ਰਮ ਚੂਕਾ ਮੈਂ ਮਾਇਆ ਦੀ ਮਾਇਆ ਦੇ ਅੰਧੇਰੇ ਵਿੱਚ ਕੀਤੇ ਹੋਏ ਜੋ ਕੰਮ ਜੋ ਮੈਨੂੰ ਜੰਜੀਰਾਂ ਹਰ ਜਿਨ੍ਹਾਂ ਨੇ ਮੈਨੂੰ ਫੜਿਆ ਹੋਇਆ ਸੀ ਨਾ ਸ਼ਕਤ ਅੰਧੇਰ ਜੇਵੜੀ ਭ੍ਰਮ ਚੂਕਾ ਨਹਿ ਚਲ ਸ਼ਿਵ ਕਰ ਬਾਸਾ ਹੁਣ ਹੁਣ ਮਗਦੇ ਗੁਰ ਪ੍ਰਸਾਦੀ ਸ਼ਿਵ ਕਰ ਜਮੈਂ ਹੁਣ ਬਾਣੀ ਦੇ ਨਾਲ ਨਾਮ ਦੇ ਨਾਲ ਅੰਮ੍ਰਿਤ ਦੇ ਨਾਲ ਸਾਜ ਬਣ ਗਈ ਬਾਣੀ ਨੇ ਕੀਤਾ ਕਿ ਗੁਰਬਾਣੀ ਸੂਰਤ ਮੇਰਾ ਮਨ ਦਰਵਿਆ ਅਦਰਵਾਈਜ਼ ਮਨ ਕੀ ਸੀ ਕਿੰਦੇ ਨੇ ਮਨ ਮੈਂ ਮਤ मैगल मिकदारा ओ हाथी ਵਰਗੀ ਬੜੀ ਸਟਰੋਂਗ ਸੀ ਗੁਰੂ ਨੇ ਕੀ ਕੀਤਾ ਗੁਰੂ ਗੁਰੂ ਕੌਣ ਹੈ ਗੁਰੂ ਗੁਰਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਨੇ ਕੀ ਕੀਤਾ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ਼ ਮਾਰ ਜੀਵਾਲਨ ਹਰਗਦੀ ਤੀਰ ਕਹ ਰਹੇ ਨੇ ਕਦੀ ਅੰਕਸ਼ ਕਹ ਰਹੇ ਨੇ ਗੁਰੂ ਨੇ ਅੰਕਸ਼ ਮਾਰ ਕੇ ਜੜਾ ਨਾ ਗੁਰਬਾਣੀ ਨੇ ਸਾਡੇ ਜੀਵਨ ਵਿੱਚ ਬਦਲਾਅ ਲਿਆਂਦਾ ਕਿਵੇਂ ਇਹਦੇ ਨੇ ਗੁਰਸੁੰਦਰ 모ਹਨ ਪਾਏ ਕਰੇ ਗੁਰਸੁੰਦਰ 모ਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਤ ਬੁੱਧ ਬਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਗੁਰੂ ਨੇ ਬਾਣੀ ਦਾ ਬਾਣ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਦਰਵਿਤ ਹੋ ਗਿਆ ਲਿਕਵਿਫਾਈ ਹੋ ਗਿਆ ਜਿਹੜਾ ਕਠੋਰ ਸੀਨਾ ਉਹਨੂੰ ਪਿਗਲ ਗਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭਿੰਨਾ ਭਿਜਿਆ ਹੋਇਆ ਮਨ ਨਿਜ ਘਰ ਜਿੱਥੇ ਅੰਦਰ ਹੀ ਰੱਬ ਵੀ ਮੇਰਾ ਟਿਕਾਣਾ ਉਹਦੇ ਨਾਲ ਹੋ ਗਿਆ ਮਨ ਭੀਨਾ ਨਿਜ ਘਰ ਆਵੇ ਕੋ ਉੱਥੇ ਜਦੋਂ ਉਸ ਘਰ ਵਿੱਚ ਟਿਕਿਆ ਉੱਥੇ ਕੀ ਹੋਇਆ ਤਹਿ ਅਨਹਤ ਧੁਨੀ ਬਾਜੇ ਨਿਤ ਬਾਜੇ ਨੀਝਰ ਧਾਰ ਚੋਂ ਆਵੇ ਕੋ ਜਿਸ ਦੇ ਹਿਰਦੇ ਨੂੰ ਬਾਣੀ ਦਾ ਤੀਰ ਵਿਨ ਜਾਏ ਉਹ ਇਫੈਕਟਿਵ ਹੋ ਜਾਏ ਉਹਦੇ ਵਿੱਚੋਂ ਗੁਰਬਾਣੀ ਦੀ ਧੂਰ ਉਪਜ ਪੈਂਦੀ ਹੈ ਬਾਣੀ ਕਰਦੀ ਕੀ ਹੈ ਉਹਨੇ ਇੱਕ ਅਸੀਂ ਜਦੋਂ ਅਸੀਂ ਦੇਖੋ ਅਸੀਂ ਕਈ ਵਾਰ ਗੱਲ ਕਰਿਆ ਜਿਸ ਗੁਰਬਾਣੀ ਨੂੰ ਐਜੂਕੇਸ਼ਨ ਸਮਝ ਲਈਏ ਜਦੋਂ ਬੰਦਾ ਕਿਸੇ ਵੀ ਕਿਸਮ ਦੀ ਐਜੂਕੇਸ਼ਨ ਲਵੇ ਅਸੀਂ ਮੈਥ ਸਿੱਖੀ ਪੜ੍ਹੀ ਸਾਨੂੰ ਸਿਖਾਇਆ ਉਹਨਾਂ ਨੇ ਵੀ ਏਰੀਆ ਆਫ ਅ ਸਰਕਲ ਕੀ ਹੈ ਪਾਈ பை 4 ਡੀ ਸਕੁਆਰ ਸਰਕਮਫਰੈਂਸ ਆਫ ਅ ਸਰਕਲ ਕੀ ਹੈ ਪਾਈ ਡੀ ਉਹ ਤਾਂ ਹਰ ਚੀਜ਼ ਸਾਨੂੰ ਏਰੀਆ ਆਫ ਅ ਟ੍ਰਾਇੰਗਲ ਕੀ ਹੈ ਅਸੀਂ ਉਹ ਕੀ ਕੀਤਾ ਅਸੀਂ ਉਹਦੇ ਆਪਣੇ ਅੰਦਰ ਇੱਕ ਫੈਕਲਟੀ ਤਿਆਰ ਖੋਂਦੀ ਗਈ ਹੋਂਦੀ ਗਈ ਹੋਂਦੀ ਗਈ ਹੁਣ ਜਦੋਂ ਲੋੜ ਪੈਂਦੀ ਹੈ ਨਾ ਅਸੀਂ ਉਸ ਫੈਕਲਟੀ ਨੂੰ ਫਿਰ ਤੋਂ ਰੀਕਨੈਕਟ ਕਰਨਾ ਉਹ ਸਾਨੂੰ ਫਿਰ ਤੋਂ ਬੋਲਦੀ ਹੈ ਸਾਡੇ ਅੰਦਰ ਉਹਦੀ ਜਿਸ ਦੇ ਹਿਰਦੇ ਨੂੰ ਬਾਣੀ ਦਾ ਤੀਰ ਬਨ ਜਾਏ ਨਾ ਉਹ ਜ਼ਿੰਦਗੀ ਦਾ ਹਰ ਪਹਿਲੂ ਜਿਹੜਾ ਨਾ ਉਹਦੇ ਵਿੱਚੋਂ ਗੁਰਬਾਣੀ ਬੋਲਦੀ ਹੈ ਤੈ ਅਨਹਦ ਧੁਨੀ ਹੁਣ ਇਹ ਬਿਣ ਵਜਾਏ ਕੀ ਗੁਰੀ ਵਜੇ ਜੋਗੀ ਨੂੰ ਮਜਾਮ ਦੀ ਲੋੜ ਨਹੀਂ ਪੈਂਦੀ ਗੁਰਬਾਣੀ ਦਾ ਕੰਮ ਕੀ ਸੀ ਅਨਹਦ ਧੁਨ ਵਾਜੇ ਨਿਤ ਵਾਜੇ ਗਾਈ ਸਤਗੁਰ ਬਾਣੀ ਬਾਣੀ ਪੜਨੀ ਸੁਣਨੀ ਕਿਉਂ ਹੈ ਤਾਂ ਕਿ ਸਾਡੇ ਅੰਦਰ ਕੋਈ ਕੋ ਫੈਕਲਟੀ ਕ੍ਰੀਏਟ ਹੋ ਜਾਏ ਫਿਰ ਬਾਣੀ ਕੀ ਕਰਦੀ ਹੈ ਇਹ ਕਹਿੰਦਾ ਅਨਹਦ ਬਾਣੀ ਨਾਦ ਵਜਾਇਆ ਅਸੀਂ ਕੁਝ ਮਾਰਾ ਕਰਨ ਜਾਵਾਂਗੇ ਨਾ ਅਸੀਂ ਕਿਸੇ ਦਾ ਹੱਕ ਮਾਰਨ ਜਾਵਾਂਗੇ ਨਾ ਉਦੋਂ ਬਾਣੀ ਬੋਲੇਗੀ ਹੱਕ ਪਰਾਇਆ ਨਾਨਕਾ ਉਸ ਸੂਬਰ ਉਸ ਗਾਏ ਸਾਡਾ ਮਨ ਪਰਤ੍ਰਿਆ ਵਾਸ ਪੋਸ ਪਾ ਪਾ ਸਾਡਾ ਮਨ ਆਕਰਸ਼ਿਤ ਹੋਏਗਾ ਉਦੋਂ ਬਾਣੀ ਬੋਲੇਗੀ ਪਰਤ੍ਰਿਆ ਰੂਪ ਨਾ ਪੇਖੇ ਨੇਤਰ ਗੁਰਬਾਣੀ ਨੂੰ ਸੁਣਦਿਆਂ ਮੇਰਾ ਮਨ ਪਿਗਲ ਗਿਆ ਹੁਣ ਭਿਗਿਆ ਭਿਜਿਆ ਹੋਇਆ ਮਨ ਆਪਣੇ ਨਿੱਜ ਘਰ ਵਿੱਚ ਆ ਗਿਆ ਹੁਣ ਉਹਨੂੰ ਬਾਣੀ ਅੰਦਰੋਂ ਬੋਲ ਰਹੀ ਹੈ ਤੈ ਅਨਹਦ ਤੁਨੀ ਬਾਜੇ ਨਿਤ ਬਾਜੇ ਬਾਣੀ ਕਰਦੀ ਕੀ ਹੈ ਅਨਹਤ ਬਾਣੀ ਨਿਰਮਲ ਸ਼ਬਦ ਬਜਾਏ ਜੋ ਰੱਬੀ ਹੁਕਮ ਨੇ ਨਾ ਉਹਨਾਂ ਦੀ ਸਾਡੇ ਨਾਲ ਸਾਜ ਬਣਾਉਂਦੀ ਹੈ ਜੋ ਰੱਬ ਦਾ ਸ਼ਬਦ ਹੈ ਰੱਬ ਦਾ ਹੁਕਮ ਹੈ ਬਾਣੀ ਕੀ ਕਰਦੀ ਹੈ ਅਨਹਤ ਬਾਣੀ ਅਨਹਤ ਬਹੁ ਜਿਹਨੂੰ ਕੁਝ ਆਹਤ ਕਰਨੀ ਪਵੇ ਤਾਂ ਆਵਾਜ਼ ਨਿਕਲੇ ਇਹ ਬਾਣੀ ਅੰਦਰੋਂ ਆਟੋਮੈਟਿਕਲੀ ਬਸ ਤੂੰ ਅੰਦਰ ਫੈਕਲਟੀ ਕ੍ਰੀਏਟ ਕਰ ਬਾਣੀ ਤੇਰੇ ਵਿੱਚੋਂ ਆਪਣੇ ਆਪ ਬੋਲੇਗੀ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣੇ ਜਦੋਂ ਬਾਣੀ ਬੋਲੇਗੀ ਨਾ ਉਹਦੇ ਉਹਦੇ ਬੋਲੇ ਦੇ ਆਧਾਰ ਤੇ ਤੂੰ ਜੀਵਨ ਬਤੀਤ ਕਰੇਗਾ ਤੇਰਾ ਜੀਵਨ ਸੱਚ ਵਿੱਚ ਸਮਾਇਆ ਹੋਇਆ ਜੀਵਨ ਰਹੇਗਾ ਇਹ ਬਾਣੀ ਜੋ ਜੀਓ ਜਾਣਾ ਹੈ ਜਿਸ ਨੇ ਅੰਦਰ ਐਸ ਬਾਣੀ ਦੀ ਫੈਕਲਟੀ ਕ੍ਰੀਏਟ ਕਰ ਲਈ ਇਹ ਬਾਣੀ ਜੋ ਜੀਓ ਜਾਣਾ ਹੈ ਇਸ ਅੰਤਰ ਰਵੈ ਹਰ ਨਾਮਾ ਨਾਮ ਰੱਬੀ ਹੁਕਮਾ ਦੀ ਸੂਝ ਬੂਸ ਨੂੰ ਆ ਜਾਏਗੀ ਵੈਲਾ ਤੋਂ ਗੁਰਬਾਣੀ ਦੇ ਨਾਲ ਸਾਜ ਬਣਾਉਣ ਤੋਂ ਪਹਿਲਾਂ ਕੀ ਸੀ ਉਹਨੇ ਤੇ ਕੀ ਕਹਿ ਰਹੇ ਨੇ ਤਹ ਜਦੋਂ ਉਹ ਗੁਰਬਾਣੀ ਸੁਣਤ ਮੇਰਾਮਰਦ ਰਵੇ ਆਇ ਤਹ ਅਨਹਦ ਧੁਨੀ ਬਾਜੇ ਨੇ ਤਾਂ ਬਾਜੇ ਵੇ ਉਥੇ ਕੀ ਇਹ ਕਹਿੰਦਾ ਨੀਝਰ ਧਾਰ ਜੋ ਆਵੇ ਗੋ ਉਥੇ ਫਿਰ ਨਾਮ ਦੀ ਵਰਕਾ ਸ਼ੁਰੂ ਹੋਣੀ ਉਪਤ ਹੋਣੀ ਸ਼ੁਰੂ ਹੋ ਗਈ ਇਸ ਤੋਂ ਪਹਿਲਾਂ ਗੁਰਬਾਣੀ ਨਾਲ ਸਾਂਝ ਬੰਨਣ ਤੋਂ ਪਹਿਲਾਂ ਕੀ ਸੀ ਉੱਥੇ ਵੀ ਕੋਈ ਵਰਖਾ ਹੋ ਰਹੀ ਸੀ ਕਿਹਦੀ ਵਰਖਾ ਹੋ ਰਹੀ ਜੀ ਕਹਿੰਦਾ ਲੋਭ ਲਹਿਰਾਂ ਤੇ ਨੀਝਰ ਬਾਜਾ ਹੈ ਲੋਭ ਦੀ ਲਹਿਰ ਦਾ ਜਦੋਂ ਵਰਖਾ ਹੁੰਦੀ ਸੀ ਨਾ ਜੀਵਨ ਵਿੱਚ ਲੋਭ ਲਹਿਰ ਅਤ ਨੀਝਰ ਬਾਜਾ ਕਾਇਆ ਡੂਬੈ ਕੇਸਵਾ ਹੁਣ ਨਾਮ ਦਾ ਨੀਝਰ ਧਾਰ ਜਿਹੜੀ ਨਾ ਉਹ ਵੈਨ ਸ਼ੁਰੂ ਹੋਗੀ ਹੁਨੇ ਚਿ ਮਚਿ ਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ ਗੁਰਬਾਣੀ ਨੇ ਸਾਡੇ ਜੀਵਨ ਵਿੱਚ ਬਦਲਾਅ ਕੀ ਲੈ ਕੇ ਆਂਦਾ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭਿੰਨਾ ਭੀਨਾ ਨਿਜ ਕਰ ਆਵੈ ਗੋ ਤੈ ਅਨਹੰਸਨੀ ਬਾਜੈ ਨਿਤ ਬਾਜੈ ਨੀਝਰਤਾਰ ਚੋ ਆਵੈ ਜਿਵੇਂ ਜਿਵੇਂ ਵਰਸਾ ਹੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਬినੋਦ ਕਰੇ ਦਿਨ ਰਾਤੀ ਸਦਾ ਸੁਦਾ ਹਰ ਕੇਲਾ ਜਿਓ ਗੁਰਬਾਣੀ ਨੂੰ ਅਸੀਂ ਕੇਵਲ ਰੱਟਣ ਤੱਕ ਮੱਤ ਰੱਖ ਦਿੱਤਾ ਨਾ ਜਿਹੜਾ ਗੁਰਬਾਣੀ ਦਾ ਕੰਮ ਕੀ ਸੀ ਨਿਰਮਲ ਗੁਣ ਗਾਵੇ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣ ਯਾਰ ਤੇਰੇ ਅੰਦਰੋਂ ਨਿਰਮਲ ਨਾਦ ਵਜਾਉਂਦੀ ਓ ਅਸੀਂ ਗੁਰਮਾਨੀ ਪੜ੍ਹ ਸੁਣ ਰਹੇ ਆ ਲੇਕਿਨ ਜੋ ਬਾਣੀ ਜੋ ਬਾਣੀ ਸਾਡੇ ਅੰਦਰੋਂ ਵਜਾਣਾ ਚਾਹਦੀ ਸੀ ਨਾ ਉਹ ਸਾਡੇ ਅੰਦਰ ਬਜ ਨਹੀਂ ਰਿਹਾ ਬਾਣੀ ਦਾ ਕੰਮ ਕੀ ਸੀ ਅਨਹਦ ਬਾਣੀ ਨਾਦ ਵਜਾਇਆ ਉਹ ਤੇਰੇ ਅੰਦਰੋਂ ਧੁਨ ਪੈਦਾ ਕਰਦੀ ਤੂੰ ਜਿਸ ਵਾਲੇ ਪਾਸੇ ਜਿਸ ਬਾੜੇ ਵਾਲੇ ਪਾਸੇ ਪ੍ਰੇਰਿਤ ਹੁੰਦਾ ਨਾ ਤੈਨੂੰ ਅੰਦਰੋਂ ਰੋਕਦੀ ਤੈਨੂੰ ਚੰਗੇ ਵਾਲੇ ਪਾਸੇ ਜਾਨ ਨੂੰ ਵੀ ਪ੍ਰੇਰਿਤ ਕਰਦੀ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇ ਗੋ ਤਹਿ ਅਨਹਦ ਧੁਨੀ ਵਾਜੇ ਨਿਤ ਨਿਤ ਬਾਜੇ ਨੀਝਰ ਧਾਰ ਚ ਵਾਵੇ ਗੋ RAM ਨਾਮ ਇਕ ਤਿਲ ਤਿਲ ਲਗਾਵੇ ਬਣੀ ਦਾ ਤੀਰ ਜਿਸ ਦੇ ਹਿਰਦੇ ਨੂੰ ਵਿਨ ਜਾਵੇ ਨਾ ਫਿਰ RAM ਨਾਮ ਇੱਕ ਤਿਲ ਤਿਲ ਗਾਵੇ ਉੱਡਦੇ ਆਂ ਬਹਿਂਦੇ ਆਂ ਸੁੱਤੇ ਆਂ ਸਦਾ ਸਦਾ ਹਰ ਨਾਮ ਤੇ ਆਈ ਹੈ ਗੁਰਮੁਖ ਦਾ ਨਾਮ ਜਪਣ ਦਾ ਵਿਸ਼ਾ ਘੰਟੇ 2 ਘੰਟੇ ਦਾ ਜੇ ਕਿਤੇ ਗੁਰਬਾਣੀ ਵਿੱਚ ਹੈ ਤੇ ਬੰਦਾ ਜ਼ਰੂਰ ਸ਼ੇਅਰ ਕਰੇ ਨਹੀਂ ਕਿਸੇ ਪੋਸਚਰ ਵਿੱਚ ਬੈ ਕੇ ਨਾਮ ਜਪਿਆ ਜਾਂਦਾ ਹੈ ਚੌਂਕਣਾ ਮਾਰੋ ਪਿੱਟ ਸਿੱਧੀ ਕਰੋ ਕਿੱਥੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹਾਂ ਤੇਰੇ ਮਨ ਦੀ ਸਾਵਧਾਨੀ ਦੀ ਗੱਲ ਜ਼ਰੂਰ ਕੀਤੀ ਗਈ ਬਾਕੀ ਤੂੰ ਗੁਰੂ ਕਹਿੰਦਾ ਉੱਡਦੇ ਆਂ ਬੈਹਂਦੇ ਆਂ ਸੁਤੇ ਆਂ ਸਦਾ ਸਦਾ ਹਰ ਨਾਮ ਤੇਾਈ ਹੈ ਜਨ ਨਾਨਕ ਗੁਰਮੁਖ ਹਰ ਲਈ ਹੈ ਹਰ ਕੋ ਨਾਮ ਜਪੀਏ ਨੀਤ RAM ਨਾਮ ਇੱਕ ਤਿਲ ਤਿਲ ਗਾਵੇ ਤੇ ਹਰ ਬੋਲ ਦੇ ਨਾਲ ਇਟ ਡਸ ਨਟ ਮੈਟਰ ਤੂੰ ਆਪਣੇ ਵਰਕਰ ਦੇ ਨਾਲ ਗੱਲ ਕਰ ਰਿਹਾ ਹੈ ਸਬੋਡੀਨੇਟ ਦੇ ਗੱਲ ਕਰ ਰਿਹਾ ਹੈ ਅਫਸਰ ਦੇ ਨਾਲ ਗੱਲ ਕਰ ਰਿਹਾ ਹੈ ਕਸਟਮਰ ਨਾਲ ਗੱਲ ਕਰ ਰਿਹਾ ਹੈ ਹਾਰਿਕ ਦੇ ਵਿੱਚ ਰੱਬ ਦਾ ਨਾਮ ਜਪਿਆ ਜਾਏ ਅਸੀਂ ਉਸ ਪੱਖ ਤੋਂ ਹਾਂ ਹੀ ਅਵੇਸਲੇ ਜਨਾ ਜਨਾਨੀ ਨਾਲ ਗੱਲ ਕਰ ਰਿਹਾ ਹੈ ਪਿਓ ਪੁੱਤਰ ਨਾਲ ਗੱਲ ਕਰ ਰਿਹਾ ਜੋ ਮਰਜੀ ਹੈ ਸਾਡੇ ਹਰ ਬੋਲ ਵਿੱਚ ਉਹ ਰੱਬ ਦੀ ਵਡਿਆਈ ਚਲ ਕੇ ਕਿੱਥੇ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਗੁਣ गावा ਨਿਤ ਨਿਤ ਸਾਧ ਹਰ ਕੇ ਨਿਤ ਨਿਤ ਸਦ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੇ ਨਾਮ ਸੁਣ ਤੇਰਾ ਤੇਰਾ ਤੇਰੀਆਂ ਵਡਿਆਈਆਂ ਸੁਣ ਕੇ ਤੇ ਮੈਂ ਯੂ ਪੈਨਾ ਵਾਂ ਇਹਤੇ ਕੋਈ ਰਿਸਟ੍ਰਿਕਸ਼ਨ ਨਹੀਂ ਕਿਵੇਂ ਬਹਿਣਾ ਨਾ ਇਹਤੇ ਕਹਿੰਦਾ ਉਠ ਤੋ ਬੈਠ ਤੋ ਸੋ ਵਾਤ ਧਿਆਈ ਹੈ ਮਾਰਗ ਚਲ ਤੋ ਹਰੇ ਹਰ ਗਈ ਹੈ ਹੁਣ ਮੈਂ ਜੋੜੇ ਪਾਏ ਹੋਏ ਨੇ ਸੋ ਵਾਟ ਮੈਂ ਜਿੱਥੇ ਮਰਜੀ ਆਂ ਮੈਂ ਨਹਾ ਰਿਹਾ ਮੈਂ ਖੇਡ ਰਿਹਾ ਮੈਂ ਜੋ ਮਰਜੀ ਕਰ ਰਿਹਾ ਇੱਥੇ ਦੇ ਕੀ ਹੈ ਉਠ ਤੇ ਬੈਠ ਤੇ ਸੋਵ ਤੇ ਧਾਈ ਹੈ ਮਾਰਗ ਚਲ ਤ ਹਰੇ ਹਰ ਗਈ ਹੈ ਦਿਨ ਵੀ ਗਾਓ RAM ਨਾਮ ਇੱਕ ਤੇਲ ਜਿ ਲਗਾਵੇ ਦਿਨ ਵੀ ਗਾਓ ਰੈਣੀ ਗਾਓ ਗਾਓ ਸਾਸ ਸਾਸ ਰਸਨਾਰੀ RAM ਨਾਮ ਇੱਕ ਤੇਲ ਜਿ ਲਗਾਵੇ ਹੋਰ ਜੇ ਕੋਈ ਕਰ ਪਾਵੇ ਫਿਰ ਗੁਰੂ ਦੀ ਗਾਰੰਟੀ ਕੀ ਹੈ RAM ਨਾਮ ਨਿਤ ਰਸਨ ਬਖਾਨ ਬਿਨ ਸਹਿ ਰੋਗ ਭਏ ਕਲਿਆਣ ਜੇ ਤੂੰ ਇੱਕ ਤਿਲ ਤਿਲ ਪਾਉ ਹਮੇਸ਼ਾ ਰੱਬ ਦਾ ਨਾਮ ਜਪਨਾ ਸ਼ੁਰੂ ਕਰ ਦੇਗਾ ਨਾ ਮਨ ਗੁਰਮਤ ਨਾਮ ਸਮਾਵੋ ਇਹੋ ਮਨ ਵਿੱਚ ਗੁਰਮਤ ਵਾਲਾ ਨਾਮ ਜੋ ਹੈ ਨਾ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਰਾਮ ਨਾਮ ਇਕ ਤਿਲ ਤਿਲ ਗਾਵੈ ਮਨ ਗੁਰਮਤ ਨਾਮ ਸਮਾਵੈ ਕੋ ਨਾਮ ਸੁਣੈ ਨਾਮੋ ਮਨ ਭਾਵੈ ਹੁਣ ਜੀਵਨ ਕਿਹਦਾ ਬਣ ਗਿਆ ਨਾਮ ਹੀ ਸੁਨਣਾ ਚਾਹਦਾ ਹੈ ਨਾਮ ਹੀ ਮਨ ਨੂੰ ਚੰਗਾ ਨਾਮ ਮੀਠਾ ਬਣੇ ਲਾਗਾ ਨਾਮ ਸੁਣੈ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾਵੇ ਕੋ ਮਨ ਨੂੰ ਤ੍ਰਿਪਤੀ ਕੇਵਲ ਨਾਮ ਸੁਣ ਕੇ ਹੀ ਮਿਲਦੀ ਹੈ ਜਿਨਾ ਦੇ ਹਿਰਦੇ ਨੂੰ ਗੁਰਬਾਣੀ ਦਾ ਤੀਰ ਵਿਨ ਗਿਆ ਨਾ ਉਹਨਾਂ ਦਾ ਜੀਵਨ ਕੈਸਾ ਹੋ ਗਿਆ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਚਿਤ ਲਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਚਿਤ ਲਾਵੋ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਤੇਰਾ ਘਰ ਪੈਸਾ ਤੇਰਾ ਜਿਹਨੂੰ ਤੂੰ ਮਾਇਆ ਕਹਿ ਰਣਾ ਉਹ ਪਵਿੱਤਰ ਹੋ ਜਾਏਗੀ ਤੇਰੀ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਇਕ ਅਜੀਬ ਸ਼ਬਦ ਕਈ ਵਾਰਡੇ ਵਿਚਾਰ ਦੀ ਨਾਂ ਆਉਂਦਾ ਨਾ ਜਿੱਤੇ ਸੰਤ ਨੂੰ ਗੁਰੂ ਡਿਸਕ੍ਰਾਈਬ ਕਰ ਰਹੇ ਨੇ ਵੀ ਸੰਤ ਜੀਵਨ ਕਹਿੰਦੇ ਕਿਸ ਜੀਵਨ ਨੇ ਇੱਕ ਸੰਤ ਦਾ ਕੈਰੈਕਟਰਿਸਟਿਕ ਕੀ ਹੁੰਦਾ ਹੈ ਉਥੇ ਨਾ ਇੱਕ ਗੱਲ ਉਹਨਾਂ ਨੇ ਕਿਹਾ ਕਿ ਨਾ ਕਹਿੰਦੇ ਉਹਨਾਂ ਦਾ ਜੀਵਨ ਕਿਹਦਾ ਹੁੰਦਾ ਹੈ ਕਹਿੰਦਾ ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਉਹ ਜੋ ਸੁਣਦੇ ਨੇ ਨਾ ਰੱਬ ਦੀ ਵਡਿਆਈ ਸੁਣਦੇ ਨੇ ਉਹ ਜਿੱਥੇ ਉਹਨਾਂ ਨੂੰ ਸਮੁੰਦਰ ਸਮੁੰਦਰ ਸਾਨੂੰ ਵੀ ਨਜ਼ਰ ਆ ਰਿਹਾ ਉਹਨਾਂ ਨੂੰ ਨਜ਼ਰ ਆ ਰਿਹਾ ਜਦੋਂ ਉਹ ਸਮੁੰਦਰ ਦੇਖਦੇ ਨੇ ਉਹਨਾਂ ਨੂੰ ਕਰਤੇ ਦੀ ਯਾਦ ਉਹਨਾਂ ਨੂੰ ਕੁਦਰਤ ਵਿੱਚੋਂ ਕਰਤਾ ਨਜ਼ਰ ਆ ਜਾਂਦਾ ਹੈ ਜਿਸ ਦੇ ਹਿਰਦੇ ਨੂੰ ਬਾਣੀ ਦਾ ਤੀਰ ਵਿੰ ਜਾਏ ਨਾ ਨਾਮ ਸੁਣੈ ਨਾਮੋ ਮਨ ਪਾਵੈ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਹਿ ਨਾ ਜਮਕੈ ਧਾਮ ਨਾਮ ਸੁਣੈ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾ ਨਾਮ ਸੁਣ ਕੇ ਮਨ ਨੂੰ ਤ੍ਰਿਪਤੀ ਮਿਲਦੀ ਹੈ ਹਰ ਨਾਮ ਸੁਣੀ ਹੈ ਮਨ ਤ੍ਰਿਪਤਾ ਹੈ ਮੇਰੇ ਭਾਈ ਪਰ ਹਰ ਨਾਮ ਕੀ ਮਨ ਭੁੱਖ ਲਗਾਈ ਨਾਮ ਸੁਨੇ ਰੱਬ ਦੀਆਂ ਵਡਿਆਈਆਂ ਰੱਬ ਦੀ ਕੀਰਤੀ ਰੱਬ ਦੇ ਜਸ ਸੁਣ ਕੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਹਰੋਂ ਤੱਕ ਕੀ ਹੈ ਆਪਣੀਆਂ ਵਡਿਆਈਆਂ ਬਸ ਕੋਈ ਮੇਰੀਆਂ ਵਡਿਆਈਆਂ ਕਰੇ ਜਦੋਂ ਗੁਰਬਾਣੀ ਦਾ ਤੀਰ ਵੱਜ ਗਿਆ ਨਾ ਜਾਂ ਐਸਾ ਸਮਝੀਏ ਕਿ ਜੇ ਜੇ ਸਾਡੇ ਮਨ ਵਿੱਚ ਹਜੇ ਵੀ ਆਪਣੀਆਂ ਵਡਿਆਈਆਂ ਕਰਾਉਣ ਦੀ ਲਾਲਚ ਇਹਨਾਂ ਦਾ ਜੇ ਗੁਰਬਾਣੀ ਦਾ ਤੀਰ ਵੱਜਿਆ ਨਹੀਂ ਹੈ ਅੰਦਰ ਜਿਨਾਂ ਦੇ ਵੱਜ ਗਿਆ ਹੈ ਨਾ ਕਹਿੰਦੇ ਨਾਏ ਸੁਣਿਆ ਮਨ ਰਹਿਸੀ ਹੈ ਨਾਮੇ ਸ਼ਾਂਤ ਆਈ ਨਾਏ ਸੁਣਿਆ ਮਨ ਰਹਿਸੀ ਹੈ ਨਾਮੇ ਸ਼ਾਂਤ ਆਈ ਨਾਏ ਸੁਣੀਏ ਮਨ ਤ੍ਰਿਪਤੀ ਹੈ ਸਭ ਦੁੱਖ ਗਵਾਈ ਨਾਮ ਮਿਲੇ ਮਨ ਤ੍ਰਿਪਤੀ ਹੈ ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮੈ ਤ੍ਰਿਗ ਜੀਵਾਸ ਰਾਮ ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤਿ ਨਾਮ ਸਮਾਵੈ ਗੋ ਨਾਮ ਸੁਣਾ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾਵੇ ਗੋ ਕਨਕ ਕਨਕ ਪਹਿਰੇ ਬੋ ਕੰਗਨ ਕਾਪਰ ਭਾਤ ਬਣਾਵੇ ਗੋ ਇੱਕ ਗੁਰੂ ਨੇ ਇੱਕ ਪੱਖ ਦੱਸਿਆ ਨਾ ਸਾਨੂੰ ਹੁਣ ਜਿਹੜਾ ਨਾ ਬਈ ਉਹ ਗੁਰੂ ਕਹਿਣ ਨੂੰ ਜਿਤਨਾ ਮਰਜੀ ਸ਼ਰੀਰਿਕ ਸ਼ਿੰਗਾਰ ਜਿਤਨਾ ਮਰਜੀ ਬਣਾ ਲਾਏ ਜਦੋਂ ਤੱਕ ਨਾਮ ਦੇ ਨਾਲ ਤੇਰਾ ਜੀਵਨ ਨਹੀਂ ਸ਼ਿੰਗਾਰਿਆ ਜਾਂਦਾ ਨਾ ਨਾਮ ਬਿਨਾਂ ਸਭ ਕੀ ਇਹ ਫੀਕ ਫਿਕਾ ਨੇਵੇਂ ਪ੍ਰਿਆਪਨ ਸ਼ਿੰਗਾਰ ਕਰੀ ਤੇਤਾ ਤਨ ਤਪੈ ਤਾਂ ਸਦੂ ਜੀ ਨੇ ਸ਼ਬਦ ਕੋਟ ਕੀਤਾ ਨਾ ਵੀ ਨਾਮ বিনা ਜੋ ਪਹਿਰੇ ਖਾਏ ਗੁਰੂ ਨਹੀਂ ਕਹਿੰਦਾ ਕਿ ਨਾ ਖਾ ਨਾ ਪਾ ਗੁਰੂ ਨੂੰ ਗੁਰੂ ਨੂੰ ਇਸ ਗੱਲ ਦਾ ਇਤਰਾਜ਼ ਨਹੀਂ ਗੁਰੂ ਨਹੀਂ ਕਹਿੰਦਾ ਕਿ ਸ਼ਿੰਗਾਰ ਨਾ ਕਰ ਲੇਕਿਨ ਹੋਵੇ ਕੀ ਜਹ ਪ੍ਰਸਾਦ ਜੇ ਪ੍ਰਸਾਦ ਆ ਭੁੱਖ ਨ ਪਹਿਰੀ ਜੇ ਜਿਹੜੇ ਆਭੋਸ਼ਣ ਪਾਏ ਨੇ ਨਾ ਤੂੰ ਰੱਬ ਨੂੰ ਕਹਿ ਮਾਲਕਾ ਤੂੰ ਦਿੱਤੇ ਨੇ ਮੇਰੇ ਨਹੀਂ ਨੇ ਮੇਰੇ ਕੋਲ ਕਿਹੜੀ ਮੇਰੇ ਕੋਲ ਨਾ ਕੋਈ ਅਕਲ ਨਾ ਮੇਰੇ ਕੋਲ ਕੋਈ ਹੈਸੀਅਤ ਮੇਰੀ ਜੇ ਤੂੰ ਇਹਨਾ ਵਿੱਚ ਉਲਝ ਕੇ ਰਹਿ ਗਿਆ ਨਾ ਪ੍ਰੇਅ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਸਾਡਾ ਅਸਲੀ ਸ਼ਿੰਗਾਰ ਕੀ ਹੋਵੇ ਇਹ ਸਰੀਰਕ ਸ਼ਿੰਗਾਰ ਜਿਹੜਾ ਨਾ ਉਹ ਅੱਗੇ ਸਾਡੇ ਕੰਮ ਨਹੀਂ ਆਣਾ ਕਿਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਨਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਨਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖੜਾ ਡਰਾਵਨਾ ਕਰ ਔਗਣ ਪਛੋਤਾਵਨਾ ਇੱਥੇ ਬਹੁਤ ਸੋਨੇ ਸੋਨੇ ਕੱਪੜੇ ਪਾ ਲਿੱਤੇ ਸੋ ਵਾਟ ਗੁਰੂ ਦੇ ਕਹਰੇ ਅਬ ਤੂੰ ਇੱਥੇ ਅਪਰਾਉਣਿਆਂ ਦੇ ਨਿਆਈ ਆਇਆ ਸੀ ਤੇ ਸੋਨੇ ਕੱਪੜੇ ਪਾ ਲਿੱਤੇ ਸੋ ਵਾਟ ਜੇ ਨਾਮ ਦੇ ਨਾਲ प्रीਤੀ ਨਹੀਂ ਬਣੀ ਨਾ ਫਿਰ ਕੀ ਏ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤੇਰਾ ਹਰ ਖਾਤਾ ਹੋਇਆ ਨਾਮ ਬਿਨਾ ਜੋ ਤੂੰ ਖਾਣੇ ਗੁਰੂ ਨੂੰ ਖਾਂਦ ਤੋ ਇਤਰਾਜ ਨਹੀਂ ਤੂੰ ਰੱਬ ਦਾ ਨਾਮ ਨਹੀਂ ਜਪਦਾ ਤੂੰ ਕਹਿੰਦਾ ਮੈਂ ਕਮਾਇਆ ਮੈਂ ਮੈਨੂੰ ਬੜੀ ਅਕਲ ਸੀ ਮੈਂ ਬੜਾ ਸਿਆਣਾ ਸੀ ਫਿਰ ਤੇਰਾ ਖਾਧਾ ਹੋਇਆ ਭੋਜਨ ਕਿਵੇਂ ਜਿਵੇਂ ਕੁੱਤਾ ਝੂਠਣ ਵਿੱਚੋਂ ਮੂੰਹ ਮਾਰ ਰਿਹਾ ਹੈ ਨਾ ਜੇ ਤੂੰ ਰੱਬ ਦਾ ਨਾਮ ਨਹੀਂ ਜਪ ਰਿਹਾ ਨਾ ਜੋ ਤੂੰ ਖਾ ਪੀ ਰਿਹਾ ਨਾ ਮਨੋਂ ਕੁੱਤੇ ਦੀ ਨਿਆਈਂ ਝੂੜ ਵਿੱਚੋਂ ਮੂੰਹ ਮਾਰ ਰਿਹਾ ਨਾਮ ਦੁਰਾਇ ਚਲੇ ਸਭ ਚੋਰ ਹੈ ਜੋ ਰੱਬ ਦਾ ਨਾਮ ਨਹੀਂ ਜਪਦੇ ਨਾ ਉਹ ਰੱਬ ਦੇ ਚੋਰ ਨੇ ਦੇਂਦਾ ਰੱਬ ਹੈ ਮੰਗਦੇ ਰੱਬ ਕੋਲੋਂ ਨੇ ਫਿਰ ਕਹਿੰਦੇ ਨੇ ਮੈਂ ਕੀਤਾ ਹੈ ਜੇ ਨਾਮ ਦੇ ਨਾਲ ਰੱਬ ਦੀ ਵਡਿਆਈ ਕਰਨ ਦੀ ਕਿਰਿਆ ਦੇ ਨਾਲ प्रीਤੀ ਨਾ ਬੰਨੀ ਨਾ ਫਿਰ ਕੀ ਇਹ ਕਹਿੰਦਾ ਧ੍ਰਿਗ ਧ੍ਰਿਗ ਖਾਇਆ ਤਰੇ ਤਰੇਗ ਸੋਇਆ ਧ੍ਰਿਗ ਧ੍ਰਿਗ ਕਾਪਰ ਅੰਗ ਚੜਾਇਆ ਧ੍ਰਿਗ ਸ਼ਰੀਰ ਕੂਟੰਬ ਸਹਿਤ ਸਿਓ ਜਿਤ ਹਾਰ ਖਸਮ ਨਾ ਪਾਇਆ ਇਹਦੇ ਨਾਲ ਰੱਬ ਦੇ ਨਾਲ ਸਾਝ ਨਹੀਂ ਬਰਣੀ ਤੇਰੀ ਇਧਰ ਕੋਲ ਹੋਏ ਬਹੁਤ ਪੈਸਾ ਵੀ ਹੋਵੇ ਤਾਂ ਕੀ ਇੱਕ ਰੈਣ ਕੇ ਪਾਹਣ ਤੋਂ ਮੈਂ ਆਏ ਜੈਸੇ ਰੈਣ ਪਰਾਉਣਾ ਉੱਠ ਚਲ ਸੈ ਪ੍ਰਭਾਤ ਹੈ ਸੋ ਵਾਟ ਕਿਨ ਤਲੇ ਕੁੰਚਰੀਆ ਸਿਰ ਕਨਕ ਛਤਰੀਆ ਤੇਰੇ ਤੂੰ ਹੱਥੀਂ ਸਵਾਰੀ ਕਰਦਾ ਹਾਂ ਮੈਂ ਬਹੁਤ ਇੱਕ ਮਰਸੀਡੀਜ਼ ਗੱਡੀ ਹੋਵੇ ਤਲੇ ਕੁੰਚਰੀਆ ਅਸ਼ਿਰ ਕਨਕਛਤਰੀਆ ਹਰ ਭਗਤ ਬਿਨਾਲੇ ਧਰਨ ਗੜਲਿਆ ਜਿਹੜਾ ਜੀਵਨ کامیاب ਨਹੀਂ ਹੁੰਦਾ ਜੋ ਤੇਰੇ ਭਗਤ ਨੇ ਨਾ ਉਹਨਾਂ ਦੀ ਚਾਹਤ ਕੁਝ ਹੋੜ ਹੈ ਜਿਨ੍ਹਾਂ ਨੂੰ ਬਾਣੀ ਦਾ ਬਾਣ ਵਿਣ ਜਾਏ ਨਾ ਉਹਨਾਂ ਦਾ ਜੀਵਨ ਪਰਵਰਤਨ ਕੀ ਆਂਦਾ ਹੈ ਓਹਾ ਪ੍ਰੇਮ ਪਿਰੀ ਓਹਾ ਪ੍ਰੇਮ ਪਿਰੀ ਕਨਕ ਮਾਨਕ ਗਜ ਮੋਤੀ ਅਨੇ ਲਾਲਨ ਨਹਿ ਨਾ ਨਹੀਂ ਸਾਨੂੰ ਉਹਦੇ ਨਾਲ ਸਖੀ 모ਹੇਨ ਸਿਓ ਨਾਹਨ ਕਾਮ ਕਨਕ ਕਨਕ ਪਹਿਰੇ ਬੋ ਕੰਗਨ ਕਾਪਰ ਭਾਂਤ ਬਣਾਵੇ ਗੋ ਨਾਮ ਬਿਨਾ ਸਭ ਠੀਕ ਫੀਕਾ ਨੇ ਜਨਮ ਮਰਿਆ ਫਿਰ ਆਵੇ ਕੋ ਤੇਰਾ ਜਨਮ ਮਰਨਾ ਗੇੜੀ ਖਤਮ ਨਹੀਂ ਹੋਣਾ ਨਾਮ ਤੋਂ ਬਿਨਾ ਐਸਾਰੇ ਸਵਾਦ ਪਿੱਕੇ ਨੇ ਸਾਡੀ ਗੁਰੂ ਸਾਨੂੰ ਸਮਝਾ ਰਿਹਾ ਜਿਨ੍ਹਾਂ ਨੂੰ ਹਜੇ ਉਹ ਬਾਣੀ ਦਾ ਤੀਰ ਨਹੀਂ ਵਿੰਨਿਆ ਨਾ ਸਾਡੀ ਹਾਲਤ ਕੀ ਹੈ ਇੱਕ ਥਾਂ ਤੇ ਗੁਰੂ ਕੰਧ ਨੇ ਕਹਾ ਕੋ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਮੈਂ ਆਪਣੀ ਨੀਚਤਾ ਕਿੰਨੀ ਬਿਆਨ ਕਰਾਂ ਮਨ ਕਿਵੇਂ ਹੋਇਆ ਹੋਇਆ ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਉਹ ਰਬ ਦੀ ਸਿਫਤ ਹਲਾ ਨਹੀਂ ਕਰਦਾ ਮਨ ਨੂੰ ਜਿਨਾ ਦਾ ਸਵਾਦ ਆ ਰਿਹਾ ਉਹ ਨਾਲ ਨਹੀਂ ਨਿਭਦੇ ਐ ਜਿਨਾ ਦਾ ਤੂੰ ਸਵਾਦ ਮਾਨ ਰਿਹਾ ਨਾ ਗੁਰੂ ਕਹਿੰਦਾ ਕਨਕ ਕਾਮਨੀ ਸੇਜ ਸੋਹਣੀ ਛੋੜ ਖਿਨੇ ਮੈਂ ਜਾਵਤ ਹੈ ਕਨਕ ਕਾਮਨੀ ਸੇਜ ਸੋਹਣੀ ਛੋੜ ਖਿਨੇ ਮੈਂ ਜਾਵਤ ਹੈ ਉਰਜ ਰਿਓ ਇੰਦਰੀ ਰਸ ਪ੍ਰੇਰਿਓ ਬਿਖੈ ਠਗੋਰੀ ਖਾਵਤ ਤੂੰ ਤੇ ਠਗਿਆ ਗਿਆ ਤੂੰ ਲੁੱਟਿਆ ਗਿਆ ਕਿਵਰ ਠੱਗਾ ਦਾ ਕੰਮ ਕੀ ਹੁੰਦਾ ਹੈ ਮਿੱਠਾ ਮਿੱਠਾ ਬੋਲ ਕੇ ਠੱਗ ਲੈਣਾ ਇਹ ਮਾਇਆ ਨੇ ਵੀ ਤੈਨੂੰ ਠੱਗ ਲਿੱਤਾ ਤਨ ਧਨ ਦੇਖਤ ਗਰਭ ਗਿਆ ਬੜੇ ਗਰਮ ਵਿੱਚ ਆ ਗਿਆ ਤੂੰ ਬੜਾ ਗੁਮਾਨ ਵਿੱਚ ਆ ਗਿਆ ਆਪਣਾ ਤਨ ਆਪਣਾ ਧਨ ਦੇਖ ਕੇ ਨਾ ਤੂੰ ਬੜਾ ਹੰਕਾਰ ਵਿੱਚ ਆ ਗਿਆ ਤਨ ਧਨ ਦੇਖਤ ਹੋਇਆ ਕੀ ਗਰਭ ਗਿਆ ਤੂੰ ਬੜਾ ਗਰਮ ਵਿੱਚ ਆ ਗਿਆ ਕਨਕ ਕਨਕ ਕਾਮਨੀ ਸੋ ਹੇਤ ਵਧਾਏ ਕੀ ਨਾਮ ਵਿਸਾਰੈ ਪਰਮ ਗਿਆ ਨਾਮ ਨੂੰ ਕੁਲ ਗਿਆ ਕੇ ਕੇ ਹਰ ਕੇ ਨਾਮ ਬਿਨਸਾਦ ਨਾਮ ਬਿਲਾ ਸਭ ਭੀਕ ਪਿਕ ਨਹੀਂ ਤੇਰੇ ਨਾਲ ਨਹੀਂ ਨਿਭਨੇ ਹੈ ਡਿੰਬਣ ਵਾਲੀ ਚੀਜ਼ ਕੀ ਹੈ ਟੀਕੇ ਹਰ ਕੇ ਨਾਮ ਬਿਨਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈ ਹੈ ਅਹਨਸ ਪੂਰਨ ਨਾਦ ਜੇ ਜੀਵਨ ਨਾਮ ਦੇ ਨਾਲ ਨਹੀਂ ਜੁੜਿਆ ਨਾ ਜੋ ਮਿਲਿਆ ਨਾ ਤੈਨੂੰ ਮਿਲਿਆ ਬੜਾ ਬੇਸ਼ਕੀਮਤੀ ਔਸਰ ਹੈ ਮਾਨਸ ਜਨਮ ਪੁਨ ਕਰ ਪਾਇਆ ਮਾਨਸ ਜਨਮ ਪੁਨ ਕਰ ਪਾਇਆ ਬਿਨ ਨਾਵੇ ਤ੍ਰਿਗ ਤ੍ਰਿਗ ਬਿਰਤਾ ਜਾਏ ਨਾਮ ਬਿਨਾ ਰਸ ਕਸ ਦੁਖ ਖਾਵੇ ਨਾਮ ਬਿਨਾ ਰਸ ਕਸ ਦੁਖ ਖਾਵੇ ਮੁਖ ਫੀਕਾ ਹੁਕ ਹੂਕ ਮੁਖ ਪਾਈ ਨਾਮ ਬਿਨਾ ਸਭ ਫੀਕ ਪਿਕਾਨੇ ਹੋਣਾ ਕੀ ਇਹ ਕਹਿੰਦਾ ਜਨਮ ਮਰਿਆ ਫਿਰ ਆਵੇਂਗੋ ਪਰ ਜੇ ਇਹ ਨਾ ਦੇ ਸਵਾਦ ਵਿੱਚ ਉਲਝਿਆ ਰਹਿ ਗਿਆ ਨਾ ਫਿਰ ਨਾਮ ਦਾ ਸਵਾਦ ਕਦੋਂ ਮਾਨੇਗਾ ਕਨਕ ਕਾਮਨੀ ਜੀਵਨ ਵਿੱਚ ਹੋ ਗੀਆ ਕਹਿੰਦਾ ਰਸ ਸੋਇਨਾ ਰਸ ਰੂਪਾ ਰੂਪਾ ਚਾਂਦੀ ਰਸ ਸੋਇਨਾ ਰਸ ਰੂਪਾ ਕਾਮਣ ਰਸ ਰਸ ਪਰਮਲ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠ ਰਸ ਮੀਠਾ ਰਸ ਮਾਸ ਇਤੇ ਰਸ ਸ਼ਰੀਰ ਕੇ ਕਹਿ ਘਟ ਨਾਮ ਨਿਵਾਸ ਕਨਕ ਕਨਕ ਪਹਿਰੇ ਬੋ ਕੰਗਨ ਕਾਪਰ ਭਾਂਤ ਬਨਾਵੇ ਗੋ ਨਾਮ ਬਿਨਾਂ ਸਭ ਫੀਕ ਪਿਕਾਨ ਹੈ ਇੱਕ ਪਾਸੇ ਕੀ ਹੈ ਸ਼ੁਰੂਆਤ ਕਿਤੋਂ ਹੈ ਜਪ ਮੰਨ ਰਾਮ ਨਾਮ ਸੁਖ ਪਾਵੇ ਰਬ ਦਾ ਨਾਮ ਜਪਿਆ ਕਰ ਹੁਣ ਨਾਮ ਜਪਣ ਵਾਸਤੇ ਕਰਨਾ ਕੀ ਹੈ ਗਦੋ ਗੁਰਬਾਣੀ ਸੁਣਦ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈਗੋ ਫਿਰ ਰਾਮ ਨਾਮ ਇੱਕ ਤਿਲ ਤਿਲ ਲਗਾਵੇ ਔਰ ਇਸ ਤੋਂ ਬਿਨਾ ਬਾਕੀ ਸਾਰੇ ਸਵਾਦ ਜਿਹੜੇ ਨਾ ਉਹ ਤੇਰੇ ਕੰਮ ਆਉਣ ਵਾਲੇ ਨੇ ਸਾਰੇ ਠੀਕੇ ਨੇ ਹਾਂਜੀ ਵਿੱਚ ਬਹੁਤ ਬਹੁਤ ਧੰਨਵਾਦ ਜੀ ਜੀ ਅਰਜੀ ਦਾ ਮੈਕਬਲ ਵੀ ਜੀ ਨੂੰ ਬੇਨਤੀ ਕਰਦਾ ਜੀ ਅਰਜੀ ਵਿਚਾਰ ਰੱਖਣ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਸੰਗਤਾਂ ਨੂੰ ਗੁਰੂ ਸ਼ਬਦ ਵਿਚਾਰ ਸਮਝਾਉਣੀ ਕੀਤੀ ਹੈ ਸਤਿਗੁਰ ਰਹਿਮਤ ਕਰਨ ਸੇਵਾ ਥਾਏ ਪਾਉਣ ਵਾਦਾ ਜੋ ਸ਼ਬਦ ਵਿਚਾਰ ਹੈ ਕਨੜਾ ਮਹਿਲਾ ਚੌਥਾ ਅਸ਼ਟ ਪਦੀਆਂ ਕਰ ਪਹਿਲੇ ਦਾ ਅੱਜ ਤੀਸਰੇ ਪਦੇ ਦਾ ਵਿਚਾਰ ਹੈ ਚਾਹ ਬਤਾਏ ਕੁਰਬਾਨੀ ਸੁਨਤ ਮਿਰ ਮੰਨ ਕਰਵਿਆ ਮਨ ਭਿਨਾ ਨਿਜ ਕਰਾਵੇ ਗੋ ਤਾਨਤ ਤੁਨੀ ਬਜੇ ਨਿਤ ਬਦੀ ਨਿਜਰ ਧਾਰ ਚ ਆਵੇ ਗੋ ਸਤਗੁਰ ਜੀ ਇਥੇ ਮਨ ਨੂੰ ਸਮਝਾਉਂਦੇ ਹੋਏ ਆਖਦੇ ਹਨ ਜਪ ਮੰਨ ਰਾਮ ਨਾਮ ਮਨ ਨੂੰ ਸੰਬੋਧਕੀ ਹੋ ਕੇ ਇਹ ਹੀ ਸਮਝਾਉਂਦੇ ਰਹੇ ਰਹਾਉ ਪਦ ਵਿੱਚ ਭਾਈ ਨਾਮ ਜਪਿਆ ਕਰ ਸੁਖ ਪਾਵੈ ਗੋਤ ਸੁਖ ਪ੍ਰਾਪਤ ਕਰ ਲੇਗਾ ਜਿਉਂ-ਜਿਉਂ ਜਪੈ ਤਵੇਂ ਸੁਖ ਪਾਵੈ ਜਿਉਂ-ਜਿਉਂ ਤੂੰ ਭਾਈ ਇਹ ਮਨ ਉਸ ਮਾਲਕ ਦੇ ਨਾਮ ਵਿੱਚ ਜੁੜਦੀ ਜੁੜਦੇ ਜਾਵੇਂਗਾ ਕਿਵੇਂ ਤਵੇਂ ਤੂੰ ਸੁਖ ਪ੍ਰਾਪਤ ਕਰਦਾ ਜਾਵੇਂਗਾ ਤੇ ਸਤਗੁਰੂ ਵਿੱਚ ਫਿਰ ਲੀਨ ਹੋ ਜਾਵੇਂਗਾ ਸਾਬਦ ਵਿੱਚ ਲੀਨ ਹੋ ਜਾਵੇ। راہ ਪਦ ਵਿੱਚ ਇਹ ਗੱਲ ਸਮਝਉਂਦੇ ਆ ਹੁਣ ਸਾਨੂੰ ਸਤਗੁਰ ਦੀ ਆਖਦੇ ਆਨ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ। ਮੇਰਾ ਜਿਹੜਾ ਮਨ ਹੈ ਉਹ ਜਦੋਂ ਗੁਰਬਾਣੀ ਨੂੰ ਸੁਣਦਾ ਮਨ ਕਰਕੇ ਸੁਣਦਾ। ਕੰਨ ਕਰਕੇ ਤਾਂ ਸਾਰੇ ਸੁਣਦੇ ਆਂ ਗਾਉਂਦੇ ਵੀ ਆਂ। ਪਰ ਮਨ ਕਰਕੇ ਕੋਈ ਵਿਰਲਾ ਹੀ ਹੁੰਦਾ ਹੈ। ਤੇ ਜਿਹੜਾ ਮਨ ਕਰਕੇ ਗੁਰਬਾਣੀ ਨੂੰ ਸੁਰਤ ਸੁਣ ਲੈਂਦਾ ਹੈ ਤੇ ਮਨ ਦਰਵਜਾਂਦਾ ਰਸ ਭਰਾ ਹੋ ਜਾਂਦਾ ਹੈ। ਖੁਸ਼ਕੀ ਤੋਂ ਖੁਸ਼ਕ ਤੋਂ ਰਸ ਵਾਲਾ ਬਣ ਜਾਂਦਾ। ਮਨ ਭੀਨਾ ਫਿਰ ਭਿੱਜਿਆ ਹੋਇਆ ਜਿਵੇਂ ਕੋਈ ਰਸ ਰਾਸਗੁੱਲਾ ਰਸ ਵਿੱਚ ਭਿੱਜਿਆ ਰਹਿੰਦਾ। ਇਸੇ ਤਰ੍ਹਾਂ ਜਦੋਂ ਮਨ ਹੈ ਉਹ ਜਦੋਂ ਗੁਰਬਾਣੀ ਨੂੰ ਸੁਣਦਾ ਉਦੋਂ ਮਨ ਫਿਰ ਰਸ ਪਸੇ ਭਰਿਆ ਬਣ ਜਾਂਦਾ ਰਸੀਲਾ ਬਣ ਜਾਂਦਾ ਰਸਿਆ ਬਣ ਜਾਂਦਾ ਰਸਿਆ ਹੋਇਆ ਫਿਰ ਮਨ ਜਿਹੜਾ ਮਨ ਭੀ ਨਾ ਨਿਜ ਕਰਾਵੇ ਕੋ ਉਹ ਨਿਜ ਤੋਂ ਭਾਵ ਅਸਲ ਰੂਪ ਵਿੱਚ ਮਾਲਕ ਦੀ ਹੋਂਦ ਜਿੱਤੇ ਮਾਲਕ ਦਾ ਟਿਕਾਣਾ ਵੀਰ ਜੀ ਵੀ ਸਮਝਾਉਣਾ ਕੀਤਾ ਮਨ ਨੇੜ ਹੀ ਮਾਲਕ ਪ੍ਰਭੂ ਦਾ ਘਰ ਹੈ ਜਦੋਂ ਮਨ ਗੁਰੂ ਦੀ ਸ਼ਰਨ ਪੈਂਦਾ ਤਾਂ ਉਦੋਂ ਇਹ ਜਿਹੜਾ ਮਨ ਹੈ ਉਹ ਮਾਲਕ ਦਾ ਸਰੂਪ ਬਣਦਾ ਉਸ ਅਸਲੇ ਵਿੱਚ ਟਿਕ ਜਾਂਦਾ ਜਦੋਂ ਮਨ ਗੁਰ ਬਾਣੀ ਨੂੰ ਸੁਣਦਾ ਕੋ ਨਾਮ ਰਸ ਨਾਲ ਭਿੱਜ ਜਾਂਦਾ ਫਿਰ ਉਹਦੀ ਜਿਹੜੀ ਅਵਸਥਾ ਹੈ ਜਦੋਂ ਭਿੱਜਿਆ ਹੋਇਆ ਮਨ ਹੁੰਦਾ ਉਹ ਫਿਰ ਉਹਦੀ ਪਟਕਣਾ ਖਤਮ ਹੋ ਜਾਂਦੀ ਹੈ ਉਹ ਬਾਹਰ ਨਹੀਂ ਭੱਜਦਾ ਉਹ ਅੰਦਰੇ ਮਾਲਕ ਪ੍ਰਭੂ ਦੇ ਚਰਨਾਂ ਵਿੱਚ ਹੀ ਜੁੜਿਆ ਰਹਿੰਦਾ ਉਹਦਾ ਜਿਹੜਾ ਹਾਰ ਕਰਮ ਜਿਹੜਾ ਜਿਹੜਾ ਵੀ ਉਹਦਾ ਕਰਮ ਇੰਦਰੀਆ ਗਿਆਨ ਇੰਦਰੀਆ ਉਹ ਮਾਲਕ ਪ੍ਰਭੂ ਦੀ ਉਪਦੇਸ਼ ਸਿੱਖਿਆ ਦਾ ਸਦਾ ਧਾਰਨੀ ਬਣਿਆ ਰਹਿੰਦਾ ਉਹ ਨਿਜਕਰ ਦੇ ਵਿੱਚ ਫਿਰ ਆਉਂਦਾ ਟਿਕਦਾ ਹੈ ਤਾਂ ਅਨੰ ਅਨਾਦ ਢੁਣੀ ਬਾਜੇ ਨਿਤ ਗਾਜ ਹੈ ਨਿਤ ਬਾਜੇ ਨਿਤ ਬਾਜੇ ਜਿਹੜੇ ਉਹ ਵਜਦੇ ਹਨ ਅਨਾਦ ਬਿਨਾ ਆਹਟ ਕੀਤੀਆਂ ਇੱਕ ਰਸ ਤਾਂ ਉੱਥੇ ਜਿੱਥੇ ਜਿਸ ਤੇ ਘਰ ਦੇ ਵਿੱਚ ਮਨ ਦੇ ਵਿੱਚ ਗੁਰਬਾਣੀ ਜਿਹੜੀ ਆ ਟਿਕਦੀ ਹੈ ਉਸ ਘਰ ਦੇ ਵਿੱਚ ਅਨਾਤ ਤੁਣੀ ਫਿਰ ਵੱਜਦੇ ਆ ਤੇ ਵੱਜਦੇ ਵੀ ਨਿੱਤ ਹੀ ਆ ਪਾਵਹਾਰ ਸਮੇ ਉਸ ਹਿਰਦੇ ਘਰ ਦੇ ਵਿੱਚ ਉਸ ਮਨ ਦੇ ਵਿੱਚ ਜਿਹੜਾ ਮਨ ਗੁਰਬਾਣੀ ਨੂੰ ਸੁਣਦਾ ਸੁਣ ਕੇ ਜਿਹੜਾ ਮਨ ਗੁਰਬਾਣੀ ਵਿੱਚ ਰਸ ਭਰਿਆ ਹੋ ਜਾਂਦਾ ਜਿਹੜਾ ਰਸ ਭਰਪੂਰ ਬਣ ਜਾਂਦਾ ਮਨ ਉਹ ਜਦੋਂ ਰਸ ਦੇ ਵਿੱਚ ਭਿੱਜਿਆ ਰਹਿੰਦਾ ਤੇ ਨਜ ਘਰ ਦੇ ਵਿੱਚ ਹੀ ਰਹਿੰਦਾ ਉਹਦੀ ਬਾਹਰਲੀ ਜਿਹੜੀ ਦ੍ਰਿਸ਼ਟੀ ਆ ਭਟਕਣਾ ਉਹ ਖਤਮ ਹੋ ਜਾਂਦੀ ਆ ਉਹ ਆਪਣੇ ਅਸਲ ਅੰਦਰੇ ਦੇ ਅੰਤਰੀ ਅਸਲ ਘਰ ਵਿੱਚ ਹੀ ਅਸਲ ਟਿਕਾਣੇ ਵਿੱਚ ਅਸਲ ਮਾਲਕ ਦੇ ਨਾਲ ਜੁੜਿਆ ਰਹਿੰਦਾ ਮਾਇਆ ਦੇ ਪ੍ਰਭਾਵ ਤੋਂ ਉਪਰਾਮ ਹੋ ਜਾਂਦਾ ਅਲਿਪਤ ਹੋ ਜਾਂਦਾ ਨਿਰਲੇਪ ਬਣ ਜਾਂਦਾ ਫਿਰ ਉੱਥੇ ਤਾਂ ਆਨਾਦ ਧੁਣੀ ਬਾਜੇ ਹੈ ਨਿਤ ਬਾਜੇ ਉੱਥੇ ਉਸ ਹਿਰਦੇ ਘਰ ਦੇ ਵਿੱਚ ਫਿਰ ਬਿਨਾਂ ਇੱਕ ਰਸ ਬਿਨਾਂ ਰੁਕਿਆ ਬਿਨਾਂ ਆਹਟ ਤੋਂ ਇਹ ਇੱਕ ਰਸ ਜਿਹੜਾ ਨਾਮ ਦੀ ਧੁਣੀ ਵੱਜਦੀ ਰਹਿੰਦੀ ਆ ਭਾਵ ਉਹ ਮਨ ਹਮੇਚਾ ਹੈ ਸ਼ਬਦ ਦੇ ਵਿੱਚ ਸੁਰਤ ਆਪਣੀ ਨੂੰ ਜੋੜੀ ਰੱਖਦਾ ਉਹਦੀ ਸੁਰਤ ਸਦਾ ਨਾਮ ਵਿੱਚ ਨਾਮ ਦੇ ਰਸ ਵਿੱਚ ਭਿੱਜੀ ਰਹਿੰਦੀ ਜੁੜੀ ਰਹਿੰਦੀ ਆ ਵਜਦੀ ਰਹਿੰਦੀ ਚੱਲਦੀ ਰਹਿੰਦੀ ਆ ਗੁਜਦੀ ਰਹਿੰਦੀ ਆ ਬਿਵੇਕ ਬਣ ਜਾਂਦੀ ਤਾ ਨਾਦ ਤੁਨੀ ਬਜੇ ਨਿਤ ਬਜੇ ਨਿਹਜਰ ਧਾਰ ਚ ਆਵੇਂ ਗੋ ਪ੍ਰੋਥ ਜਿਹੜੀ ਆ ਇੱਕ ਰਸ ਇੱਕ ਚਸ਼ਮੇ ਦੀ ਨਿਆਈ ਕਿਉਂਕਿ ਚਸ਼ਮਾ ਜਿਹੜਾ ਹੈਗਾ ਉਹ ਲਗਾਤਾਰ ਵਹਿੰਦਾ ਇਸੇ ਤਰ੍ਹਾਂ ਇਹ ਜਿਹੜਾ ਜਿਹੜਾ ਮਨ ਹੈ ਜਦੋਂ ਨਾਮ ਰਸ ਵਿੱਚ ਭਿੱਜ ਜਾਂਦਾ ਭਰ ਜਾਂਦਾ ਤੇ ਉਹ ਨਾਮ ਰਸ ਦਾ ਭਿੱਜਿਆ ਹੋਇਆ ਜਿਹੜਾ ਮਨ ਹੈ ਉਹਦੀ ਜਿਹੜੀ ਥਾਟ ਪ੍ਰੋਸੈਸ ਆ ਉਹ ਸ਼ਬਦ ਵਿੱਚ ਹੀ ਜੁੜੀ ਰਹਿੰਦੀ ਆ ਨਾਮ ਦੀ ਧਾਰਾ ਉੱਥੇ ਵਹਿੰਦੀ ਰਹਿੰਦੀ ਆ ਨਾਮ ਦਾ ਜਿਹੜਾ ਟਿੱਪਕਾ ਉਹ ਚੱਲਦਾ ਰਹਿੰਦਾ ਆ ਨਾਮ ਦੀ ਧਾਰ ਜਿਹੜੀ ਹੈਗੀ ਉਹ ਉਸ ਝਰਨੇ ਵਿੱਚੋਂ ਉਸ ਭਿੱਜੇ ਹੋਏ ਮਨ ਵਿੱਚੋਂ ਚੱਲਦੀ ਆ ਭਾਵੇਂ ਜਿਹੜੀ ਥਾਟ ਪ੍ਰੋਸੈਸ ਨਾਮ ਵਾਲੀ ਬਣੀ ਰਹਿੰਦੀ ਆ RAM ਨਾਮ ਇੱਕ ਤਿਲ ਤਿਲ ਗਾਵੇ ਇੱਕ ਤਿਲ ਤਿਲ ਗਾਵੇ RAM ਦਾ ਨਾਮ ਵੀਰ ਵੀਰ ਜੀ ਨੇ ਬਹੁਤ ਸੋਣਾ ਸਮਝਾਇਆ ਰਾਮ ਮੰਮਾ ਮੁਕਤਾ ਦਾਸ ਬੰਦਕ ਲੱਗਣ ਦੇ ਕਾਰਨ ਇਹ ਮੰਮਾ ਮੁਕਤਾ ਹੈ ਰਾਮ ਦਾ ਨਾਮ ਨਾਮ ਪ੍ਰਭਾ ਪ੍ਰਮਾਤਮਾ ਦਾ ਨਾਮ ਜਿਹੜਾ ਇੱਕ ਤਿਲ ਤਿਲ ਗਾਵੇ ਭਾਵ ਤਿਲ ਜਿੰਨਾ ਵੀ ਸਮਾ ਬਿਅਰਥ ਨਹੀਂ ਜਾਣ ਦਿੰਦਾ ਉਹਦੀ ਜਿਹੜੀ ਸੋਚ ਸੁਰਤ ਹੈ ਗਈ ਆ ਉਹ ਸਦਾ ਨਾਮ ਵਿੱਚ ਟਿੱਕੀ ਰਹਿੰਦੀ ਹੈ ਗਾਵੇ ਗਾਉਂਦਾ ਜਿਹੜਾ ਮਨ ਗਾਉਂਦਾ ਹੈ ਕੋਈ ਵਿਰਲਾ ਹੀ ਗਾਉਂਦਾ ਹੈ ਅਸੀਂ ਤਾਂ ਤਨ ਕਰਕੇ ਗਾਉਂਦੇ ਆ ਪਰ ਜਿਹੜਾ ਮਨ ਕਰਕੇ ਗੋਂਦਾ ਗਾਵੇ ਗੋਂਦਾ ਮਨ ਗੁਰਮਤਿ ਨਾਮ ਸਮਾਵੈ ਗੋ ਉਹ ਮਨ ਫਿਰ ਬਿਰਲਾ ਮਨ ਇਕਵਚਨ ਗੁਰਮਤਿ ਗੁਰੂ ਦੀ ਮਤਿ ਤਸਿ ਹੋਈ ਉਪਦੇਸ ਸਿੱਖਿਆ ਨੇ ਰਣ ਗੁਰੂ ਦੀ ਮਤਿ ਵਿੱਚ ਨਾਮ ਵਿੱਚ ਸਮਾ ਜਾਂਦਾ ਭਾਵ ਗੁਰੂ ਦੀ ਮਤਿ ਲੈ ਕੇ ਉਹ ਜਿਹੜਾ ਮਨ ਭਗਤ ਰੂਪੀ ਮਨ ਹੈ ਸੇਵਕ ਜਨ ਉਹ ਸਦਾ ਨਾਮ ਵਿੱਚ ਲੀਨ ਰਹਿੰਦਾ ਨਾਮ ਵਿੱਚ ਜੁੜਿਆ ਰਹਿੰਦਾ ਨਾਮ ਦਾ ਧਾਰਨੀ ਬਣਿਆ ਰਹਿੰਦਾ ਨਾਮ ਸੁਣੇ ਜਦੋਂ ਫਿਰ ਸਦਾ ਜੁੜਿਆ ਰਹਿੰਦਾ ਉਹਦੀ ਖਰਾਕ ਹੀ ਨਾਮ ਬਣ ਜਾਂਦੀ ਹੈ ਉਹ ਸਦਾ ਨਾਮ ਨੂੰ ਸੁਣਦਾ ਉਹ ਮਨ ਫਿਰ ਸਦਾ ਨਾਮ ਗੰਦੇ ਵਹਿਣ ਨਹੀਂ ਸੁਣਦਾ ਨਾਮੋਂ ਮਨ ਭਾਵੇ ਤੇ ਨਾਮ ਦੇ ਨਾਲ ਹੀ ਮਨ ਜਿਹੜਾ ਉਹ ਫਿਰ ਮਨ ਮਨ ਵਿੱਚ ਪਿਆਰ ਬਣਿਆ ਰਹਿੰਦਾ ਉਸ ਮਨ ਦੇ ਵਿੱਚ ਨਾਮ ਬੜਾ ਪਿਆਰਾ ਲੱਗਦਾ ਹੈ ਉਸ ਮਨ ਨੂੰ ਨਾਮ ਮਿੱਠਾ ਲੱਗਦਾ ਪਿਆਰਾ ਲੱਗਦਾ ਉਹ ਨਾਮ ਸਦਾ ਮਨ ਦੇ ਵਿੱਚ ਜੁੜਿਆ ਰਹਿੰਦਾ ਜਿਹੜਾ ਨਾ ਜਿਹੜਾ ਮਨ ਨਾਮ ਸੁਣਦਾ ਉਹ ਉਸ ਮਨ ਨੂੰ ਹੀ ਨਾਮ ਪਿਆਰਾ ਲੱਗਦਾ ਹੋਰ ਕੋਈ ਵਾਸਤ ਪਿਆਰੀ ਨਹੀਂ ਲੱਗਦੀ ਨਾਮੇ ਤ੍ਰਿਪਤਾਵੈ ਬੋ ਫਿਰ ਉਹ ਨਾਮ ਦੇ ਕਾਰਨ ਹੀ ਨਾਮ ਦੇ ਵਿੱਚ ਜੁੜਿਆ ਭਿੱਜਿਆ ਨਾਮ ਵਿੱਚ ਲਿਪਤ ਹੋਇਆ ਮਨ ਜਿਹੜਾ ਹੈਗਾ ਉਹ ਸਦਾ ਤ੍ਰਿਸ਼ਨਾ ਵੱਲੋਂ ਰੱਜਿਆ ਰਹਿੰਦਾ ਉਹ ਨੂੰ ਫਿਰ ਤ੍ਰਿਸ਼ਨਾ ਬਹੁਣਾ ਤ੍ਰਿਸ਼ਨਾ ਉੱਬਰੀ ਭਾਵ ਉਹਦੀ ਤ੍ਰਿਸ਼ਨਾ ਪੈਦਾ ਹੀ ਨਹੀਂ ਹੁੰਦੀ ਫਿਰ ਉਹਦੇ ਉਸ ਮਨ ਵਿੱਚ ਜਿਹੜਾ ਮਨ ਸਦਾ ਨਾਮ ਸੁਣਦਾ ਜਿਸ ਮਨ ਨੂੰ ਸਦਾ ਨਾਮ ਜਿਹੜਾ ਪਿਆਰਾ ਲੱਗਦਾ ਉਹ ਮਨ ਫਿਰ ਸਦਾ ਤ੍ਰਿਪਰੰਦਾ ਰੱਜਿਆ ਰਹਿੰਦਾ ਕਣਕ ਕਣਕ ਪੈਰੇ ਬੋ ਕੰਗਣਾ ਆਪਰ ਪਾਤ ਬਣਾਵੇ ਕੋ ਹੋ ਨਾਮ ਬਿਨਾ ਸਭ ਪੀਕ ਵਿਕਾਨੇ ਜਨਮ ਮਰੇ ਫਿਰ ਆਵੇ ਕੋ ਜਿਹੜਾ ਮਨ ਕਣਕ ਕਣਕ ਪੈਰੇ ਬੋ ਕੰਗਣਾ ਤਾਨ ਕ ਭਾਵ ਸੋਣਾ ਜਿਹੜਾ ਮਨ ਆਪਣੇ ਰਸਤਾਨ ਨੂੰ ਸਵਾਰਣ ਵਿੱਚ ਸਦਾ ਲੱਗਿਆ ਰਹਿੰਦਾ ਬਹੁ ਪ੍ਰਕਾਰ ਦੇ ਕਾਪਰ ਭਾਂਤ ਬਣਾਵेंगे ਕੱਪੜਿਆਂ ਨੂੰ ਬੜੀ ਕਿਸਮਾਂ ਦੇ ਕੱਪੜੇ ਪਹਿਨਦਾ ਆ ਤਰ੍ਹਾਂ ਤਰ੍ਹਾਂ ਦੇ ਪਹਿਨਦਾ ਭਾਵ ਇਹਨਾਂ ਰਸਾਂ ਕਸਾਂ ਵਿੱਚ ਤਾਨ ਨੂੰ ਸ਼ਿੰਗਾਰ ਦੇ ਵਿੱਚ ਹੀ ਜੁੜਿਆ ਰਹਿੰਦਾ ਪਰ ਮਨ ਵਿੱਚ ਨਾਮ ਦੇ ਗੁਣਾਂ ਨਾਲ ਸ਼ਿੰਗਾਰਨ ਦੀ ਉਹ ਗੱਲ ਨਹੀਂ ਕਰਦਾ ਇਰੋਂ ਨਾਮੇ ਬਿਨਾ ਸਭ ਫਿੱਕ ਪਕਾਨੇ ਉਸ ਦੇ ਸਰੀਰ ਤੇ ਪਹਿਰੇ ਹੋਏ ਕੋਣਾ ਤੇ ਕੱਪੜੇ ਸਭ ਫਿੱਕੇ ਹਨ ਕਿਉਂਕਿ ਨਾਮੇ ਬਿਨਾ ਨਾਮ ਤੋਂ ਬਿਨਾ ਪਹਿਨਿਆ ਕੋ ਜਿਹੜਾ ਸਾਰਾ ਕੁਝ ਹੈ ਉਹ ਫਿੱਕਾ ਹੋ ਜਾਂਦਾ ਹਨ ਜਿਹੜਾ ਗੁਰਮਖ ਹੈ ਜੋ ਵੀ ਗੁਰਮਖ ਗੁਰਮਖ ਕਰੇ ਉਹ ਜੋ ਵੀ ਕਰਦਾ ਹੈ ਉਹ ਮਾਲਕ ਪ੍ਰਭੂ ਦੇ ਦਰ ਤੇ ਪ੍ਰਮਾਨ ਰਹਿੰਦਾ ਹੈ ਪਰਨਾਮ ਬਿਨਾ ਸਭ ਪੀਕ ਬਕਰ ਨਾਮ ਤੋਂ ਸਖੜਾ ਮਨ ਜਿਹੜਾ ਇੱਕਾ ਹੀ ਰਹਿੰਦਾ ਜਨਮ ਮਰੇ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈਗਾ ਭਾਵ ਉਹਦੀ ਸੁਰਤ ਜਿਹੜੀ ਸਦੀ ਸਦਾ ਹੀ ਆਵੇਗੋ ਜੁੜੇ ਉਹ ਜਨਮ ਮਰਨ ਦੇ ਗੇੜ ਵਿੱਚ ਪਈ ਰਹਿੰਦੀ ਹੈ ਉਹਦੀ ਤ੍ਰਿਸ਼ਨਾ ਦੇ ਕਾਰਨ ਉਹਦਾ ਮਨ ਜੰਮਦਾ ਮਰਦਾ ਰਹਿੰਦਾ ਜੰਮਦਾ ਮਰਦਾ ਰਹਿੰਦਾ ਉਹਦੀ ਅੰਤਰਾ ਆਤਮਾ ਜੰਮਦੀ ਮਰਦੀ ਰਹਿੰਦੀ ਹੈ ਭਾਵ ਕਿ ਉਹ ਮਨ ਜਿਹੜਾ ਨਾਮ ਬਿਨਾ ਹੈ ਉਹਦਾ ਜਿਹੜਾ ਸਾਰਾ ਕਰਮ ਫਿੱਕ ਫਕਾਣਾ ਹੀ ਹੈ ਪਿੱਕਾ ਹੀ ਹੈ ਉਹਦੇ ਕਰਮਾਂ ਵਿੱਚ ਗੁਣ ਨਹੀਂ ਹਨ ਉਹਦੇ ਕਰਮਾਂ ਵਿੱਚ ਨੇਕੀ ਨਹੀਂ ਹੈ ਦਇਆਲਤਾ ਨਹੀਂ ਹੈ ਕਿਰਪਾਲਤਾ ਵਿਸ਼ੇਸ਼ ਨਹੀਂ ਹਨ ਉਹ ਮਨ ਫਿਰ ਜਨਮ ਲੈ ਫਿਰ ਆਵੇਗਾ ਉਹ ਜਨਮ ਰਹੂਂਦੇ ਜੇੜ ਦੇ ਵਿੱਚ ਸਦਾ ਬਣਿਆ ਰਹਿੰਦਾ ਫਸਿਆ ਰਹਿੰਦਾ ਸ਼ਬਦ ਗ੍ਰਿਤਾ ਕਰਦੇ ਆਂ ਬੇਨਤੀਆਂ ਫੁੱਲਾਂ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਬ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਆਪ ਜੀ ਦਾ संगत जी आप जी विचो जो भी पाठ करना चाहे आप जी हैंडरेज कर सकते हो पाठ अजय तक लाइव नहीं कर कोई टेक्निकल इश्यूज़ दी वजह करके जिन कोशिश की जा रही है कि सॉट आउट हो कल तो ऐसी लाइव कर सकी यूट्यूब अज थोड़े चेर बाद रिकॉर्डिंग जी चल रही है अपलोड कर दिखती जाएगी ਅਨਵਾਸੀ ਰਿਕਾਰਡਡ ਵੀਡੀਓ ਨੂੰ ਜ਼ਰੂਰ ਅਪਲੋਡ ਕਰ ਦਾਂਗੇ ਪਰ ਅਸੀਂ ਲਾਈਵ ਨਹੀਂ ਕਰ ਪਾ ਰਿਹਾ ਅਰਵਿੰਦਰ ਜੀ ਆਪ ਜੀ ਪਾਰਟ ਕਰ ਲੋਗੇ ਕਾਣੜਾ ਅਸ਼ਟਪਦੀਆਂ ਮਹਿਲਾ ਚੋਥ ਸੌਰੀ ਇਕੋਂਕਾਰ ਸਤਗੁਰ ਪ੍ਰਸਾਦ ਕਾਣੜਾ ਅਸ਼ਟਪਦੀਆਂ ਮਹਿਲਾ ਚੌਥਾ ਘਰ ਪਹਿਲਾ ਜਪ ਮੰਨ ਰਾਮ ਨਾਮ ਸੁਖ ਪਾਵੇ ਗੋ ਜੋ ਜੋ ਜਪੈ ਤੇ ਵੈ ਸੁਖ ਪਾਵੇ ਸਤ ਗੁਰ ਸੇਵ ਸਮਾਵੇ ਗੋ ਰਹਾਉ ਭਗਤ ਜਨਾ ਕੀ ਖਿਨ ਖਿਨ ਲੋਟਾ ਨਾਮ ਜਪਤ ਸੁਖ ਪਾਵੇ ਗੋ ਅਨਰਾਸ ਸਾਦ ਗਏ ਸਭ ਨੀ ਕਰ ਬਿਨ ਨਾਵੇ ਕਿਛ ਨਾ ਸੁਖਾਵੇ ਗੋ ਗੋਰ ਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਡਾਵੇ ਗੋ ਸਤ ਗੁਰ ਬਾਣੀ ਪਰਖ ਪੁਰਖੋ ਤਮ ਬਾਣੀ ਸੋਚਿਤ ਲਾਵੇ ਗੋ ਗੁਰ ਬਾਣੀ ਸੋਤ ਮੇਰਾ ਮਨ ਦਰਵੇਆ ਮਨ ਪੀਣਾ ਨਿਜ ਘਰ ਆਵੇ ਗੋ ਤਹ ਅਨਹਤ ਤੁਨੀ ਬਾਜਹਿ ਨਿਤ ਬਾਜੇ ਨਿਝਰ ਤਾਰ ਚੋ ਆਵੇ ਗੋ ਰਾਮ ਨਾਮ ਇੱਕ ਤਿਲ ਤਿਲ ਗਾਵੇ ਮਨ ਗੁਰਮਤਿ ਨਾਮ ਸਮਾਵੈ ਗੋ ਨਾਮ ਸੁਣੈ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ ਕਣਕ ਕਣਕ ਪਹਿਰੇ ਬੋ ਕੰਗਨਾ ਕਾਪਰ ਪਾਤ ਬਣਾਵੈ ਗੋ ਨਾਮ ਬਿਨਾ ਸਭ ਪੀਕ ਪਿਕਾਨੇ ਜਨਮ ਮਰੇ ਫਿਰ ਆਵੈ ਗੋ ਕਨਕ ਕਨਕ ਪਹਿਰੇ ਬੋ ਕੰਗਨਾ ਕਾਪਰ ਪਾਤ ਬਨਾਵੈ ਗੋ ਨਾਮ ਬਿਨਾ ਸਭ ਬੀਕ ਫਿਕਾਨੇ ਜਨਮ ਮਰੈ ਫਿਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਬੈਂਤ ਪੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਧੰਨ ਜੀ ਆਪ ਜੀ ਦਾ ਅੱਜ ਪੰਜ ਪਦਿਆਂ ਤੱਕ ਦੇ ਸ਼ਬਦ ਦੇ ਵਿਚਾਰ ਹੋਏ ਅਤੇ ਪਾਠ ਵੀ ਪੰਜ ਪਦਿਆਂ ਤੱਕ ਹੋਏ ਅਸ਼ਪਤੀਏ ਤਿੰਨ ਪਦੇ ਜਿਹੜੇ ਬਾਕੀ ਬਚਣ ਸਤਿਗੁਰ ਮੇਰ ਕਰਨ ਕਲ ਫਿਰ ਅਸੀ ਤਰੀਕੇ ਦਿਨ ਉਹਨਾਂ ਦੇ ਵਿਚਾਰ ਅ ਪਾਠ ਤੇ ਵਿਚਾਰ ਹੋਣ ਜਸਵਿੰਦਰ ਬ੍ਰੀਤੀ ਨੇ ਹੈਂਡ ਰੇਸ ਕੀਤਾ ਜੀ ਜਸਵਿੰਦਰ ਬ੍ਰੀਤੀ ਆਪ ਜੀ ਨੂੰ ਅਨਮੋਲ ਕੀਤਾ ਵਾਗੇ ਜੀ ਕਾ ਖਾਲਸਾ ਵਾਗੇ ਜੀ ਕੀ ਵਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅ ਮੇਰੇ ਇੱਕ ਛੋਟਾ ਜਿਹਾ ਸਵਾਲ ਸੀ ਅੱਜ ਦਾ ਜਿਹੜਾ ਵਿਚਾਰ ਅਸੀਂ ਗੁਰਬਾਣੀ ਦਾ ਲੈ ਰਿਆ ਜਾਂ ਇਸ ਸ਼ਬਦ ਦਾ ਜਿਹੜਾ ਵਿਚਾਰ ਚੱਲ ਰਿਹਾ ਸੀ ਦੋ ਤਿੰਨ ਦਿਨ ਤੋਂ ਨਾਮ ਦੀ ਵਿਆਖਿਆ ਬੜੀ ਵਿਸ਼ਾਲ ਹੈ ਮੈਂ ਵਜੀਦ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਸੀ ਐ ਜਿਹੜਾ ਸ਼ਬਦ ਹੈ ਇਹਦੇ ਵਿੱਚ ਨਾਮ ਦੀ ਵਿਆਖਿਆ ਨੂੰ ਕਿਸ ਰੂਪ ਚ ਲਿਆ ਜਾਏ ਨਾਮ ਦਾ ਜ਼ਿਕਰ ਬਾਰ 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 ਆਇਆ ਹੈ ਸ਼ਬਦ ਦੇ ਚ ਐ ਨਾਮ ਦੀ ਵਿਆਖਿਆ ਨੂੰ ਨਾਮ ਨੂੰ ਕਿਸ ਰੂਪ ਵਿੱਚ ਲੜਾ ਜੀਦਾ ਨਾਮ ਦੀ ਵਿਆਖਿਆ ਨੂੰ ਕਿਸ ਰੂਪ ਚ ਲਿਆ ਜਾਏ ਆਏ ਦੇ ਸ਼ਬਦ ਦੇ ਚ ਤਨੇ ਜੀ ਸਵਾਲ ਸੀ ਵਾਗ ਜੀ ਕਾ ਖਾਲਸਾ ਵਾਗ ਜੀ ਕਾ ਫਤਹਿ ਜੀ ਆਤ ਤੋਂ ਹੰਤ ਤੱਕ ਬਾਣੀ ਜਿਹੜਾ ਸਾਰਾ ਨਾਮ ਹੀ ਆਸੀ ਐਸੀ ਰੂਪ ਵਿੱਚ ਮਹਿਸੂਸ ਕਰੀਏ ਉਦੇ ਰੂਪ ਸ਼ਾਇਦ ਬਦਲਦੇ ਹਨ ਲੇਕਿਨ ਉਹ ਸਮਝਾਉਂਦੀ ਸਾਨੂੰ ਚੰਗਾ ਜੀਵਨ ਜਿਹਾ ਚੀ ਸਮਝਾ ਰਹੀ ਹੈ ਤੇ ਸਾਰੀ ਬਾਣੀ ਨਾਮ ਦਾ ਰੂਪ ਹੈ ਅਰਵਿੰਦਰ ਵੀ ਜੀ ਅੱਜ ਬਾਬਾ ਤوڑا ਵਿਸਤਾਰ ਵਿੱਚ ਸਾਨੂੰ ਸਮਝਾਣਾ ਕਰਿਆ ਸੀ ਅੱਛਾ ਨਾਮ ਦਾ ਪੱਖ ਨੇ ਸਤਬੀ ਜੀ ਨੇ ਗੱਲ ਕੀਤੀ ਨਾ ਵੀ ਨਾਨਕ ਕੇ ਕਰ ਕੇਵਲ ਨਾਮ ਹੀ ਹੈ ਨਾਮ ਤੋਂ ਬਿਨਾ ਵੀ ਇੱਥੇ ਜਿਹੜਾ ਕੋਈ ਕਿ ਮੈਂ ਤੇ ਕਈ ਵਾਰ ਮਹਿਸੂਸ ਵੀ ਕੀ ਕਰਨਾ ਕਿ ਭਾਵੇਂ ਸਾਰੀ ਗੱਲ ਜਿਹੜੀ ਉਹਨਾਂ ਨਾਮ ਦੀ ਚੱਲ ਰਹੀ ਹੈ ਲੇਕਿਨ ਸਭ ਤੋਂ ਵੱਧ ਕੋਲੇਖਾ ਸਾਨੂੰ ਜਿਹੜਾ ਹੈ ਨਾ ਉਹ ਵੀ ਨਾਮ ਦੇ ਸਬੰਧ ਵਿੱਚ ਅਸੀਂ ਨਾ ਇੱਕ ਅੱਖਰ ਨੂੰ ਬਾਰ-ਬਾਰ ਰਟਣ ਨੂੰ ਰੱਬ ਦਾ ਨਾਮ ਜਪਨਾ ਕਹਿ ਰਹੇ ਹਾਂ ਮੈਂ ਤੇ ਨਾ ਵਿਸ਼ਕਾਰ ਇੱਕ ਵਾਰ ਇਹਦਾ ਮੂਲ ਤੌਰ ਤੇ ਆਧਾਰ ਕੀ ਬਣਿਆ ਹੈ ਸਲਾਈਟਲੀ ਆਫ ਦਾ ਡਿਸਟਿੰਗ ਟ੍ਰੈਕ ਹੈ ਬਟ ਮੇਰੇ ਮਨ ਵਿੱਚ ਕੁਝ ਨਾ ਤੋਂ ਗੱਲ ਚੱਲ ਰਹੀ ਸੀ ਜਿਹੜਾ ਇਹਦਾ ਆਮ ਤੌਰ ਤੇ ਆਧਾਰ ਕੀ ਬਣਿਆ ਗਿਆ ਹੈ ਭਾਈ ਗੁਰਦਾਸ ਜਿਹੜੀ ਲਿਖਤ ਹੈ ਨਾ ਵੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਉਹਨ ਭਾਈ ਗੁਰਦਾਸ ਦੇਖੋ ਇੱਕ ਬੰਦੇ ਦੀ ਸੋਚ ਦੀ ਪਛਾਣ ਕਿੱਥੋਂ ਹੁੰਦੀ ਹੈ ਜਾਂ ਤੇ ਉਹਦੇ ਨਾਲ ਨਾਲ ਗੱਲ ਕਰਾਂਗੇ ਜਾਂ ਉਹਨਾਂ ਦੀ ਲਿਖਤ ਪੜ੍ਹਾਂਗੇ ਤੇ ਉਹਨੂੰ ਉਹੀ ਭਾਈ ਗੁਰਦਾਸ ਜੀ ਨੇ ਮੈਨੂੰ ਕੜਵੀ ਲੈਣਾ ਜਿੱਥੇ ਇੱਕ ਹੋਰ ਥਾਂ ਦੇ ਕਹਿੰਦੇ ਨੇ ਅ ਉਹਨੇ ਕੋ ਭਾਈ ਗੁਰਦਾਸ ਜੀ ਹੈ ਸੇਮ ਜਿਹੜਾ ਹੈ ਨਾ ਇਹ ਭਾਈ ਗੁਰਦਾਸ ਜੀ ਕਹਿ ਰਹੇ ਨੇ ਜੈਸੇ ਖਾਂਡ ਖਾਂਡ ਕਹੇ মুখ ਨਹੀਂ ਮੀਠਾ ਹੋਏ ਜਬ ਲਗ ਜੀਬ ਸਵਾਦ ਖਾਂਡ ਨਹੀਂ ਖਾਈਆ ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹ ਤਿਮਰ ਨਾ ਜਾਏ ਜਬ ਲਗ ਨਾ ਜਰਾਈਏ ਕਹਿੰਦਾ ਮਤਲਬ ਭਾਈ ਗੁਰਦਾਸ ਜੀ ਦਾ ਕਨਸੈਪਟ ਬਿਲਕੁਲ ਕਲੀਅਰ ਹੈ ਇੱਕ ਅੱਖਰ ਨੂੰ ਵਾਰ-ਵਾਰ ਰਟਣ ਦੇ ਨਾਲ ਉਸ ਅੱਖਰ ਦੇ ਭਾਓ ਤੱਕ ਨਹੀਂ ਪਹੁੰਚਿਆ ਜਾ ਸਕਦਾ ਭਾਈ ਗੁਰਦਾਸ ਜੀ ਕਹਿ ਰਹੇ ਨੇ ਨਾ ਜੈਸੇ ਗਿਆਨ ਗਿਆਨ ਕਹ ਹੈ ਗੁਰੂ ਦੀ ਬਾਵਾ ਤੇ ਸੁਖ ਦਾ ਜੀਵਨ ਹੈ ਲੇਕਿਨ ਕੇਵਲ ਵਾਇ ਗੁਰੂ ਵਾਇ ਗੁਰੂ ਕਰਨਾ ਤੋਂ ਗੁਰੂ ਦੇ ਗੁਰੂ ਕੋ ਨੇ ਗੁਰੂ ਦੇ ਬਾਣੀ ਨਾ ਸੀ ਬਾਣੀ ਪੜ ਰਿਆ ਸੁਣ ਰਿਆ ਸਮਝ ਰਿਆ ਗੁਰੂ ਬਾਣੀ ਵਿੱਚ ਨਾਮ ਸੀ ਗੁਰ ਬਾਣੀ ਹਰ ਨਾਮ ਸਮਾਇਆ ਸੀ ਅਸੀਂ ਗੁਰਬਾਣੀ ਨੂੰ ਸੁਣ ਨਾਮ ਦੇ ਜਿਹੜੇ ਦੋ ਮੁਖ ਅੰਗ ਨੇ ਨਾ ਇੱਕ ਜਿਹੜਾ ਹੈ ਨਬੀ ਉਹ ਨਾਮ ਦਾ ਸਰੂਪ ਕੀ ਹੈ ਇੱਕ ਜਦੋਂ ਆ ਜਾਏਗਾ ਨਾ ਵੀ ਉਹ ਆ ਨਾਮ ਨਾ ਜਾਣਿਆ RAM ਕਾ ਨਹੀਂ ਸੌਰੀ ਨਹੀਂ ਇੱਕ ਇਹ ਅੰਦਰ ਵੀ ਕੋਈ ਇੱਕੋ ਪੰਕਤੀ ਆ ਜਾਂਦੀ ਵੀ ਆ ਆਂਦਾ ਮਨੈ ਨਾਉ ਸੋਈ ਜਣ ਜਾਏ ਅਵਰੀ ਕਰਮ ਨਾ ਲੇਖੇ ਲਾਏ ਮਨੈ ਨਾਉ ਜੋ ਨਾਮ ਨੂੰ ਮੰਨੇਗਾ ਹੁਣ ਇਥੇ ਨਾਮ ਦਾ ਸਰੂਪ ਕੀ ਜਸਵਿੰਦਰ ਜੀ ਦਾ ਸਵਾਲ ਸੀ ਨਾ ਇਥੇ ਨਾਮ ਦਾ ਸਰੂਪ ਕੀ ਹੈ ਹੁਣ ਜਦੋਂ ਆ ਜਾਏਗਾ ਮਨੈ ਨਾਉ ਸੋਈ ਜਣ ਜਾਏ ਅਵਰੀ ਕਰਮ ਨਾ ਲੇਖੇ ਲਾਏ ਇਕ ਇੱਕ ਭਜ ਕਹਿੰਦਾ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਓ ਤੂੰ ਕਰਤਾ ਤੂੰ ਦਾਣਾ ਬੀਨਾ ਤੇਰੇ ਨਾਮ ਰਾਉ ਅਗੇ ਕਹਿੰਦਾ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਹੁਣ ਮੰਨਿਆ ਤੇ ਹੁਕਮ ਜਾਂਦਾ ਹੈ ਹੁਕਮ ਮੰਨਿਆ ਹੋਇਆ ਪਰਮਾਤਮਾ ਇੱਥੇ ਨਾਮ ਦਾ ਸਰੂਪ ਹੈ ਨਾ ਉਹ ਹੁਕਮ ਵਾਲਾ ਹੈ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਖੰਡ ਬ੍ਰਹਮੰਡ ਦਾ ਕੀ ਮਤਲਬ ਹੈ ਉਨੇ ਜੇ ਨਾਮ ਦਾ ਅਰਥ ASCII ਤੇ ਇੱਕ ਅੱਖਰ ਕਰਦਾ ਹੈ ਵਾਹਿਗੁਰੂ ਅੱਖਰ ਨਾਮ ਹੈ ਹੁਣ ਨਾਮ ਕੇ ਤਾਰੇ ਖੰਡ ਬ੍ਰਹਮੰਡ ਦਾ ਮਤਲਬ ਕੀ ਹੋ ਜਾਏਗਾ ਨਹੀਂ ਰੱਬੀ ਹੁਕਮ ਦੇ ਆਸਰੇ ਸਾਰਾ ਕੁਝ ਚੱਲ ਰਿਹਾ ਹੈ ਇੱਕ ਰੱਬ ਦਾ ਹੁਕਮ ਦੂਜਾ ਜਦੋਂ ਆ ਜਾਏਗਾ ਨਾ ਵੀ ਉਹ RAM ਨਾਮ ਇੱਕ ਤਿਲ ਤਿਲ ਗਾਵੇ ਹੁਣ ਰੱਬ ਦੀ ਸਿਫਤ ਸਲਾ ਰੱਬ ਦੀ ਵਡਿਆਈ ਰੱਬ ਦੀ ਕੀਰਤੀ ਜਿਹੜਾ ਨਾ ਵੀ ਉਹ ਜਿਤਨਾ ਰੱਬ ਦਾ ਨਾਮ ਜਪੇਗਾ ਨਾ ਜਿਤਨੀ ਰੱਬ ਦੀ ਸਿਫਤ ਨਾਮ ਦੇ ਦੋ ਮੁੱਖ ਪੱਖ ਜਿਹੜੇ ਨੇ ਨਾ ਇਕ ਰਾਵਦੀ ਵਡਿਆਈ ਕੀਰਤੀ ਜਸ ਗੁਣ ਗਾਉਣਾ ਅਸਿਕਾ ਦੇਖੋ ਨਾ ਇੱਕ ਜੋ ਜੋ ਗੁਰੂ ਨੇ ਕਿਹਾ ਨਾ ਵੀ ਸੋਚਿਆ ਸੋਚ ਸਾਧਨ ਨਹੀਂ ਚੁਪਿਆ ਚੁਪ ਸਾਧਨ ਨਹੀਂ ਭੁੱਖਿਆ ਭੁੱਖ ਨਹੀਂ ਸਹਿਸਿਆਣ ਪਾ ਨਹੀਂ ਫਿਰ ਅਗੇ ਕੀ ਕਹਿੰਦਾ ਹੁਕ ਸਾਧਨ ਕੀ ਕਹਿੰਦਾ ਹੁਕਮ ਰਜ਼ਾਈ ਚਲਣਾ ਹੁਕਮ ਮੰਨਿਆ ਹੋਇਆ ਪਰਮਾਨ ਤਾਂ ਖਸਮੇ ਕਾ ਮਹਿਲ ਪਾਈ ਚੀ ਇਕ ਹੈ ਹੁਕਮ ਮੰਨਣਾ ਦੂਜਾ ਰਾਵਦੀ ਰਜ਼ਾ ਵਿੱਚ ਰਹਿਣਾ ਜਿਹੜਾ ਰੱਬ ਦੇ ਰਜ਼ਾ ਵਿੱਚ ਰਹੇਗਾ ਨਾ ਉਹ ਰੱਬ ਦੇ ਗੁਣ ਗਾ ਰਿਹਾ ਜਦੋਂ ਕਹਿੰਦੇ ਨੇ ਬੀੜੋ ਜੇ ਅਸੀਂ ਵੀ ਸੋਦਰ ਦੇ ਪਾਠ ਵੀ ਜਾਂ ਜਬਜੀ ਵੀ ਪਾਠ ਨੇ ਗਾਵੇ ਤਦ ਉਹਨਾਂ ਨੂੰ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਤਰਮਦੁਆਰੇ ਗਾਵੇ ਚਿਤਕੁਪਤ ਲਿਖ ਜਾਣੇ ਅੰਤ ਆਖਿਰ ਵਿੱਚ ਕੀ ਕਹਿੰਦੇ ਨੇ ਨਾਨਕ ਰਹਿਨ ਰਜ਼ਾਈ ਰੱਬ ਦੇ ਗੁਣ ਗਾਉਣ ਦਾ ਮਤਲਬ ਕੀ ਹੈ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਹੈ ਰੱਬ ਦੇ ਗੁਣ ਗਾਉਣਾ ਹੈ ਜੈਸਾ ਜੀਵਨ ਤੂੰ ਮੈਨੂੰ ਬਖਸ਼ਿਆ ਨਾ ਮਾਲਕਤ ਬੜਾ ਬੜੀ ਬੜਾ ਤਰਸ ਕੀਤਾ ਹੈ ਮੇਰੇ ਤੇ ਬੜਾ 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 ਤੇਰੀ ਕਿਰਪਾ ਤੋਂ ਨਾਮ ਦੇ ਜਿਹੜੇ ਦੋ ਪੱਖ ਨੇ ਜਿਹਦਾ ਇਹ ਸ਼ਬਦ ਵਿੱਚ ਜਿਆਦਾ ਜਿਹੜਾ ਹੈ ਨਾ ਉਹ ਉਹ ਰੱਬ ਦੀ ਸਿਫਤਸਲਾ ਵਾਲਾ ਪੱਖ ਜਿਹੜਾ ਹੈ ਨਾ ਰੱਬ ਦੇ ਗੁਣ ਗਾਉਣੇ ਨਿਤਾ ਪ੍ਰਤੀ ਗਾਉਣੇ ਕੋਈ ਉਲੰਭਾ ਨਹੀਂ ਤੂੰ ਕੀਤਾ ਨਾ ਤੂੰ ਤੂੰ ਸਭ ਤੋਂ ਸਿਆਣਾ ਹੈ ਤੇਰੇ ਕੀਤੇ ਮੇਨਾ ਕੋਈ ਕਾਰਜ ਹੁੰਦਾ ਨਹੀਂ ਅਸੀਂ ਸਾਰੇ ਕੰਮ ਕਰਦੇ ਆ ਵੀ ਸਾਰੀ ਕ੍ਰੈਡਿਟ ਜਿਹੜੀ ਹੈ ਨਾ ਉਹ ਰੱਬ ਨੂੰ ਦੇਣੀ ਹੈ ਤੋਂ ਮਿੰਦ ਜਿਵੇਂ ਪ੍ਰਤੀਤ ਹੁੰਦੇ ਨੇ ਕਿ ਹਰ ਥਾਂ ਦੇ ਉਤੇ ਨਾਮ ਦੇ ਜਦੋਂ ਮੁੱਖ ਪਹਿਲੂ ਨੇ ਨਾ ਅਸੀਂ ਨਾਮ ਨੂੰ ਬਹੁਤ ਸੰਕੋਚ ਦਿੱਤਾ ਅਸੀਂ ਸਾਰੀ ਭਣੀ ਨਾਮ ਦੇ ਆਧਾਰਿਤ ਉਹ ਵੀ ਅਸੀਂ ਕਹਿੰਦਾ ਨਾਮ ਇੱਕੋ ਅੱਖਰ ਹੈ ਗੁਰ ਗੁਰਬਾਣੀ ਤੋਂ ਬਿਨਾ ਉਹ ਜਨਾਦਰ ਨਾਮ ਉਹ ਗੁਰਬਾਣੀ ਨਾਲ ਜੁੜਿਆ ਨਹੀਂ ਤੇ ਨਾਮ ਦੇ ਨਾਲ ਸਾਜ ਕਿਵੇਂ ਪੈਗੀ ਗੁਰਬਾਣੀ ਦੇ ਗੁਰਬਾਣੀ ਵਾਰ-ਵਾਰ ਨਾਮ ਜਪਣ ਨੂੰ ਕਹਿ ਰਹੀ ਹੈ ਜਦੋਂ ਕੋਈ ਕਹਿੰਦੀ ਨਾਮ ਨਾ ਜਾਣਿਆ RAM ਕਾ ਫਿਰ ਤਾਂ ਮਤਲਬ ਕੀ ਹੈ ਜੇ ਅਸੀਂ ਕਹਿ ਦਿੱ ਕਿ ਨਾਮ ਇੱਕ ਅੱਖਰ ਹੈ ਨਾਮ ਦੇ ਨਾਲ ਦੇ ਸੰਬੋਧਿਤ ਕਰ ਰਹੇ ਨੇ ਨਾਮ ਨਾ ਜਾਣਿਆ ਕਹਿੰਦੇ RAM ਕਾ ਕਿੰਨੇ ਤਾਤੂ ਮੁੱਲਾ ਤਾਤੂ ਕਾਜੀ ਜੇ ਜਾਣੇ ਨਾਮ ਖੁਦਾਏ ਵੀ ਗੁਰੂ ਕਿਸੇ ਨੂੰ ਮੁੱਲਾ ਜਾਂ ਕਾਜੀ ਮੰਨ ਨੂੰ ਤਿਆ ਤਿਆਰ ਨੇ ਅਤੇ ਅਸੀਂ ਇਹਦੇ ਮੈਨ ਨਹੀਂ ਲੱਗਦਾ ਕੋਈ ਵੀ ਇਹਦੇ ਅਰਥ ਐਸਾ ਕਰੇਗਾ ਕਿ ਕਾਜ਼ੀਆਂ ਮੁੱਲਾ ਨੂੰ ਜਦੋਂ ਪਤਾ ਚੱਲ ਜਾਏਗਾ ਕਿ ਖੁਦਾ ਦਾ ਨਾਮ ਖੁਦਾ ਨਹੀਂ ਵਾਹਿਗੁਰੂ ਹੈ ਤਾਂ ਮੁੱਲਾ ਜਾਂ ਕਾਜੀ ਬਣੇਗਾ ਨਹੀਂ ਐਸਾ ਨਹੀਂ ਹੈ ਬਿਲਕੁਲ ਨਾ ਕਿਸੇ ਨੇ ਐਸੇ ਅਰਥ ਕੀਤੇ ਨੇ ਨਾ ਮੈਨੂੰ ਲੱਗਦਾ ਹੈ ਕਿ ਕੋਈ ਕਰੇਗਾ ਉਨੇ ਨਾਮ ਖੁਦਾਏ ਕੀ ਰੱਬੀ ਹੁਕਮਾਂ ਦੇ ਨਾਲ ਸੂਜ ਬੂਜ ਪਈ ਤੇਰੀ ਰੱਬ ਕੀ ਚਾਹੁੰਦਾ ਜਦੋਂ ਕੁਰੂ ਕੰਧਾਂ ਦੇ ਤੀਰੇ ਤੇ ਨਾਵਾ ਜੇ ਤਿਸ ਪਾਵਾ ਰੱਬ ਦਾ ਹੁਕਮ ਹੈ ਮੇਰਾ ਤੀਰਥਾਂ ਦੇ ਨਾਨਾ ਕੀ ਰੱਬ ਦਾ ਹੁਕਮ ਹੈ ਕਿਉਂ ਜਦਨੇ ਜਬ ਲੋਕ ਹੁਕਮ ਨਾ ਬੂਜਤਾ ਤਬ ਹੀ ਲੋ ਦੁਖੀਆ ਗੁਰਮਿਲ ਹੁਕਮ ਪਛਾਨਿਆ ਗੁਰੂ ਦਾ ਕੰਮ ਕੀ ਇਹ ਗੁਰੂ ਸਾਨੂੰ ਜਿਹੜਾ ਜਿਹੜੇ ਰੱਬੀ ਅੱਜ ਦਾ ਵੀ ਸ਼ਬਦ ਸੀ ਅੱਜ ਦਾ ਸ਼ਬਦ ਰੱਬ ਦਾ ਹੁਕਮ ਹੈ ਜਪੋਂ ਮਨ ਰਾਮ ਨਾਮ ਸੁਖ ਪਾਵੇਗੋ ਜੋ ਜੋ ਜਪੈ ਤੇ ਮੈ ਸੁਖ ਪਾਵੇ ਜਿਤਨਾ ਜਪੇਗਾ ਨਾ ਜਿਤਨੀ ਰੱਬ ਦੀ ਵਧਾਈ ਕਰੇਗਾ ਉਤਨਾ ਜਿਆਦਾ ਸੁਖ ਤੈਨੂੰ ਮਿਲੇਗਾ ਸੋ ਨਾਮ ਦੇ ਦੇ ਦੋ ਮੂਲ ਪੱਖ ਨੇ ਨਾ ਇੱਕ ਤੇ ਰੱਬ ਦੀ ਸਿਫਤ ਸਲਾਹ ਤੇ ਰੱਬ ਦਾ ਹੁਕਮ ਮੰਨਣਾ ਇਹਦਾ ਨਾਮ ਦਾ ਸਰੂਪ ਜਿਵੇਂ ਮੈਨੂੰ ਉਹ ਨਜ਼ਰ ਆਉਂਦਾ ਹੈ ਜੇ ਹੋਰ ਕੋਈ ਐਸਪੈਕਟ ਹੋਵੇ ਡਿਫੀਨਿਟਲੀ ਸ਼ੇਅਰ ਕੀਤਾ ਜਾ ਸਕਦਾ ਹਾਂਜੀ ਗੁਰਬੰਧਨਵਰਦੀ ਜੀ ਨਾਮ ਦਾ ਵਿਜੀ ਇੱਕ ਸਿੰਗਲ ਵਰਡ ਹੈ ਜੇਕਰ ਉਹਨੂੰ ਅੱਜ ਤੇ ਉਹਨੂੰ ਕੀ ਕਹਿ ਸਕਦੇ ਆ ਨਾਮ ਨੂੰ ਇੱਕ ਸਿੰਗਲ ਵਰਡ ਜੈਕਸਪੀਲ ਕਰਨਾ ਹੈ ਉਹਨੂੰ ਕੀ ਕਿਹਾ ਜਾ ਸਕਦਾ ਹੈ ਨਾਮ ਦਾ ਇੱਕੋ ਵਰਡ ਹੈ ਨਾਮ ਨਾਮ ਦਾ ਮੇਰੇ ਖਿਆਲ ਨਾਲ ਹੈ ਕਿ ਗੁਰੂ ਉਪਦੇਸ਼ ਗੁਰੂ ਉਪਦੇਸ਼ ਹੈ ਨਾਮ ਹੈ ਉਹ ਜਿਹੜਾ ਅਕਾਲ ਵਿੱਚ ਉਹਦਾ ਚੱਲ ਰਿਹਾ ਹੈ ਉਹ ਰਜਾ ਹੈ ਉਹ ਹੁਕਮ ਹੈ ਵਟ ਆਈ ਫੀਲ ਬਾਕੀ ਸਾਰੇ ਸਿਆਣੇ ਨੇ ਬਾਕੀ ਸਾਰੇ ਸੂਝਵਾਨ ਨੇ ਬਾ ਡਿਸਕਸ਼ਨ ਵਾਲੀ ਗੱਲ ਹੈ ਮੈਂ ਕਿਹਾ ਹੋਰ ਵੀ ਆਪਣਾ ਵਿਸ਼ਾਲ ਸਮਝਿਆ ਜਾ ਸਕੇ ਬਾਕੀ ਵੀ ਕਿਉਂਕਿ YouTube ਤੇ ਹੁੰਦਾ ਅੱਗੇ ਆਉਣ ਵਾਲੇ ਟਾਈਮ ਤੇ ਜਾਏਗਾ ਉਹਦੀ ਵਿਸ਼ਾਲਤਾ ਨੂੰ ਅਸੀਂ ਦਾਮ ਦੇ ਨੂੰ ਐਕਸਪਲੇਨ ਕਰ ਸਕੀ ਆ ਆਪ ਜੀ ਨੇ ਬਹੁਤ ਸੋਹਣਾ ਐਕਸਪਲੇਨ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅਬ ਜੀ ਦਾ ਵੀ ਜਿਹੜੀ ਅਸੀਂ ਇਹਨੂੰ ਇੰਜ ਨਾ ਇਸ ਤਰੀਕੇ ਨਾਲ ਵੀ ਸਮਝੀਏ ਨਾ ਗੁਰੂ ਸਾਹਿਬ ਜਿਸ ਮੁਤਾਬਕ ਸਾਨੂੰ ਸਮਝਾ ਰਹੇ ਹਨ ਅਸੀਂ ਉਸ ਮੁਤਾਬਕ ਸਮਝ ਨਹੀਂ ਪਾਰੇ ਐ ਸਲਿਪ ਐ ਸਲਿਫਰਕ ਆ ਰਿਹਾ ਸ਼ਬਦ ਜਦ ਤੱਕ ਤੇ ਤੇ ਪਾਉ ਨੂੰ ਨਹੀਂ ਸਮਝਾਂਗੇ ਗੁਰੂ ਸਾਹਿਬ ਜਿਸ ਮੁਤਾਬਕ ਦੇ ਰਹੇ ਹਨ ਗੁਰੂ ਸਾਹਿਬ ਕਹਿੰਦੇ ਹਨ ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ ਸਿਰਫ ਕਹਿਣ ਨਾਲ ਰਾਮ ਨਹੀਂ ਬਣ ਜਾਣਾ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਰਾਮ ਮਨ ਵਸੈ ਜਦੋਂ ਰਾਮ ਮੰਦ ਦੇ ਵਿੱਚ ਵਜ ਜਾਏਗਾ ਤਾਂ ਫਲ ਪਾਵੇ ਕੋਈ ਤਾਂ ਕਿਸੇ ਨੂੰ ਫਲ ਦੀ ਪ੍ਰਾਪਤੀ ਹੋਣੀ ਹੈ ਇਕਬਾਲ ਵੀਰ ਜੀ ਆਪ ਜੀ ਕੋਈ ਸਵਾਲ ਪਾ ਦਿਆ ਸੀ ਜਿਹੜਾ ਸਵਾਲ ਬੀਤ ਜੀ ਨੇ ਰੱਖਣਾ ਕੀਤਾ ਇਕ ਜਸਬੀਰ ਵੀਰ ਵੀ ਸਾਡੇ ਨਾਲ ਜੁੜੇ ਬੈਠੇ ਹਨ ਦਿੱਲੀ ਤੋਂ ਯਾਨ ਜਸਬੀਰ ਵੀਰ ਜੀ ਆਪ ਜੀ ਨੂੰ ਵੀ ਮੈਂ ਅਨਮਿਊਟ ਕਰ ਰਿਹਾ ਇੱਕ ਵਾਰ ਇਕਬਾਲ ਵੀਰ ਜੀ ਵਿਚਾਰ ਰੱਖਦਾਂ ਫਿਰ ਆਪ ਜੀ ਵੀ ਸਾਂਝ ਪਾਇਆ ਜੀ ਜਸਬੀਰ ਵੀਰ ਜੀ ਨੇ ਵੀ ਬਹੁਤ ਸੋਣਾ ਮੈਸੇਜ ਜਿਹੜਾ ਪਾਣਾ ਕੀਤਾ ਹੈ ਗਰੁੱਪ ਦੇ ਵਿੱਚ ਜੀ ਇਕਬਾਲ ਵੀਰ ਜੀ ਨਾਮ ਵੀ ਜਦੋਂ ਗੱਲ ਕਰਦੇ ਆਂ ਅਸੀਂ ਨਾਮ ਕੀ ਆ ਕੁਰਬਾਨੀ ਹਰ ਨਾਮ ਸਮਾਇਆ ਨਾਮ ਦੀਆਂ ਦੋ ਪਰਿਭਾਸ਼ਾਵਾਂ ਵੀਰ ਜੀ ਨੇ ਅਰਵਿੰਦਰ ਜੀ ਨੇ ਦਿੱਤੀਆਂ ਇੱਕ ਮੰਨ ਕਰਕੇ ਦੂਜੀ ਤਨ ਕਰਕੇ ਹੈ ਮਾਨੋ ਉਹ ਜਿਹੜਾ ਐਸਾ ਨਾਮ ਨਿਰੰਜਣ ਹੋਵੇ ਮੰਨ ਵਾਲਾ ਨਾਮ ਕਿਹੜਾ ਆ ਜਿਹੜਾ ਨਿਰੰਜਣ ਹੋਵੇ ਜਿਹੜੀ ਮਾਇਆ ਦੀ ਕਾਲ ਤੋਂ ਸਾਨੂੰ ਦੂਰ ਕਰਦਾ ਆ ਉਹ ਨਾਮ ਹੈ ਜੇ ਕੋ ਮਨ ਜਾਣਾ ਮਨ ਕੋਈ ਜਿਹੜਾ ਮਨ ਵਿੱਚ ਜਾਣ ਲੈਂਦਾ ਹੈ ਤੇ ਐਸਾ ਨਾਮ ਹੈ ਜਿਹੜਾ ਨਿਰੰਜਨ ਕਰ ਦਿੰਦਾ ਨਿਰੰਜਨ ਦੀ ਅਵਸਥਾ ਬਣਾ ਦਿੰਦਾ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ ਉਹ ਨਾਮ ਹੈ ਪਰ ਇਹ ਜੇ ਕੋ ਮਨ ਜਿਹੜਾ ਕੋਈ ਵਿਰਲਾ ਹੈ ਜਿਹੜਾ ਮਨ ਵਿੱਚ ਜਾਣ ਲੈਂਦਾ ਕੋਈ ਵਿਰਲਾ ਮਨ ਹੈ ਜਿਹੜਾ ਜਾਣ ਲੈਂਦਾ ਤਤਪੁਰਜੀ ਜਿਹੜਾ ਤਨਵਾਸ ਦੇ ਨਾਮ ਉਹ ਹੈ ਗੁਰੂ ਦਾ ਮਾਲਕ ਪ੍ਰਭੂ ਦਾ ਹੁਕਮ ਰਜ਼ਾ ਪਾਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜਾ ਹੁਕਮ ਰਜ਼ਾ ਪਾਣੇ ਵਿੱਚ ਚੱਲਦਾ ਆਪਣੇ ਕਰਮ ਇੰਦਰੀਆਂ ਨੂੰ ਚਲਾਉਂਦਾ ਉਹ ਵੀ ਨਾਮ ਹੈ ਤਨ ਦਾ ਨਾਮ ਔਰ ਮਨ ਦਾ ਨਾਮ ਹੁਕਮ ਅਰਥ ਤਨਵਾਸ ਤੇ ਹੁੰਦਾ ਆ ਸਿਫਤ ਸਲਾ ਕੀਤੀ ਮਾਲਕ ਪ੍ਰਭ ਦੀ ਉਸਤਤ ਇਹ ਮੰਨ ਕਰਕੇ ਨਾਮ ਦੀ ਪ੍ਰਵਾਸਾ ਹੈਗਾ ਜੋ ਗੁਰ ਕੈ ਸ਼ਬਦ ਜੀਵਤ ਮਰੇ ਅਰ ਨਾਮ ਵਸੇ ਮਨਿ ਆਈ ਹੁਣ ਗੁਰੂ ਦੇ ਸ਼ਬਦ ਨਾਲ ਜਿਹੜਾ ਜਿਸ ਦੀ ਆਤਮਾ ਬਲਵਾਨ ਹੋ ਜਾਂਦੀ ਹੈ ਉਹ ਅਰ ਨਾਮ ਜਿਹੜਾ ਮਨ ਦੇ ਵਿੱਚ ਆ ਟਿਕਦਾ ਜਦੋਂ ਗੁਰਬਾਣੀ ਦੇ ਵਿੱਚ ਗੁਰੂ ਸ਼ਬਦ ਨੇ ਜੋ ਉਪਦੇਸ਼ ਸਿੱਖਿਆ ਜਿਹੜੀ ਦਿੱਤੀ ਆ ਤਨ ਕਰਕੇ ਮੰਨ ਕਰਕੇ ਦਿੱਤੀ ਆ ਜਦੋਂ ਮੰਨ ਕਰਕੇ ਦਿੱਤੀ ਆ ਉਹ ਸਿਫਤ ਸਲਾਹ ਰੂਪ ਵਿੱਚ ਦਿੱਤੀ ਆ ਜਦੋਂ ਤਨ ਕਰਕੇ ਦਿੱਤੀ ਉਹ ਸਾਡੇ ਕਰਮ ਇੰਦਰੀਆਂ ਨੂੰ ਹੁਕਮ ਮੰਨਣ ਦੀ ਪ੍ਰੇਰਣਾ ਹੈ ਸੋ ਇਹੀ ਨਾਮ ਹੈ ਜਿਹੜੇ ਨਾਮ ਦੇ ਨਾਲ ਜੀਵ ਦਾ ਮਨ ਤਨ ਨਿਰੰਜਣ ਹੋ ਜਾਂਦਾ ਨਿਰਲੇਪ ਹੋ ਜਾਂਦਾ ਮਾਇਆ ਦੂਚਾ ਹੋ ਜਾਂਦਾ ਚੌਥੇ ਪਦ ਵਿੱਚ ਚੱਲ ਜਾਂਦਾ ਉਹ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਦ ਕੋ ਜੀ ਇੱਕ ਵਾਰ ਜੀ ਬਹੁਤ ਸੋਣਾ ਦਿੱਤਾ ਮੈਂ ਉਹ ਤੇ ਸਵਾਲ ਜਿਹ ਪਹਿਲੇ ਸ਼ੁਰੂਆਤ ਚਾਹੀਓ ਕਾਸੀ ਕਿ ਨਾਮ ਦੀ ਵਿਆਖਿਆ ਬਹੁਤ ਵਿਸ਼ਾਲ ਹੈ ਉਹ ਦੇਖੋ ਵੀਰਾਂ ਨੇ ਹੋਰ ਵਿਆਖਿਆ ਨੂੰ ਹੋਰ ਐਕਸਪੈਂਡ ਕਰ ਦਿੱਤਾ ਕਿ ਮੰਦੀ ਵਖਰੀ ਹੈ ਤੇ ਤਾਂਦੀ ਵਖਰੀ ਹੈ ਬਹੁਤ ਬਹੁਤ ਧੰਨਵਾਦ ਵੀ ਜੀ ਪਲੀਜ਼ ਕੈਰੀ ਔਨ ਡਿਸਕਸ਼ਨ ਕੈਰੀ ਔਨ ਬਹੁਤ ਬਹੁਤ ਧੰਨਵਾਦ ਇਕਬਾਲ ਵੀ ਜੀ ਅੱਜ ਜੀ ਦਾ ਪਰਖ ਸੱਚ ਹੈ ਵੀ ਇਹ ਕਿ ਹੁਕਮ ਵੀ ਪਹਿਲਾਂ ਮੰਨ ਨੇ ਮੰਨਣਾ ਤਾਂ ਕਰਮ ਨੇ ਕਰਮ ਵਿੱਚ ਹੁਕਮ ਨੇ ਆਣਾ ਤੇ ਅਸੀਂ ਉਸ ਬਿਲਕੁਲ ਜਿਹੜਾ ਨਾਮ ਜਪਣਾ ਮਨ ਕਰਕੇ ਵੀ ਜਪਣਾ ਤੇ ਕਰਮਾਂ ਵਿੱਚ ਵੀ ਉਹ ਨਾਮ ਆ ਜਾਏ ਬਹੁਤ ਬਹੁਤ ਧੰਨਵਾਦ ਇਕਬਾਲ ਵੀਰ ਜੀ ਤਸਵੀਰ ਵੀਰ ਜੀ ਆਪ ਜੀ ਨੂੰ ਅਨਯੋਗ ਕਿਤਾ ਹੋਇਆ ਅਗਰ ਆਪ ਜੀ ਨੇ ਜਿਹੜਾ ਮੈਸੇਜ ਪਾਇਆ ਇੱਕ ਵਾਰੀ ਆਪ ਜੀ ਸਾਂਝ ਪਾਣਾ ਚਾਹਤੇ ਆਪ ਜੀ ਨੂੰ ਅਨਯੋਗ ਕਿਤਾ ਆਪ ਜੀ ਸਾਂਝ ਪਾ ਸਕਦੇ ਹੋ ਜਸਵੀਰ ਵੀਰ ਵੀ ਜੀ ਨੇ ਇੱਕ ਮੈਸੇਜ ਪਾਇਆ ਮੈਂ ਆਪ ਜੀ ਨੂੰ ਪੜ ਕੇ ਸੁਣਾ ਦਿਆਂ ਸਿੱਖੀ ਦਾ ਤੁਰਾ ਗੁਰਬਾਣੀ ਵਿੱਚ ਦਰਜ ਇਕ ਕੁੰਕਾਰ ਤੋਂ ਲੈ ਕੇ ਤਨਮਨ ਥੀਵੇ ਹਰਿਆ ਤੱਕ ਵਿਚਲਾ ਸੱਚ ਦਾ ਗਿਆਨ ਹੀ ਨਾਮ ਹੈ ਬੜੇ ਸੋਹਣੇ ਅਲਫਾਜ਼ਾ ਗੁਰੂ ਜੀ ਨੇ ਲਿਖਿਆ ਜਿਸ ਨੂੰ ਸਮਝ-ਭੁੱਝ ਕੇ ਮਨ ਵਿੱਚ ਬਾਰ-ਬਾਰ ਧ੍ਰੜ ਪੱਕਾ ਕਰਕੇ ਜੀਵਨ ਸਵਾਰੀਏ ਗੁਰਬਾਣੀ ਵਿੱਚ ਦਰਜ ਸਿੱਖਿਆ ਸਿਧਾਂਤ ਅਸੂਲ ਫਲਸਫੇ ਨੂੰ ਸਮਝਾਂਦੇ ਆਂ ਸਭ ਫਲਸਫੇ ਨੂੰ ਸਮਝਦੇ ਆਂ ਰੋਜ਼ ਬਾਰ-ਬਾਰ ਵਰਤ ਕੇ ਜੀਵਨ ਸੁਧਾਰੀਏ ਤਾਂ ਗੁਰੂ ਜੀ ਦੇ ਨਾਲ ਸੱਚੀ ਸਾਂਝ ਪੈ ਜਾਂਦੀ ਹੈ। ਇਹੀ ਸਿਮਰਨ ਜਪਣਾ ਭਗਤੀ ਜਿਉਂਦਿਆਂ ਮੁਕਤ ਅਤੇ ਗੁਰੂ ਵਾਲੇ ਹੋ ਜਾਈਦਾ ਹੈ। ਸਿਰ ਵੈ ਗੁਰੂ ਲਿਖਣ ਬੋਲਣ ਨਾਲ ਕੁਝ ਨਹੀਂ ਹੁੰਦਾ। ਗੁਰਬਾਣੀ ਗਿਆਨ ਦਾ ਹੀ ਸੱਚ ਦਾ ਗਿਆਨ ਲੈਣ ਨਾਲ ਮਨੁੱਖ ਕਦੇ ਪਟੜਕਦਾ ਨਹੀਂ। ਬਹੁਤ-ਬਹੁਤ ਧੰਵਾ ਜਸ ਵੀਰ ਜੀ ਵੀ ਆਪ ਜੀ ਨੇ ਜਿਹੜਾ ਮੈਸੇਜ ਭਾਇਆ। ਹਾਂ ਬਹੁਤੀ ਮੈਂ ਕਹਾਂਗਾ اچھا ਮੈਸੇਜ ਬਹੁਤ ਸੋਨੇ ਅਲਫਾਜ਼ਾ ਵਿਚ ਪਾਇਆ ਰਸੀਮ ਜੀ ਅਨਮਿਊਟਡ ਹੋ ਵੀ ਜੀ ਅਗਰ ਆਪ ਜੀ ਸਾਂਝ ਪਾਣਾ ਚਾਹਤੇ ਆਪ ਜੀ ਪਾ ਸਕਦੇ ਹੋ ਮੇਰਕਲ ਵੀਰ ਜੀ ਜੁਆਇੰਟ ਤੇ ਹਨ ਪਰ ਸ਼ਾਇਦ ਅਗਰੇ ਪਿੱਛੇ ਵਿਵਸਥਾ ਜਿਹੜੇ ਸਾਂਝ ਨਹੀਂ ਪਾਰੇ ਤੇ ਕਾਫੀ ਵਿਸਥਾਰ ਵਿਚ ਗੱਲ ਹੋ ਗਈ ਹੈ ਤੇ ਮੇਰਕਲ ਨਾਲ ਨਤੇ ਹੀ ਸਮਾਪਤੀ ਕਰਤੀ ਜੇ ਇਜ਼ਾਜ਼ਤ ਚਾਹੁੰਦੇ ਹਾਂ ਸਾਰਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ